Hello everyone, welcome to Victor's Knowledge. This is Chinu Sharma and today we are going to take up a very important lecture, that is January till February 2022 Environment Current Affair. Te ek current affair karan de naal thode kaafi sare important jide basic concepts ne environment de oh bhi naal naal clear ho jaange. Kuch important wildlife sanctuaries ya endangered species ਉਹਨਾਂ ਦੇ ਜਿਹੜੇ ਕਰੰਟ ਅਫੇਅਰ 'ਚ ਰਹਿ ਚੁੱਕੇ ਨੇ ਉਹ ਵੀ ਤੁਹਾਡੇ ਨਾਲ ਨਾਲ ਤਿਆਰ ਹੋ ਜਾਣਗੇ. ਬਾਕੀ ਇੰਪੋਰਟੈਂਟ ਇੰਟਰਨੈਸ਼ਨਲ ਕੋਈ ਕਨਵੈਨਸ਼ਨ ਨੇ ਇਨਵਾਇਰਮੈਂਟ ਰਿਲੇਟਿਡ, ਕੋਈ ਸਬਮਿਟਸ ਨੇ ਜਾਂ ਕੋਈ ਹੋਰ ਪ੍ਰੋਗਰਾਮਸ ਨੇ, ਉਹ ਸਾਰੇ ਅੱਜ ਆਪਾਂ ਇਸ ਲੈਕਚਰ ਦੇ ਅੰਦਰ ਕਵਰ ਕਰਾਂਗੇ. ਤੇ ਇਹ ਲੈਕਚਰ ਤੁਹਾਡੇ ਸਾਰੇ ਆਉਣ ਵਾਲੇ ਐਗਜ਼ਾਮਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ. ਇਹਨੂੰ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨਾ. ਸਪੈਸ਼ਲੀ ਦਿਸ ਇਜ਼ ਇੰਪੋਰਟੈਂਟ ਫੋਰ ਸਟੂਡੈਂਟਸ ਹੂ ਆਰ ਪ੍ਰਿਪੇਅਰਿੰਗ ਫੋਰ ਪੀਪੀਐਸਸੀ ਐਗਜ਼ਾਮਸ ਲਾਈਕ ਨਾਇਬ ਤਹਿਸੀਲਦਾਰ, ਕੋਆਪਰੇਟਿਵ ਇੰਸਪੈਕਟਰ ਔਰ ਫੋਰ ਦੈਟ ਮੈਟਰ ਐਨੀ ਸਟੂਡੈਂਟ, ਈਵਨ ਫੋਰ ਦੋਜ਼ ਹੂ ਆਰ ਪ੍ਰਿਪੇਅਰਿੰਗ ਫੋਰ ਯੂਪੀਐਸਸੀ ਔਰ ਐਨੀ ਸੈਂਟਰਲ ਲੈਵਲ ਐਗਜ਼ਾਮ, ਦਿਸ ਲੈਕਚਰ ਇਜ਼ ਆਫ ਅਟਮੋਸਟ ਇੰਪੋਰਟੈਂਸ. Also, I have launched detailed current affair from January 2021 till April 2022. So, the offer price is Rs. 300 only and you will be getting free GS MCQs for practice with this current affair notes. If you are interested in buying, you can send email on legalvictor02896@gmail.com. So, hun aapa start karde ha first current affair to. ਹਿਮਾਚਲ ਪ੍ਰਦੇਸ਼ ਦੇਸ਼ ਦੀ ਪਹਿਲੀ ਅਜਿਹੀ ਸਟੇਟ ਬਣੀ ਹੈ ਜਿਹੜੀ ਪੂਰੀ ਤਰ੍ਹਾਂ ਐਲਪੀਜੀ ਇਨੇਬਲ ਤੇ ਸਮੋਕ ਫ੍ਰੀ ਸਟੇਟ ਬਣੀ ਹੈ. ਸੋ ਹਿਮਾਚਲ ਪ੍ਰਦੇਸ਼ ਐਗਜ਼ਾਮ ਦੇ ਵਿੱਚ ਤੁਹਾਨੂੰ ਡਾਇਰੈਕਟਲੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਵਿਚ ਸਟੇਟ ਹੈਜ਼ ਬਿਕਮ ਦ ਫਸਟ ਐਲਪੀਜੀ ਇਨੇਬਲਡ ਐਂਡ ਸਮੋਕ ਫ੍ਰੀ ਸਟੇਟ ਇਨ ਇੰਡੀਆ. ਤੇ ਇਹਦਾ ਮੇਨ ਜਿਹੜਾ ਇਹਦੇ ਵਿੱਚ ਯੋਗਦਾਨ ਰਿਹਾ ਉਹ ਹੈ ਸੈਂਟਰਲ ਗਵਰਨਮੈਂਟ ਦੀ ਜਿਹੜੀ ਉਜਵਾਲਾ ਸਕੀਮ ਹੈ. ਸੋ ਤੁਹਾਨੂੰ ਉਜਵਾਲਾ ਸਕੀਮ ਬਾਰੇ ਵੀ ਆ ਸਕਦਾ ਹੈ ਕਿ ਇਹ ਕਿਸ ਚੀਜ਼ ਨਾਲ ਰਿਲੇਟਡ ਹੈ. ਸੋ ਇਹ ਐਲਪੀਜੀਸ ਦੇ ਨਾਲ ਰਿਲੇਟਡ ਹੈ, ਬਾਕੀ ਦੀ ਡਿਟੇਲ ਆਪਾਂ ਅੱਗੇ ਦੇਖਾਂਗੇ. ਸੋ ਹਿਮਾਚਲ ਪ੍ਰਦੇਸ਼ ਹੈਜ਼ ਬਿਕਮ ਦ ਫਸਟ ਐਲਪੀਜੀ ਇਨੇਬਲਡ ਐਂਡ ਸਮੋਕ ਫ੍ਰੀ ਸਟੇਟ ਇਨ ਕੰਟਰੀ ਡਿਊ ਟੂ ਉਜਵਾਲਾ ਸਕੀਮ ਆਫ ਸੈਂਟਰਲ ਗਵਰਨਮੈਂਟ ਐਂਡ ਹਾਊਸਵਾਈਫ ਵੈਲਫੇਅਰ ਸਕੀਮ ਆਫ ਸਟੇਟ ਗਵਰਨਮੈਂਟ. ਸੋ ਪ੍ਰਧਾਨ ਮੰਤਰੀ ਉਜਵਾਲਾ ਯੋਜਨਾ ਕੀ ਹੈ? ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਦੇ ਲਈ. ਇਹਨੂੰ ਲਾਂਚ ਕੀਤਾ ਸੀ ਮੋਦੀ ਗਵਰਨਮੈਂਟ ਨੇ 1 ਮਈ 2016 ਨੂੰ. ਇਸ ਸਕੀਮ ਨੂੰ ਲਾਗੂ ਕਰਵਾਉਣ ਵਾਲੀ ਜਿਹੜੀ ਮਿਨਿਸਟਰੀ ਹੈ ਉਹ ਹੈ ਪੈਟਰੋਲੀਅਮ ਤੇ ਨੈਚੁਰਲ ਗੈਸ ਮਿਨਿਸਟਰੀ ਥਰੂ ਇਟਸ ਆਇਲ ਮਾਰਕੀਟਿੰਗ ਕੰਪਨੀ. ਮੇਨ ਮਕਸਦ ਹੈ ਜਿਹੜੀਆਂ ਲੋ ਹਾਊਸਹੋਲਡਸ ਵਾਲੀਆਂ ਇੰਡੀਆ ਦੇ ਅੰਦਰ ਵਿਮੈਨ ਨੇ, ਔਰਤਾਂ ਨੇ, ਉਹਨਾਂ ਨੂੰ ਐਲਪੀਜੀ ਕਨੈਕਸ਼ਨਸ ਡਿਸਟ੍ਰੀਬਿਊਟ ਕਰਨੇ ਲਿਕੁਇਫਾਈਡ ਪੈਟਰੋਲੀਅਮ ਗੈਸ ਦੇ. ਜਿਹੜਾ ਪ੍ਰੋਗਰਾਮ ਹੈ ਇਨੀਸ਼ੀਅਲੀ ਸਟਾਰਟਿੰਗ ਵਿੱਚ 80 ਬਿਲੀਅਨ ਦੀ ਲਾਗਤ ਦੇ ਨਾਲ ਇੰਨੇ ਬਜਟ ਦੇ ਨਾਲ ਲਾਂਚ ਕੀਤਾ ਗਿਆ ਸੀ. ਸਟਾਰਟਿੰਗ ਵਿੱਚ 5 ਕਰੋੜ ਬਿਲੋ ਪਾਵਰਟੀ ਲਾਈਨ ਹਾਊਸਹੋਲਡ ਟਾਰਗੇਟ ਕੀਤੇ ਗਏ ਸੀ ਤੇ ਇਸ ਟਾਰਗੇਟ ਨੂੰ ਅਚੀਵ ਕਰ ਲਿਆ ਗਿਆ ਸੀ 31 ਮਾਰਚ 2019 ਤੱਕ. ਹੁਣ ਆਪਾਂ ਦੇਖ ਲੈਂਦੇ ਹਾਂ ਕੁਝ ਇੰਪੋਰਟੈਂਟ ਫੈਕਟ ਐਲਪੀਜੀ ਬਾਰੇ. ਐਲਪੀਜੀ ਕੀ ਹੈ? ਇੱਕ ਇਹੋ ਜਿਹਾ ਫਿਊਲ ਹੈ ਜਿਹੜਾ ਬਹੁਤ ਸਾਰੇ ਘਰਾਂ ਦੇ ਵਿੱਚ ਯੂਜ਼ ਹੁੰਦਾ ਹੈ, ਕੁਕਿੰਗ ਲਈ, ਹੀਟਿੰਗ ਲਈ, ਪਾਣੀ ਨੂੰ ਗਰਮ ਕਰਨ ਦੇ ਲਈ. ਸੋ ਇਹਨੂੰ ਲਿਕੁਇਫਾਈਡ ਗੈਸ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਈਜ਼ੀਲੀ ਲਿਕੁਇਡ ਸਟੇਟ ਦੇ ਵਿੱਚ ਟ੍ਰਾਂਸਫਾਰਮ ਹੋ ਜਾਂਦੀ ਹੈ. ਇਹਦਾ ਕਨੈਕਸ਼ਨ ਦੇਣਾ, ਇਹਨੂੰ ਕਿਤੇ ਪਹੁੰਚਾਉਣਾ ਪਾਈਪਲਾਈਨਸ ਦੇ ਥਰੂ ਬਹੁਤ ਹੀ ਜ਼ਿਆਦਾ ਈਜ਼ੀ ਹੈ. ਐਲਪੀਜੀ ਦੇ ਅੰਦਰ ਕਿਹੜੀਆਂ ਕਿਹੜੀਆਂ ਇੰਪੋਰਟੈਂਟ ਕੰਸਟੀਟੂਐਂਟਸ ਨੇ, ਕਿਹੜੇ ਕਿਹੜੇ ਮਿਕਸਚਰ ਹੈ ਗੈਸਿਸ ਦਾ? ਬੁਟੇਨ, ਪ੍ਰੋਪੇਨ, ਆਈਸੋਬੁਟੇਨ, ਬਿਊਟੀਲੀਨਸ ਐਂਡ ਪ੍ਰੋਪਲੀਨ. ਸੋ ਇਹ ਐਲਪੀਜੀ ਦੇ ਬਾਰੇ ਇੰਪੋਰਟੈਂਟ ਫੈਕਟ. ਪ੍ਰਧਾਨ ਮੰਤਰੀ ਉਜਵਾਲਾ ਯੋਜਨਾ ਦੇਸ਼ ਦੀ ਕਿਹੜੀ ਪਹਿਲੀ ਸਟੇਟ ਹੈ ਜਿਹੜੀ ਪੂਰੀ ਤਰ੍ਹਾਂ ਐਲਪੀਜੀ ਇਨੇਬਲਡ ਬਣੀ ਹੈ, ਸਮੋਕ ਫ੍ਰੀ ਸਟੇਟ ਬਣੀ ਹੈ, ਉਹ ਹੈ ਹਿਮਾਚਲ. ਸੋ ਇਹ 3 ਇੰਪੋਰਟੈਂਟ ਫੈਕਟਸ ਤੁਸੀਂ ਯਾਦ ਰੱਖਣੇ ਆ. ਨੈਕਸਟ ਹੈ, ਯੂਰੋਪੀਅਨ ਕਮਿਸ਼ਨ ਨੇ ਰੀਸੈਂਟਲੀ ਪ੍ਰਪੋਜ਼ ਕੀਤਾ ਹੈ ਕਿ ਜਿਹੜੀਆਂ ਪਰਸਿਸਟੈਂਟ ਔਰਗੈਨਿਕ ਪੋਲਿਊਟੈਂਟ, ਇਹਦੇ ਬਾਰੇ ਡਾਇਰੈਕਟਲੀ ਪੀਪੀਐਸਸੀ ਬਾਰ ਬਾਰ ਕੁਐਸਚਨ ਪੁੱਟ ਕਰਦੀ ਹੈ ਕਿ ਪਰਸਿਸਟੈਂਟ ਔਰਗੈਨਿਕ ਪੋਲਿਊਟੈਂਟਸ ਦੇ ਵਿੱਚ ਕੀ ਆਉਂਦਾ ਹੈ, ਇਹ ਕੀ ਹੁੰਦੇ ਨੇ. ਸੋ ਯੂਰੋਪੀਅਨ ਕਮਿਸ਼ਨ ਨੇ ਕਿਹਾ ਕਿ ਜਿਹੜੀ ਲਿਮਿਟ ਹੈ, ਰੇਂਜ ਹੈ, ਇਹਨੂੰ ਘਟਾਇਆ ਜਾਵੇ, ਟਾਈਟਨ ਕੀਤਾ ਜਾਵੇ, ਸੋ ਦੈਟ ਜਿਹੜੇ ਰੀਸਾਈਕਲ ਪ੍ਰੋਡਕਟ ਨੇ, ਹੈਲਥ ਹੈ, ਵਾਤਾਵਰਨ ਹੈ, ਇਹਨਾਂ ਦੇ ਉੱਤੇ ਕੋਈ ਨੁਕਸਾਨ ਨਾ ਪਹੁੰਚੇ, ਆਪਾਂ ਇਸ ਸਾਰੀਆਂ ਚੀਜ਼ਾਂ ਤੋਂ ਵਾਤਾਵਰਨ ਨੂੰ ਬਚਾ ਸਕੀਏ. ਸੋ ਹੁਣ ਆਪਾਂ ਦੇਖਦੇ ਹਾਂ ਪੀਓਪੀਜ਼ ਹੁੰਦੇ ਕੀ ਨੇ, ਪਰਸਿਸਟੈਂਟ ਔਰਗੈਨਿਕ ਪੋਲਿਊਟੈਂਟਸ ਕਿੰਨਾ ਨੂੰ ਕਿਹਾ ਜਾਂਦਾ ਹੈ. ਸੋ ਇਹ ਉਹ ਕੈਮੀਕਲ ਚੀਜ਼ਾਂ ਨੇ ਜਿਹੜੀਆਂ ਜ਼ਿਆਦਾਤਰ ਕਾਰਬਨ ਬੇਸਡ ਨੇ. ਦੇ ਪੋਜ਼ੈਸ ਅ ਪਾਰਟਿਕੂਲਰ ਕੰਬੀਨੇਸ਼ਨ ਆਫ ਫਿਜ਼ੀਕਲ ਐਂਡ ਕੈਮੀਕਲ ਪ੍ਰੋਪਰਟੀਜ਼ ਸੱਚ ਦੈਟ ਵਾਂਸ ਰਿਲੀਜ਼ਡ ਇਨ ਟੂ ਇਨਵਾਇਰਮੈਂਟ
they remain in fact for exceptionally long period of time, become widely distributed throughout environment as a result of natural process involving soil, water, most notably air, accumulate in the living organism including humans. ਤੇ ਇਹਨਾਂ ਦਾ ਜਿਹੜਾ ਹਾਈ ਕਨਸੈਂਟ੍ਰੇਸ਼ਨ ਹੈ ਸੋ ਬੇਸਿਕਲੀ ਪਰਸਿਸਟੈਂਟ ਆਰਗੈਨਿਕ ਪੋਲਿਊਟੈਂਟ ਉਹ ਆਰਗੈਨਿਕ ਕੈਮੀਕਲ ਚੀਜ਼ਾਂ ਨੇ ਜਿਨ੍ਹਾਂ ਵਿੱਚ ਕਾਰਬਨ ਹੁੰਦਾ ਜ਼ਿਆਦਾਤਰ ਤੇ ਜਦੋਂ ਵੀ ਇਹ ਵਾਤਾਵਰਣ ਦੇ ਵਿੱਚ ਕਿਸੇ ਵੀ ਫਾਰਮ 'ਚ ਆ ਕੇ ਘੁਲ ਜਾਂਦੇ ਨੇ ਚਾਹੇ ਮਿੱਟੀ ਦੇ ਥਰੂ ਪਾਣੀ ਦੇ ਥਰੂ ਹਵਾ ਦੇ ਥਰੂ ਤੇ ਬਹੁਤ ਲੰਬੇ ਸਮੇਂ ਦੇ ਲਈ ਵਾਤਾਵਰਣ 'ਚ ਰਹਿੰਦੇ ਨੇ ਇਹ ਜਲਦੀ ਡਿਸਪੋਜ਼ ਆਫ ਨਹੀਂ ਹੁੰਦੇ ਤੇ ਜਦੋਂ ਇਹ ਲਿਵਿੰਗ ਆਰਗੇਨਿਜ਼ਮਸ ਤੱਕ ਪਹੁੰਚ ਜਾਣ ਤਾਂ ਉਹਨਾਂ ਦੀ ਜਦੋਂ ਫੂਡ ਚੇਨ 'ਚ ਇਹਨਾਂ ਦਾ ਹਾਈ ਕਨਸੈਂਟ੍ਰੇਸ਼ਨ ਮਿਲ ਜੇ ਤਾਂ ਬਹੁਤ ਹੀ ਜ਼ਿਆਦਾ ਜ਼ਹਿਰੀਲੇ ਸਾਬਿਤ ਹੁੰਦੇ ਨੇ ਹਿਊਮਨਸ ਦੇ ਲਈ ਵੀ ਵਾਈਲਡ ਲਾਈਫ ਲਈ ਵੀ ਸੋ ਇਹਨਾਂ ਦਾ ਸੋਇਲ ਪੋਲਿਊਸ਼ਨ ਵਾਟਰ ਏਅਰ ਪੋਲਿਊਸ਼ਨ ਹਰ ਕਿਸੇ ਵਿੱਚ ਬਹੁਤ ਹੀ ਜ਼ਿਆਦਾ ਇਹਨਾਂ ਦੀ ਇਨਵੋਲਵਮੈਂਟ ਹੈ ਇਸੇ ਲਈ ਯੂਰੋਪੀਅਨ ਕਮਿਸ਼ਨ ਨੇ ਕਿਹਾ ਕਿ ਇਹਨਾਂ ਦੇ ਉੱਤੇ ਲਿਮਿਟ ਲਗਾਉਣੀ ਪਊਗੀ ਇਹਨਾਂ ਨੂੰ ਟਾਈਟਨ ਕਰਨਾ ਪਊਗਾ ਦੇਖਣਾ ਪਊਗਾ ਉਹ ਚੀਜ਼ਾਂ ਦੇ ਉੱਤੇ ਰੋਕ ਲਗਾਉਣੀ ਪਊਗੀ ਜਿਹੜੀਆਂ ਚੀਜ਼ਾਂ ਜ਼ਿਆਦਾ ਪਰਸਿਸਟੈਂਟ ਆਰਗੈਨਿਕ ਪੋਲਿਊਟੈਂਟ ਰਿਲੀਜ਼ ਕਰਦੀਆਂ ਨੇ ਸੋ ਇਹਦੇ ਉੱਤੇ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਹੈ ਜੋ ਤੁਹਾਨੂੰ ਐਗਜ਼ਾਮ ਵਿੱਚ ਆ ਸਕਦੀ ਹੈ ਡਾਇਰੈਕਟਲੀ ਕਿ ਪੀਓਪੀਸ ਦੇ ਨਾਲ ਕਿਹੜੀ ਕਨਵੈਨਸ਼ਨ ਡੀਲ ਕਰਦੀ ਹੈ ਸੋ ਉਹਦਾ ਨਾਮ ਹੈ ਸਟਾਕਹੋਮ ਕਨਵੈਨਸ਼ਨ ਇੱਕ ਗਲੋਬਲ ਟ੍ਰੀਟੀ ਹੈ ਜਿਹਦਾ ਮੇਨ ਮਕਸਦ ਹੈ ਹਿਊਮਨ ਹੈਲਥ ਨੂੰ ਪ੍ਰੋਟੈਕਟ ਕਰਨਾ ਵਾਤਾਵਰਣ ਨੂੰ ਹਾਨੀਕਾਰਕ ਕੈਮੀਕਲਸ ਤੋਂ ਬਚਾ ਕੇ ਰੱਖਣਾ ਜਿਹੜੇ ਜ਼ਿਆਦਾ ਲੰਬੇ ਸਮੇਂ ਲਈ ਇਨਵਾਇਰਮੈਂਟ 'ਚ ਰਹਿ ਜਾਂਦੇ ਨੇ ਬਹੁਤ ਈਜ਼ੀਲੀ ਡਿਸਟ੍ਰੀਬਿਊਟ ਹੁੰਦੇ ਨੇ ਇਹਨਾਂ ਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਫੈਲਣਾ ਬਹੁਤ ਜ਼ਿਆਦਾ ਜਲਦੀ ਹੁੰਦਾ ਹੈ ਇਹ ਹਿਊਮਨਸ ਤੇ ਵਾਈਲਡ ਲਾਈਫ ਦੇ ਅੰਦਰ ਫੈਟੀ ਟਿਸ਼ੂ ਦੀ ਫਾਰਮ ਦੇ ਵਿੱਚ ਐਕਿਊਮੂਲੇਟ ਹੋ ਜਾਂਦੇ ਨੇ ਤੇ ਬਹੁਤ ਹੀ ਜ਼ਿਆਦਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ ਹਿਊਮਨ ਹੈਲਥ ਤੇ ਵੀ ਇਨਵਾਇਰਮੈਂਟ ਤੇ ਵੀ ਨੈਕਸਟ ਇਸੇ ਤਰ੍ਹਾਂ ਨਾਲ ਰਿਲੇਟਡ ਕੈਮੀਕਲ ਵੇਸਟ ਹੈਜ਼ਾਰਡੀਅਸ ਕੈਮੀਕਲਸ ਦੇ ਨਾਲ ਰਿਲੇਟਡ ਹੋਰ ਇੰਪੋਰਟੈਂਟ ਕਨਵੈਨਸ਼ਨਸ ਕਿਹੜੀਆਂ ਨੇ ਤੁਹਾਨੂੰ ਉਹ ਵੀ ਐਗਜ਼ਾਮ ਦੇ ਲਈ ਪਤਾ ਹੋਣੀਆਂ ਚਾਹੀਦੀਆਂ ਨੇ ਸੋ ਨੰਬਰ 1 ਹੈ ਬੇਜ਼ਿਲ ਕਨਵੈਨਸ਼ਨ ਔਨ ਕੰਟਰੋਲ ਆਫ ਟ੍ਰਾਂਸ ਬਾਉਂਡਰੀ ਮੂਵਮੈਂਟ ਆਫ ਹੈਜ਼ਾਰਡੀਅਸ ਵੇਸਟ ਦੇਅਰ ਡਿਸਪੋਜ਼ਲ ਤੇ ਇਹਨੂੰ ਅਡੋਪਟ ਕੀਤਾ ਗਿਆ ਸੀ 1989 ਤੇ ਇਹਦੀ ਇਨਫੋਰਸਮੈਂਟ ਹੋਈ ਸੀ 1992 ਦੂਜੀ ਹੈ ਰੋਟਰਡੈਮ ਕਨਵੈਨਸ਼ਨ ਔਨ ਪ੍ਰਾਇਰ informed consent procedure for certain hazardous chemical and pesticide in international trade 1998 vich adopt kiti enforce hoye 2004 vich so eh dono te inna da main maqsad ki hai kis cheez nal deal kardiyan ne inna da year eh thonu pata hona chahida next ek important national park bare current affair assam government ne issue kiti hai ek notification to make Orang National Park more than thrice its existing size for conserving ghadials ghadials nu conserve karan de layi bacha ke rakhan de layi Assam government ne ik notification jari kiti hai ki jehdi utthe Orang National Park hai jithe ghadial paaye jande ne ode size nu 3 guna hor vadhaya jave increase kita jave Orang National Park jida dooja naam hai Rajiv Gandhi Orang National Park ਇਹ ਕਿੱਥੇ ਲੋਕੇਟਿਡ ਹੈ ਸੋ ਇਟ ਇਜ਼ ਲੋਕੇਟਿਡ ਔਨ ਨਾਰਥ ਬੈਂਕ ਆਫ ਬ੍ਰਹਮਪੁੱਤਰਾ ਰਿਵਰ ਇਨ ਦਰਾਂਗ ਐਂਡ ਸੋਨਿਤਪੁਰ ਡਿਸਟ੍ਰਿਕਟ ਆਫ ਅਸਮ ਕੁੱਲ ਏਰੀਆ ਹੈ 78.81 ਸਕੁਆਇਰ ਕਿਲੋਮੀਟਰ ਦਾ ਸੋ ਹੁਣ ਇਹਨੂੰ 3 ਟਾਈਮਸ ਇਸ ਏਰੀਆ ਨੂੰ ਵਧਾਉਣ ਦੀ ਗੱਲ ਹੋ ਰਹੀ ਹੈ 1985 ਵਿੱਚ ਇੱਕ ਵਾਈਲਡ ਲਾਈਫ ਸੈਂਚੁਰੀ ਦੇ ਤੌਰ ਤੇ ਇਸਟੈਬਲਿਸ਼ ਹੋਈ ਇਹਨੂੰ ਨੈਸ਼ਨਲ ਪਾਰਕ ਡਿਕਲੇਅਰ ਕੀਤਾ 1999 ਇਹ ਸਾਰੇ ਮੈਂ ਤੁਹਾਨੂੰ ਫੈਕਟਸ ਇਸ ਲਈ ਕਰਵਾ ਰਹੀ ਹਾਂ ਕਿਉਂਕਿ ਤੁਸੀਂ ਐਗਜ਼ਾਮ ਦੇ ਲਈ ਆਪਣੇ ਆਪ ਨੂੰ ਸਪੈਸ਼ਲੀ ਨਾਇਬ ਤਹਿਸੀਲਦਾਰ ਤੇ ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਜਿਹੜੇ PPSC ਦੇ ਪੇਪਰ ਨੇ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਸਟੇਟਮੈਂਟ ਬੇਸਡ ਕੁਐਸਚਨ ਲਈ ਤੁਸੀਂ ਤਿਆਰ ਕਰਕੇ ਜਾਣਾ ਤੁਸੀਂ ਸਿਰਫ ਇੰਨੀ ਕੁ ਚੀਜ਼ ਤਿਆਰ ਨਹੀਂ ਕਰਨੀ ਕਿ ਔਰੰਗ ਨੈਸ਼ਨਲ ਪਾਰਕ ਕਿੱਥੇ ਹੈ ਉਹਦੇ ਨਾਲ ਰਿਲੇਟਡ ਜਿੰਨੇ ਮੈਕਸੀਮਮ ਤੁਸੀਂ ਫੈਕਟਸ ਤਿਆਰ ਕਰ ਸਕਦੇ ਹੋ ਤੁਸੀਂ ਕਰਕੇ ਜਾਣੇ ਆ ਤੇ ਇਹ 49th ਟਾਈਗਰ ਰਿਜ਼ਰਵ ਹੈ ਕੰਟਰੀ ਦੀ 2016 ਚ ਇਹਨੂੰ ਨੋਟੀਫਾਈ ਕੀਤਾ ਗਿਆ ਸੀ ਐਸ ਟਾਈਗਰ ਰਿਜ਼ਰਵ ਇਹਨੂੰ ਮਿੰਨੀ ਕਾਜ਼ੀਰੰਗਾ ਨੈਸ਼ਨਲ ਪਾਰਕ ਵੀ ਕਿਹਾ ਜਾਂਦਾ ਹੈ ਘੜਿਆਲ ਕੀ ਨੇ ਘੜਿਆਲ ਏਸ਼ੀਅਨ ਕ੍ਰੋਕੋਡਾਇਲ ਦੀ ਇੱਕ ਟਾਈਪ ਹੈ ਇੱਕ ਕਿਸਮ ਹੈ ਕ੍ਰੋਕੋਡਾਇਲਸ ਇਹ ਗਰੁੱਪ ਆਫ ਰੈਪਟਾਈਲਸ ਜਿਨ੍ਹਾਂ ਦੇ ਅੰਦਰ ਕ੍ਰੋਕੋਡਾਇਲ ਐਲੀਗੇਟਰ ਕਾਇਮੈਂਸ ਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਘੜਿਆਲਸ ਦਾ ਸਾਇੰਟੀਫਿਕ ਨਾਮ ਵੀ ਤੁਸੀਂ ਐਗਜ਼ਾਮ ਦੇ ਲਈ ਤਿਆਰ ਕਰਨਾ ਹੈ ਗੈਵਿਆਲੇਸ ਗੈਂਗਟਿਸ ਨੈਕਸਟ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ ਤੇ ਜਿਹੜੀ ਟਾਈਗਰ ਰਿਜ਼ਰਵ ਹੈ ਉਹਨੇ ਰਿਲੀਜ਼ ਕੀਤੀ ਇੱਕ ਇੰਪੋਰਟੈਂਟ ਰਿਪੋਰਟ ਜਿਹਦਾ ਨਾਮ ਹੈ WBE ਵੈਟਲੈਂਡ ਬਰਡ ਐਸਟੀਮੇਸ਼ਨ ਰਿਪੋਰਟ
काजीरंगा नेशनल पार्क ने रिलीज की है। द ईस्टर्न स्वैम्प डियर सेंसस हैज रिवील्ड अ स्लाइट डिक्रीज इन देयर नंबर ड्यू टू टू हाई फ्लड। दो बहुत ही ज्यादा हाई फ्लड हुए सी 2019-20 ਦੇ ਵਿੱਚ ਤੇ ਜਿਹੜੀ ਈਸਟਰਨ ਸਵੈਂਪ ਡੀਅਰ ਸੈਂਸਸ ਸੀ ਇਹਨੇ ਰਿਵੀਲ ਕੀਤਾ ਸੀ ਕਿ ਕਾਫੀ ਸਾਰੇ ਨੰਬਰਸ ਦੇ ਵਿੱਚ ਡਿਕਰੀਜ਼ ਹੋਇਆ ਸੋ ਕਟੌਤੀ ਹੋਈ ਹੈ। ਇਸੇ ਲਈ ਹੁਣ ਕਾਜ਼ੀਰੰਗਾ ਨੈਸ਼ਨਲ ਪਾਰਕ ਨੇ ਦੁਬਾਰਾ ਤੋਂ ਇੱਕ ਨਵੀਂ ਲੇਟੈਸਟ ਵੈਟਲੈਂਡ ਬਰਡ ਐਸਟੀਮੇਸ਼ਨ ਰਿਪੋਰਟ ਰਿਲੀਜ਼ ਕੀਤੀ ਹੈ। ਈਸਟਰਨ ਸਵੈਂਪ ਡੀਅਰ ਕੀ ਨੇ? ਈਸਟਰਨ ਸਵੈਂਪ ਡੀਅਰ ਜਿਨ੍ਹਾਂ ਨੂੰ ਲੋਕਲੀ ਦਾਲ ਹਰੀਨਾ ਕਿਹਾ ਜਾਂਦਾ ਹੈ, ਇਹ ਰੇਅਰੈਸਟ ਰੈਕੋਗਨਾਈਜ਼ਡ ਸਬ ਸਪੀਸੀਜ਼ ਹੈ ਸਵੈਂਪ ਡੀਅਰ ਦੀ ਇੰਡੀਆ ਤੇ ਨੇਪਾਲ ਦੇ ਵਿੱਚ। ਜਿਹੜੀ ਸਪੀਸੀਜ਼ ਹੈ ਸਵੈਂਪ ਡੀਅਰ ਦੀਆਂ ਹੋਰ 3 ਸਬ ਸਪੀਸੀਜ਼ ਨੇ ਉਹਨਾਂ ਚੋਂ ਇੱਕ ਹੈ ਤੇ ਇਹਨੂੰ ਆਮ ਤੌਰ ਤੇ 12 ਸਿੰਘਾ ਕਿਹਾ ਜਾਂਦਾ ਹੈ। ਸੋ 12 ਸਿੰਘਾ ਈਸਟਰਨ ਸਵੈਂਪ ਡੀਅਰ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਹੋਰ 2 ਸਬ ਸਪੀਸੀਜ਼ ਕਿਹੜੀਆਂ ਨੇ ਸਵੈਂਪ ਡੀਅਰ ਦੀਆਂ? ਸੋ ਇੱਕ ਤਾਂ ਇਹ ਹੋ ਗਈ ਈਸਟਰਨ ਵਾਲੀ 12 ਸਿੰਘਾ, ਦੂਜੀ ਹੈ ਵੈਟਲੈਂਡ ਤੇ ਦੈਨ ਥਰਡ ਹੈ ਹਾਰਡ ਗਰਾਊਂਡ ਸਵੈਂਪ ਡੀਅਰ। ਇਹ ਪਾਈ ਜਾਂਦੀ ਹੈ ਸੈਂਟਰਲ ਇੰਡੀਆ, ਵੈਟਲੈਂਡ ਵਾਲੀ ਪਾਈ ਜਾਂਦੀ ਹੈ ਗੈਂਗਟਿਕ ਪਲੇਨਸ। ਕਨਜ਼ਰਵੇਸ਼ਨ ਸਟੇਟਸ ਕੀ ਹੈ ਇਸ ਸਵੈਂਪ ਡੀਅਰ ਦਾ? IUCN ਰੈੱਡ ਲਿਸਟ ਦੇ ਅੰਦਰ ਹੈ, ਵਲਨਰੇਬਲ ਰਿਸਕ ਦੇ ਉੱਤੇ ਹੈ। ਸਾਈਟਸ ਦੇ ਵਿੱਚ ਅਪੈਂਡਿਕਸ 1, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972, ਸ਼ੈਡਿਊਲ 1। ਕਾਜ਼ੀਰੰਗਾ ਨੈਸ਼ਨਲ ਪਾਰਕ ਇਹ 1 ਆਫ ਇੰਡੀਆ 7 ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੈ। ਸੋ ਭਾਰਤ ਦੇ ਅੰਦਰ 7 ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੇ, ਜਿਨ੍ਹਾਂ ਚੋਂ ਇੱਕ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ ਤੇ ਟਾਈਗਰ ਰਿਜ਼ਰਵ। ਉਰੇ 1 ਹੋਰਨ ਰਾਈਨੋਸ ਪਾਏ ਜਾਂਦੇ ਨੇ, ਰਾਇਲ ਬੰਗਾਲ ਟਾਈਗਰ ਪਾਇਆ ਜਾਂਦਾ ਹੈ, ਇਹ ਕਾਫੀ ਵਾਰੀ ਐਗਜ਼ਾਮ 'ਚ ਆਇਆ ਕੁਐਸਚਨ। ਏਸ਼ੀਅਨ ਐਲੀਫੈਂਟਸ ਇਨ ਐਡੀਸ਼ਨ ਟੂ 1000 ਆਫ ਬਰਡਸ ਆਫ ਓਵਰ 125 ਸਪੀਸੀਜ਼। ਕਾਜ਼ੀਰੰਗਾ ਲਾਏ ਕਿੱਥੇ ਕਰਦਾ ਹੈ? ਇਹ ਬ੍ਰਹਮਪੁੱਤਰਾ ਦੇ ਫਲੱਡ ਪੇਨਸ ਦੇ ਉੱਤੇ। ਇਹ ਗਾਰਗੈਂਚੁਅਨ ਰਿਵਰ ਹੈ ਜਿਹੜੀ ਕ੍ਰੋਸ ਕਰਦੀ ਹੈ ਇੰਟਰਨੈਸ਼ਨਲ ਬਾਰਡਰ ਆਫ ਤਿੱਬਤ ਨੂੰ, ਕੱਟ ਕਰਦੀ ਹੈ ਹਿਮਾਲਿਆਸ ਨੂੰ, ਫਿਰ ਉਹ ਭਾਰਤ ਦੇ ਅੰਦਰ ਐਂਟਰ ਹੁੰਦੀ ਹੈ ਅਰੁਣਾਚਲ ਪ੍ਰਦੇਸ਼ ਤੋਂ, ਉਸ ਤੋਂ ਬਾਅਦ ਉਹ ਰੀਚ ਕਰਦੀ ਹੈ ਸਾਊਥ ਬਾਂਗਲਾਦੇਸ਼। ਨੈਕਸਟ ਹੈ KBA, ਕੇਰਲਾ ਬਰਡ ਐਟਲਿਸਟ, ਵੈਰੀ ਵੈਰੀ ਇੰਪੋਰਟੈਂਟ। ਇਹਨੂੰ ਪ੍ਰਿਪੇਅਰ ਕੀਤਾ ਸੀ ਸਿਸਟਮੈਟਿਕ ਸਰਵਿਸ ਤੋਂ ਬਾਅਦ, ਜਿਹੜੇ 2 ਵਾਰੀ ਹੋਏ 60 ਦਿਨਾਂ ਦੇ ਅੰਦਰ ਡਿਊਰਿੰਗ ਅ ਈਅਰ, ਦ ਵੈਟ ਜੁਲਾਈ ਟੂ ਸੈਪਟੈਂਬਰ, ਦੈਨ ਡਰਾਈ ਜਨਵਰੀ ਟੂ ਮਾਰਚ ਸੈਸ਼ਨ 2015 ਤੋਂ 2020 ਦੇ ਵਿੱਚ। ਕੇਰਲਾ ਬਰਡ ਐਟਲਿਸਟ ਸਟੇਟ ਲੈਵਲ ਬਰਡ ਐਟਲਿਸਟ ਦੀ ਕੈਟੇਗਰੀ ਦੇ ਵਿੱਚ ਪਹਿਲੀ ਹੈ ਜਿਹੜੀ ਕਿਸੇ ਸਟੇਟ ਨੇ ਤਿਆਰ ਕੀਤੀ ਹੈ। ਸੋ ਇਹ ਫਸਟ ਆਫ ਇਟਸ ਕਾਇੰਡ ਸਟੇਟ ਲੈਵਲ ਬਰਡ ਐਟਲਿਸਟ ਹੈ ਇੰਡੀਆ ਦੀ। ਤੁਹਾਨੂੰ ਐਗਜ਼ਾਮ ਵਿੱਚ ਆ ਸਕਦਾ ਡਾਇਰੈਕਟਲੀ ਕੁਐਸਚਨ ਕਿ ਕਿਹੜੀ ਸਟੇਟ ਨੇ ਰਿਲੀਜ਼ ਕੀਤੀ ਹੈ। ਸੋ ਆਨਸਰ ਹੋਊਗਾ ਕੇਰਲਾ। ਕੇਰਲਾ ਬਰਡ ਐਟਲਸ ਦੇ ਵਿੱਚ ਕੀ ਮੇਨ ਚੀਜ਼ਾਂ ਨਿਕਲ ਕੇ ਆਈਆਂ ਨੇ, ਕੀ ਫਾਊਂਡ ਹੋਇਆ? ਸੋ ਉਹਨਾਂ ਨੇ ਰਿਜ਼ਲਟ ਕੱਢਿਆ ਕਿ ਨੀਅਰਲੀ 300,000 ਰਿਕਾਰਡ ਹੋਇਆ, 361 ਸਪੀਸੀਜ਼ ਦਾ, ਜਿਹਦੇ ਵਿੱਚ 94 ਵੈਰੀ ਰੇਅਰ ਸਪੀਸੀਜ਼ ਨੇ, 103 ਰੇਅਰ, 110 ਕਾਮਨ, ਦੈਨ 44 ਵੈਰੀ ਕਾਮਨ ਤੇ 10 ਮੋਸਟ ਅਬੰਡੈਂਟ। ਜਿਹੜੀਆਂ ਐਂਡੈਮਿਕ ਸਪੀਸੀਜ਼ ਨੇ ਜ਼ਿਆਦਾਤਰ ਉਹ ਵੈਸਟਰਨ ਘਾਟ ਵਾਲਾ ਏਰੀਆ ਉੱਥੇ ਨੇ। ਉਸ ਤੋਂ ਬਾਅਦ ਜਿਹੜਾ ਸਰਵੇ ਹੈ ਉਹਨੂੰ ਇਗਨੋਰ ਕੀਤਾ, ਵੈਰੀ ਸ਼ਾਰਟ ਡਿਊਰੇਸ਼ਨ ਪੈਸੇਜ ਆਫ ਮਾਈਗ੍ਰੈਂਟ ਸਪੀਸੀਜ਼, ਜਿਹੜੇ ਬਹੁਤ ਥੋੜ੍ਹੇ ਸਮੇਂ ਦੇ ਲਈ ਬਰਡਸ ਮਾਈਗ੍ਰੈਂਟ ਹੋ ਕੇ ਸਪੀਸੀਜ਼ ਆਉਂਦੀਆਂ ਨੇ, ਉਹਨਾਂ ਨੂੰ ਇਸ ਸਰਵੇ ਨੇ ਇਗਨੋਰ ਕੀਤਾ, ਆਪਣੇ ਜਿਹੜੀਆਂ ਫਾਊਂਡੇਸ਼ਨ ਸੀ ਉਹਨਾਂ ਤੋਂ ਬਾਹਰ ਰੱਖਿਆ ਫਾਈਂਡਿੰਗਸ ਤੋਂ। ਯੂਰੇਸ਼ੀਅਨ ਕੁੱਕੂ, ਅਮੁਰ ਫੈਲਕਨ, ਇਹ ਬਹੁਤ ਥੋੜ੍ਹੇ ਸਮੇਂ ਲਈ ਆਉਂਦੀਆਂ ਨੇ, ਇਹ ਮਾਈਗ੍ਰੈਂਟ ਸਪੀਸੀਜ਼ ਨੇ, ਸੋ ਇਹਨਾਂ ਨੂੰ ਇਨਕਲੂਡ ਨਹੀਂ ਕੀਤਾ। ਪਰ ਐਗਜ਼ਾਮ ਦੇ ਲਈ ਤੁਹਾਨੂੰ ਉੱਥੇ ਆਪਸ਼ਨਸ ਆ ਸਕਦੀਆਂ ਨੇ 3-4, ਜਿਨ੍ਹਾਂ ਵਿੱਚੋਂ ਕੁਐਸਚਨ ਬਣ ਕੇ ਆਊਗਾ, ਵਿਚ ਆਫ ਦਾ ਫੋਲੋਇੰਗ ਆਰ ਮਾਈਗ੍ਰੈਂਟ ਸਪੀਸੀਜ਼ ਵਿਚ ਹੈਵ ਬੀਨ ਟੇਕਨ ਆਊਟ ਫਰੋਮ ਕੇਰਲਾ ਬਰਡ ਐਟਲਸ ਸਰਵੇ। ਸੋ ਉੱਥੇ ਆਪਸ਼ਨਸ ਦੇ ਵਿੱਚ ਤੁਸੀਂ ਯੂਰੇਸ਼ੀਅਨ ਕੁੱਕੂ, ਅਮੁਰ ਫੈਲਕਨ, ਇਹ 2 ਨਾਮ ਜ਼ਰੂਰ ਧਿਆਨ ਦੇ ਨਾਲ ਯਾਦ ਰੱਖਣੇ ਨੇ। ਨੈਕਸਟ ਹੈ ਜੂਲੋਜੀਕਲ ਸਰਵੇ ਆਫ ਇੰਡੀਆ ਨੇ, ਜਿਹੜਾ ਲਿਵਿੰਗ ਰੂਟ ਬ੍ਰਿਜਿਸ ਨੇ ਮੇਘਾਲਿਆ ਦੇ, ਉਹਨਾਂ ਦੇ ਲਈ ਕੁਝ ਗ੍ਰੀਨ ਰੂਲਸ ਅੰਡਰਲਾਈਨ ਕੀਤੇ ਨੇ, ਸੋ ਦੈਟ ਉਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਟੈਗ ਲੈ ਸਕਣ। ਸੋ ਕੁਝ ਇਹਦੀਆਂ ਸਪੈਸੀਫਿਕੇਸ਼ਨਸ ਨੇ ਇਸ ਲਿਵਿੰਗ ਰੂਟ ਬ੍ਰਿਜ ਦੀਆਂ। ਇਹ ਕਿਸ ਤਰ੍ਹਾਂ ਦਾ ਹੈ? ਇਟ ਇਜ਼ ਲਾਈਕ ਅ ਸਸਪੈਂਸ਼ਨ ਬ੍ਰਿਜ ਫੋਰਮਡ ਬਾਈ ਗਾਈਡਿੰਗ ਦਾ ਪਲਾਈਬਲ ਰੂਟਸ ਆਫ ਰਬਰ, ਫਿਗ ਟ੍ਰੀ, ਸੋ ਇਹ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ ਹੈ, ਅਤੇ ਇਹ ਐਕਸਟ੍ਰੀਮ ਰਿਵਰ ਦੇ ਕੰਢੇ 'ਤੇ ਹੈ, ਅਲੋਇੰਗ ਦਾ ਰੂਟਸ ਟੂ ਗਰੋ ਐਂਡ ਸਟਰੈਂਥਨ ਓਵਰ ਟਾਈਮ। ਇਹ ਇੱਕ ਬਹੁਤ ਹੀ ਵਧੀਆ ਸਿੰਬੋਇਟਿਕ ਰਿਲੇਸ਼ਨਸ਼ਿਪ ਆਪਸ ਦੇ ਵਿੱਚ ਇੱਕ
ਬਹੁਤ ਹੀ ਜ਼ਿਆਦਾ ਇੱਕ ਦੂਜੇ ਨਾਲ ਕਹਿ ਸਕਦੇ ਹਾਂ ਕਿ ਡਿਪੈਂਡੇਬਲ ਵਾਲਾ ਰਿਲੇਸ਼ਨਸ਼ਿਪ ਹਾਈਲਾਈਟ ਕਰਦਾ ਪੀਪਲ ਤੇ ਨੇਚਰ ਦਾ ਲੋਕਲੀ ਰੈਫਰਡ ਐਜ਼ ਜ਼ਿੰਕਿੰਗ ਜ਼ਰੀ ਦ ਲਿਵਿੰਗ ਰੂਟ ਬ੍ਰਿਜ ਆਰ ਕੰਸਰਵਡ ਬਾਏ ਕਮਿਊਨਿਟੀਜ਼ ਆਫ ਮੇਘਾਲਿਆ ਮੇਘਾਲਿਆ ਸਥਿਤ ਕਮਿਊਨਿਟੀਜ਼ ਨੇ ਕਾਫੀ ਸਮੇਂ ਤੋਂ ਇਹਨਾਂ ਲਿਵਿੰਗ ਰੂਟ ਬ੍ਰਿਜਿਸ ਨੂੰ ਕੰਜ਼ਰਵ ਕਰਕੇ ਰੱਖਿਆ ਹੈ ਉਹਨਾਂ ਦੇ ਸੀਕ੍ਰੇਟ ਕਸਟਮਰੀ ਪ੍ਰੈਕਟਿਸ ਆਫ ਪ੍ਰਿਜ਼ਰਵਿੰਗ ਦ ਗਰੂਪ ਜਿਹਨੂੰ ਕਿਹਾ ਜਾਂਦਾ ਹੈ ਲਾ ਕਿਨ ਟੈਂਗ ਰੀਸੈਂਟਲੀ ਇੱਕ ਚੌਥੀ ਏਸ਼ੀਆ ਮਿਨਿਸਟੀਰੀਅਲ ਕਾਨਫਰੰਸ ਹੋਈ ਸੀ ਟਾਈਗਰ ਕੰਜ਼ਰਵੇਸ਼ਨ ਦੇ ਉੱਤੇ ਜਿਹਨੂੰ ਆਰਗੇਨਾਈਜ਼ ਕਰਵਾਇਆ ਗਿਆ ਸੀ ਮਲੇਸ਼ੀਆ ਤੇ ਗਲੋਬਲ ਟਾਈਗਰ ਰਿਫਾਰਮ ਨੇ ਇਹ ਵੈਸੇ ਹੀ ਇੱਕ ਐਡੀਸ਼ਨਲ ਕਰੰਟ ਅਫੇਅਰ ਹੈ ਬਟ ਇੰਪੋਰਟੈਂਟ ਐਗਜ਼ਾਮ ਦੇ ਲਈ ਜਿਹੜੇ ਮੇਨ ਦੋ ਆਰਗੇਨਾਈਜੇਸ਼ਨਸ ਦੇ ਨਾਮ ਨੇ ਤੇ ਕੰਟਰੀ ਇਹ ਤੁਹਾਨੂੰ ਐਗਜ਼ਾਮ ਦੇ ਲਈ ਪਤਾ ਹੋਣੀ ਚਾਹੀਦੀ ਹੈ ਸੋ ਵਰਲਡ ਹੈਰੀਟੇਜ ਸਾਈਟ ਬਾਰੇ ਆਪਾਂ ਥੋੜ੍ਹੇ ਜਿਹੇ ਇੰਪੋਰਟੈਂਟ ਕੁਝ ਇਨਫੋਰਮੇਸ਼ਨ ਦੇਖ ਲੈਂਦੇ ਹਾਂ ਸਟੈਟਿਕ ਨੌਲੇਜ ਵਰਲਡ ਹੈਰੀਟੇਜ ਸਾਈਟ ਇੱਕ ਇਹੋ ਜਿਹਾ ਕੋਈ ਲੈਂਡਮਾਰਕ ਹੈ ਕੋਈ ਜਗ੍ਹਾ ਹੈ ਕੋਈ ਏਰੀਆ ਹੈ ਜਿਹਨੂੰ ਕੋਈ ਲੀਗਲ ਪ੍ਰੋਟੈਕਸ਼ਨ ਦਿੱਤੀ ਹੈ ਇੰਟਰਨੈਸ਼ਨਲ ਕਨਵੈਨਸ਼ਨ ਨੇ ਤੇ ਉਹ ਕਨਵੈਨਸ਼ਨ ਯੂਨੈਸਕੋ ਦੇ ਦੁਆਰਾ ਕੰਮ ਕਰ ਰਹੀ ਹੈ ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਡਿਜ਼ਾਈਨ ਬਾਈ ਯੂਨੈਸਕੋ ਜਿਹੜਾ ਇਹ ਟੈਗ ਹੈ ਵਰਲਡ ਹੈਰੀਟੇਜ ਸਾਈਟ ਦਾ ਟੈਗ ਦਿੱਤਾ ਜਾਂਦਾ ਹੈ ਇਹ ਦਿੱਤਾ ਜਾਂਦਾ ਹੈ ਜਦੋਂ ਕਿਸੇ ਜਗ੍ਹਾ ਕਿਸੇ ਏਰੀਆ ਲੈਂਡਮਾਰਕ ਦੇ ਕੋਲ ਕੋਈ ਕਲਚਰਲ ਹਿਸਟੋਰੀਕਲ ਸਾਇੰਟਿਫਿਕ ਜਾਂ ਕਿਸੇ ਹੋਰ ਫਾਰਮ ਦੀ ਕੋਈ ਇੰਪੋਰਟੈਂਸ ਹੋਵੇ ਕੋਈ ਰੈਲੇਵੈਂਸ ਹੋਵੇ ਸਿਗਨੀਫਿਕੈਂਸ ਹੋਵੇ ਜੇ ਇੰਡੀਆ ਦੀ ਗੱਲ ਕਰੀਏ ਤਾਂ ਕੁਝ ਇੰਪੋਰਟੈਂਟ ਸਾਈਟਸ ਜਿਨ੍ਹਾਂ ਨੂੰ ਵਰਲਡ ਹੈਰੀਟੇਜ ਸਾਈਟ ਮਿਲਿਆ ਹੋਇਆ ਇਹ ਟੈਗ ਮਿਲਿਆ ਹੋਇਆ ਉਹਨੇ ਆਗਰਾ ਫੋਰਟ ਅਜੰਤਾ ਕੇਵ ਇਲੋਰਾ ਕੇਵ ਤਾਜ ਮਹਿਲ ਨੈਕਸਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਰੰਟ ਅਫੇਅਰ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੈਸਟੀਜੀਅਸ ਅਵਾਰਡ ਦਿੱਤਾ ਗਿਆ ਇੰਡੀਆ ਦੀ ਇੱਕ ਟਾਈਗਰ ਰਿਜ਼ਰਵ ਨੂੰ ਸੋ ਉਹ ਹੈ ਸਤਿਆ ਮੰਗਲਮ ਟਾਈਗਰ ਰਿਜ਼ਰਵ ਦਿਸ ਟਾਈਗਰ ਰਿਜ਼ਰਵ ਹੈਜ਼ ਬੀਨ ਅਵਾਰਡਿਡ ਦ ਪ੍ਰੈਸਟੀਜੀਅਸ TX2 ਅਵਾਰਡ ਆਫਟਰ ਇਟਸ ਟਾਈਗਰ ਨੰਬਰ ਡਬਲ ਸਾਲ 2010 ਤੋਂ ਹੁਣ ਤੱਕ ਇਸ ਟਾਈਗਰ ਰਿਜ਼ਰਵ ਦੇ ਜਿਹੜੇ ਟਾਈਗਰ ਦਾ ਨੰਬਰ ਹੈ ਉਹ ਡਬਲ ਹੋ ਗਿਆ ਇਸੇ ਇੰਪੋਰਟੈਂਟ ਚੀਜ਼ ਕਰਕੇ ਇਸ ਡਬਲਿੰਗ ਦ ਪਾਪੂਲੇਸ਼ਨ ਆਫ ਵਾਈਲਡ ਟਾਈਗਰ ਕਰਕੇ ਇਹ ਪ੍ਰੈਸਟੀਜੀਅਸ ਅਵਾਰਡ ਦਿੱਤਾ ਗਿਆ ਅਪਾਰਟ ਫਰੋਮ ਇੰਡੀਆ ਸਤਿਆਮੰਗਲਮ ਟਾਈਗਰ ਰਿਜ਼ਰਵ ਜਿਹੜਾ ਬਾਰਦੀਆ ਨੈਸ਼ਨਲ ਪਾਰਕ ਹੈ ਨੇਪਾਲ ਦਾ ਉਹਨੇ ਵੀ ਇਹ ਜਿਹੜਾ ਇੰਪੋਰਟੈਂਟ ਅਵਾਰਡ ਹੈ ਇਹ ਜਿੱਤਿਆ ਹੈ ਸੋ ਇਹ ਦੋ ਇੰਪੋਰਟੈਂਟ ਵਿਨਰਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਸਤਿਆਮੰਗਲਮ ਟਾਈਗਰ ਰਿਜ਼ਰਵ ਕਿੱਥੇ ਹੈ ਇਹਦੀ ਲੋਕੇਸ਼ਨ ਕੀ ਹੈ ਸੋ ਦਿਸ ਇਜ਼ ਲੋਕੇਟਡ ਇਨ ਵੈਸਟਰਨ ਘਾਟਸ ਇਨ ਦ ਇਰੋਡ ਡਿਸਟ੍ਰਿਕਟ ਆਫ ਤਮਿਲਨਾਡੂ ਅਕ੍ਰੋਸ ਕਿੰਨੇ ਖੇਤਰ ਵਿੱਚ ਇਹ ਫੈਲਿਆ ਹੋਇਆ ਟਾਈਗਰ ਰਿਜ਼ਰਵ 1.409 ਸਕੁਆਇਰ ਕਿਲੋਮੀਟਰ ਸਾਲ 2013 ਦੇ ਵਿੱਚ ਇਹਨੂੰ ਟਾਈਗਰ ਰਿਜ਼ਰਵ ਡਿਕਲੇਅਰ ਕੀਤਾ ਗਿਆ ਸੀ ਐਂਡ ਇਟ ਇਜ਼ ਹੋਮ ਟੂ ਅਬਾਊਟ 80 ਟਾਈਗਰ ਜਿਹੜਾ ਇਹ ਇੰਪੋਰਟੈਂਟ ਅਵਾਰਡ ਹੈ ਇਹਨੂੰ ਪ੍ਰੈਜੈਂਟ ਕਰਦੀ ਹੈ ਕੰਜ਼ਰਵੇਸ਼ਨ ਅਸ਼ੋਰਡ ਟਾਈਗਰ ਸਟੈਂਡਰਡ ਫਲੋਰਾ ਐਂਡ ਫੌਨਾ ਇੰਟਰਨੈਸ਼ਨਲ ਗਲੋਬਲ ਟਾਈਗਰ ਫੋਰਮ IUCN's Integrated Tiger Habitat Conservation Program, Panthera, UNDP, Lion's Share, Wildlife Conservation Society, WWF. So, ਇਹ ਸਾਰੀਆਂ important organizations ਮਿਲ ਕੇ ਇਹ award present ਕਰਦੀਆਂ ਨੇ. They celebrate the 10th anniversary of all 13 tiger range countries including India, Nepal, China, Myanmar, Bangladesh, ਜਿਨ੍ਹਾਂ ਨੇ commitment ਕੀਤੀ ਹੋਈ ਹੈ ਕਿ ਵਾਈਲਡ ਟਾਈਗਰ ਦੀ ਪਾਪੂਲੇਸ਼ਨ ਨੂੰ ਸਾਲ 2022 ਤੱਕ ਡਬਲ ਕਰਨਾ ਹੈ ਸੋ ਇਹ ਟਾਰਗੇਟ ਈਅਰ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਇਸ ਟਾਰਗੇਟ ਦੇ ਵਿੱਚ ਇੰਡੀਆ ਵੀ ਇਨਕਲੂਡਿਡ ਹੈ ਕੁਝ ਰੀਸੈਂਟ ਸਾਲਾਂ ਦੇ ਵਿੱਚ ਇਨਸੈਕਟ ਐਪੋਕਲਿਪਸ ਹੋਇਆ ਇਨਸੈਕਟ ਐਪੋਕਲਿਪਸ ਦਾ ਮਤਲਬ ਹੈ ਕਿ ਇਨਸੈਕਟਸ ਦੀ ਗਿਣਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਭਾਰੀ ਗਿਰਾਵਟ ਆਈ ਹੈ ਸੋ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਸਕਦਾ ਹੈ ਡਾਇਰੈਕਟਲੀ ਇਹ ਕੁਐਸਚਨ ਬਣ ਕੇ ਵਟ ਡੂ ਯੂ ਅੰਡਰਸਟੈਂਡ ਬਾਏ ਇਨਸੈਕਟ ਐਪੋਕਲਿਪਸ ਸੋ ਉੱਥੇ ਤੁਹਾਨੂੰ ਆ ਸਕਦਾ ਹੈ ਇਨਕਰੀਜ਼ ਇਨ ਦ ਪਾਪੂਲੇਸ਼ਨ ਸਪੀਸੀਜ਼ ਆਫ ਇਨਸੈਕਟ ਡਿਕਰੀਜ਼ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਰਡ ਦਾ ਮਤਲਬ ਕੀ ਹੈ ਇਨਸੈਕਟਸ ਹੈਵ ਡਿਕਲਾਈਨਡ ਬਾਏ 75% ਇਨ ਪਾਸਟ 50 ਈਅਰਸ ਇਨਸੈਕਟ ਕੀ ਹੈ ਇਨਸੈਕਟ ਇੱਕ ਇਹੋ ਜਿਹਾ ਛੋਟਾ ਜਿਹਾ ਕ੍ਰੀਏਚਰ ਹੈ ਜਿਹਦੀਆਂ 6 ਜੁਆਇੰਟਡ ਲੈਗਸ ਹੁੰਦੀਆਂ ਨੇ ਜਿਹੜਾ ਸਰੀਰ ਹੈ ਉਹ 3 ਹਿੱਸਿਆਂ 'ਚ ਡਿਵਾਈਡਡ ਹੁੰਦਾ ਹੈ ਹੈਡ ਥੋਰੈਕਸ ਐਬਡਮਿਨ ਉਹਨਾਂ ਦੇ ਵਿੰਗਸ ਹੁੰਦੇ ਨੇ 2 ਐਂਟੀਨੇ ਤੇ 1 ਐਕਸੋਸਕੈਲੇਟਨ ਇਨਸੈਕਟਸ ਦੀ ਐਗਜ਼ਾਮਪਲ ਦੀ ਜੇ ਗੱਲ ਕਰੀਏ ਤਾਂ ਉਹ 'ਚ ਆਉਂਦੀਆਂ ਨੇ ਐਂਟਸ ਬੀਸ ਫਲਾਈਸ ਐਂਟੀਮੋਲੋਜੀ ਕੀ ਹੈ ਇਹ ਬਹੁਤ ਵਾਰੀ ਐਗਜ਼ਾਮ ਡਾਇਰੈਕਟਲੀ ਕੁਐਸਚਨ ਆਇਆ ਐਂਟੀਮੋਲੋਜੀ ਹੈ ਇਨਸੈਕਟਸ ਦੀ ਸਾਇੰਟਿਫਿਕ ਸਟੱਡੀ
ਜਦੋਂ ਕੋਈ ਇਨਸੈਕਟਸ ਦੀ ਪੜ੍ਹਾਈ ਕਰਦਾ ਤਾਂ ਉਸ ਲਈ ਜਿਹੜੀ ਟਰਮ ਯੂਜ਼ ਕੀਤੀ ਜਾਂਦੀ ਹੈ ਦੈਟ ਇਜ਼ ਐਂਟੋਮੋਲੋਜੀ ਤੇ ਜ਼ੂਲੋਜੀ ਦੀ ਇੱਕ ਬ੍ਰਾਂਚ ਹੈ। ਇਨਸੈਕਟਸ ਮੈਟਰ ਕਿਉਂ ਕਰਦੇ ਨੇ? ਆਪਾਂ ਇਨਸੈਕਟਸ ਤੇ ਉਰੇ ਐਪੋਕਲਿਪਸ ਦੀ ਜਾਂ ਉਹਨਾਂ ਦੀ ਸਪੀਸੀਜ਼ ਦੇ ਵਿੱਚ ਉਹਨਾਂ ਦੀ ਪਾਪੂਲੇਸ਼ਨ 'ਚ ਗਿਰਾਵਟ ਆ ਰਹੀ ਹੈ ਉਹਦੇ ਲਈ ਇਹਨੇ ਕੰਸਰਨ ਕਿਉਂ ਆ? ਕਿਉਂਕਿ ਜਿਹੜੇ ਇਨਸੈਕਟਸ ਨੇ ਈਕੋਸਿਸਟਮ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਰੋਲ ਪਲੇ ਕਰਦੇ ਨੇ, ਚਾਹੇ ਕ੍ਰੋਪ ਪ੍ਰੋਡਕਟਿਵਿਟੀ ਹੋਵੇ, ਜਦੋਂ ਫਰੂਟਸ ਫਲਾਵਰਸ ਵੈਜੀਟੇਬਲਸ ਦੇ ਉੱਤੇ ਪੋਲੀਨੇਟ ਕਰਦੇ ਨੇ ਤਾਂ ਇਹ ਕ੍ਰੋਪ ਸਪੀਸੀਜ਼ ਨੂੰ ਬਹੁਤ ਹੀ ਜ਼ਿਆਦਾ ਇਨਕਰੀਜ਼ ਕਰਦੇ ਨੇ ਪੋਲੀਨੇਸ਼ਨ ਦੇ ਜ਼ਰੀਏ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸੀਡਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੈਰੀ ਕਰਦੇ ਨੇ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੈਰੀਅਰਸ ਨੇ, ਪੋਲੀਨੇਟਰਸ ਨੇ। ਸੋ ਕੰਟਰੀਬਿਊਟ ਸਿਗਨੀਫੀਕੈਂਟਲੀ ਟੂ ਦ ਪ੍ਰੋਡਕਟਿਵਿਟੀ ਆਫ ਐਟਲੀਸਟ 75% ਆਫ ਗਲੋਬਲ ਕ੍ਰੋਪ ਸਪੀਸੀਜ਼ ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ ਨੰਬਰ। ਫੂਡ ਸਿਕਿਉਰਿਟੀ, ਦੈਨ ਪੈਸਟ ਕੰਟਰੋਲ। ਬਹੁਤ ਸਾਰੇ ਇਨਸੈਕਟਸ ਨੇ ਜਿਹੜੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਪੈਸਟ ਜਿਹੜੇ ਫਸਲਾਂ ਨੂੰ ਖਰਾਬ ਕਰਦੇ ਨੇ, ਉਹਨਾਂ ਨੂੰ ਪ੍ਰੇ ਕਰਕੇ ਆਪਣਾ ਸ਼ਿਕਾਰ ਬਣਾ ਕੇ ਫਸਲਾਂ ਨੂੰ ਖਰਾਬ ਹੋਣ ਤੋਂ ਬਚਾਉਂਦੇ ਨੇ। ਤੇ ਪੈਸਟ ਕੰਟਰੋਲ ਬਹੁਤ ਹੀ ਇੰਪੋਰਟੈਂਟ ਰੋਲ ਹੈ ਇਨਸੈਕਟਸ ਦਾ ਆਪਣੇ ਈਕੋਸਿਸਟਮ ਦੇ ਅੰਦਰ। ਲੇਡੀ ਬਰਡ ਪ੍ਰੇ ਕਰਦੀ ਹੈ ਐਫਿਡਸ ਉੱਤੇ, ਇਨਸੈਕਟਸ ਜਿਵੇਂ ਲੇਡੀ ਬਰਡ ਬੀਟਲ ਹੋ ਗਿਆ, ਲੇਸਵਿੰਗ ਹੋ ਗਿਆ, ਪੈਰਾਸਿਟ ਵਾਸਪ ਹੋ ਗਿਆ, ਇਹ ਸਾਰੇ ਕੰਟਰੋਲ ਕਰਦੇ ਨੇ ਹੋਰ ਇਨਸੈਕਟਸ ਨੂੰ, ਐਂਥਰੋਪੋਡਸ ਨੂੰ, ਵਰਟੀਬ੍ਰੇਟਸ ਨੂੰ। ਬਾਕੀ ਇਨਸੈਕਟਸ ਬਾਕੀ ਹੋਰ ਜਿਹੜੇ ਇੰਪੋਰਟੈਂਟ ਰੈਪਟਾਈਲ ਨੇ, ਬਰਡਸ ਨੇ, ਮੈਮਲ ਨੇ, ਉਹਨਾਂ ਦੇ ਲਈ ਇੱਕ ਇੰਪੋਰਟੈਂਟ ਫੂਡ ਸੋਰਸ ਵੀ ਹੈ। ਸੋ ਪੂਰੇ ਇਕੋਸਿਸਟਮ ਨੂੰ ਸਹੀ ਤਰੀਕੇ ਨਾਲ ਚੱਲਣ ਲਈ ਹਰ ਇੱਕ ਚੀਜ਼ ਦੀ ਆਪਣੀ ਆਪਣੀ ਜ਼ਰੂਰਤ ਹੈ, ਆਪਣੀ ਆਪਣੀ ਇੰਪੋਰਟੈਂਸ ਹੈ, ਰੈਲੇਵੈਂਸ ਹੈ। ਬਾਕੀ ਇਹਨਾਂ ਦੀ ਇਕੋਨਮਿਕ ਸਿਗਨੀਫੀਕੈਂਸ ਵੀ ਹੈ। ਬਹੁਤ ਸਾਰੇ ਇਨਸੈਕਟਸ ਨੇ ਜਿਹੜੇ ਸਿਲਕ ਪ੍ਰੋਵਾਈਡ ਕਰਦੇ ਨੇ, ਵੈਕਸ, ਹਨੀ ਤੇ ਹੋਰ ਕਾਫੀ ਇੰਪੋਰਟੈਂਟ ਪ੍ਰੋਡਕਟਸ। ਨੈਕਸਟ ਕਮ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ। ਸੋ FATF ਨੇ ਇੱਕ ਪਹਿਲੀ ਗਲੋਬਲ ਰਿਪੋਰਟ ਇਲੀਗਲ ਵਾਈਲਡ ਲਾਈਫ ਟ੍ਰੇਡ ਉੱਤੇ ਰਿਲੀਜ਼ ਕੀਤੀ ਹੈ, ਜਿਹਦਾ ਨਾਮ ਦਿੱਤਾ ਗਿਆ ਮਨੀ ਲਾਂਡਰਿੰਗ ਐਂਡ ਇਲੀਗਲ ਵਾਈਲਡ ਲਾਈਫ ਟ੍ਰੇਡ। ਸੋ ਇਹਦੇ ਵਿੱਚ FATF ਨੇ ਕਿਹਾ ਕਿ ਜਿਹੜਾ ਇਲੀਗਲ ਗਲਤ ਤਰੀਕੇ ਨਾਲ ਵਪਾਰ ਹੁੰਦਾ ਹੈ, ਵਾਈਲਡ ਲਾਈਫ ਦੇ ਵਿੱਚ ਟ੍ਰੇਡ ਹੁੰਦਾ ਹੈ, ਉਹ ਇੱਕ ਪੂਰੇ ਗਲੋਬ ਦੇ ਲਈ ਥ੍ਰੈਟ ਹੈ, ਵਿਚ ਹੈਜ਼ ਆਲਸੋ ਲਿੰਕਸ ਵਿਦ ਅਦਰ ਆਰਗਨਾਈਜ਼ ਕ੍ਰਾਈਮ ਜਿਵੇਂ ਡਰੱਗ ਟ੍ਰੈਫਿਕਿੰਗ, ਆਰਮਸ ਟ੍ਰੇਡ, ਮਾਡਰਨ ਸਲੇਵਰੀ। ਸੋ ਜਿਹੜੀ ਇਲੀਗਲ ਵਾਈਲਡ ਲਾਈਫ ਟ੍ਰੈਫਿਕਿੰਗ ਹੈ, ਇਹ ਆਪਣੇ ਨਾਲ ਹੋਰ ਬਹੁਤ ਸਾਰੇ ਅਪਰਾਧਾਂ ਨੂੰ ਜਨਮ ਦੇ ਰਹੀ ਹੈ, ਤੇ ਇਹਦੇ ਉੱਤੇ ਹੁਣ ਰੋਕ ਲਗਾਉਣ ਦੀ ਤੇ ਸਪੈਸੀਫਿਕ ਧਿਆਨ ਦੇਣ ਦੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਸੋ ਇਟ ਇਜ਼ ਡਿਸਕ੍ਰਾਈਬਡ ਐਸ ਐਨੀ ਇਨਵਾਇਰਮੈਂਟ ਰਿਲੇਟਿਡ ਕ੍ਰਾਈਮ ਜਿਹਦੇ ਅੰਦਰ। ਸੋ ਉਰੇ ਗੱਲ ਹੋ ਰਹੀ ਹੈ ਕਿ ਇਲੀਗਲ ਵਾਈਲਡ ਲਾਈਫ ਟ੍ਰੇਡ ਦਾ ਮਤਲਬ ਕੀ ਹੈ। ਸਿੰਪਲ ਸ਼ਬਦਾਂ ਦੇ ਵਿੱਚ ਇੱਕ ਇਹੋ ਜਿਹਾ ਇਨਵਾਇਰਮੈਂਟ ਨਾਲ ਜੁੜਿਆ ਹੋਇਆ ਅਪਰਾਧ ਹੈ ਜਿਹਦੇ ਵਿੱਚ ਇਲੀਗਲ ਗਲਤ ਤਰੀਕੇ ਦੇ ਨਾਲ ਸੈਲਿੰਗ ਹੁੰਦੀ ਹੈ, ਬਾਇੰਗ ਹੁੰਦੀ ਹੈ, ਟ੍ਰੇਡ ਹੁੰਦਾ, ਦੈਨ ਸਮਗਲਿੰਗ, ਪੋਚਿੰਗ, ਸ਼ਿਕਾਰ ਕੀਤਾ ਜਾਂਦਾ ਹੈ, ਕੈਪਚਰ ਕੀਤਾ ਜਾਂਦਾ ਹੈ, ਐਂਡੇਂਜਰਡ ਸਪੀਸੀਜ਼ ਨੂੰ ਕਲੈਕਟ ਕੀਤਾ ਜਾਂਦਾ ਹੈ, ਉਹਨਾਂ ਨੂੰ ਬਹੁਤ ਮਹਿੰਗੇ ਭਾਅ ਦੇ ਉੱਤੇ ਇੰਟਰਨੈਸ਼ਨਲ ਮਾਰਕੀਟ 'ਚ ਵੇਚਿਆ ਜਾਂਦਾ ਹੈ, ਦੈਨ ਕਲੋਦਿੰਗ ਇੰਡਸਟਰੀਜ਼ ਨੂੰ ਵੇਚਿਆ ਜਾਂਦਾ ਹੈ, ਪ੍ਰੋਟੈਕਟਿਡ ਵਾਈਲਡ ਲਾਈਫ, ਕਾਫੀ ਸਾਰੇ ਐਨੀਮਲਸ ਨੇ, ਪਲਾਂਟਸ ਨੇ ਜਿਨ੍ਹਾਂ ਨੂੰ ਬਿਨਾਂ ਪਰਮਿਟ ਤੋਂ, ਜਿਹੜਾ ਪਰਮਿਟ ਦੇ ਨਾਲ ਹੀ ਸਿਰਫ ਰੈਗੂਲੇਟ ਹੁੰਦਾ ਜਿਨ੍ਹਾਂ ਦਾ ਟ੍ਰੇਡ, ਬਟ ਬਿਨਾਂ ਪਰਮਿਟ ਤੋਂ ਇਲੀਗਲ ਤਰੀਕੇ ਦੇ ਨਾਲ, ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਕ੍ਰੋਸ ਬਾਰਡਰ ਟ੍ਰਾਂਸਪੋਰਟ ਕੀਤਾ ਜਾਂਦਾ ਹੈ। ਸੋ ਉਹਨਾਂ ਦੇ ਵਿੱਚੋਂ ਫਿਰ ਪ੍ਰੋਡਕਟਸ ਤਿਆਰ ਕੀਤੇ ਜਾਂਦੇ ਨੇ ਇਲੀਗਲ, ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਜਨਮ ਦਿੰਦੇ ਆ, ਹੋਰ ਬਹੁਤ ਸਾਰੇ ਕ੍ਰਾਈਮਸ ਹੁੰਦੇ ਨੇ ਇਹਦੇ ਨਾਲ। ਸੋ ਇਸੇ ਲਈ FATF ਨੇ ਇੱਕ ਸਪੈਸ਼ਲੀ ਗਲੋਬਲ ਰਿਪੋਰਟ ਕੱਢੀ ਹੈ, ਸੋ ਦੈਟ ਪੂਰੀ ਦੁਨੀਆ ਦਾ ਇਸ ਇੰਪੋਰਟੈਂਟ ਚੀਜ਼ ਦੇ ਉੱਤੇ ਧਿਆਨ ਜਾਵੇ। ਨੈਕਸਟ ਕੁਐਸਚਨ ਹੈ, ਹਿਮਾਚਲ ਪ੍ਰਦੇਸ਼ ਸਟੇਟ ਨੂੰ ਪਹਿਲਾ ਸਟੇਟ ਦਾ ਬਾਇਓਡਾਇਵਰਸਿਟੀ ਪਾਰਕ ਮਿਲਣ ਜਾ ਰਿਹਾ ਹੈ। ਸੋ ਹਿਮਾਚਲ ਪ੍ਰਦੇਸ਼ ਗੋਟ ਦ ਫਸਟ ਬਾਇਓਡਾਇਵਰਸਿਟੀ ਪਾਰਕ ਟੂ ਮੇਕ ਇਟਸ ਕੰਟਰੀਬਿਊਸ਼ਨ ਟੂਵਰਡ। ਕਿਸ ਚੀਜ਼ ਦੀ? ਕੰਜ਼ਰਵੇਸ਼ਨ ਦੇ ਲਈ ਇਹ ਡੈਡੀਕੇਟਡ ਹੋਊਗਾ। ਸੋ ਦਿਸ ਵਿਲ ਬੀ ਡੈਡੀਕੇਟਡ ਟੂਵਰਡਸ ਕੰਜ਼ਰਵਿੰਗ ਐਂਡੇਂਜਰਡ ਹਿਮਾਲੀਅਨ ਹਰਬਸ। ਜਿਹੜਾ ਪਾਰਕ ਹੈ ਇਹ ਮੰਡੀ ਦੇ ਬੁਲਾ ਵੈਲੀ ਦੇ ਵਿੱਚ ਤਿਆਰ ਕੀਤਾ ਜਾਊਗਾ। ਬਾਇਓਡਾਇਵਰਸਿਟੀ ਪਾਰਕ ਇਜ਼ ਸੈਟ ਅਪ ਅੰਡਰ ਨੈਸ਼ਨਲ ਮਿਸ਼ਨ ਔਨ ਹਿਮਾਲੀਅਨ ਸਟੱਡੀਜ਼ ਬਾਏ ਹਿਮਾਚਲ ਪ੍ਰਦੇਸ਼ ਫੋਰਨ ਡਿਪਾਰਟਮੈਂਟ। ਤੇ ਮੇਨ ਮਕਸਦ ਰਹੇਗਾ ਇਸ ਪਾਰਕ ਦਾ ਟੂ ਲਿੰਕ ਟੂਰਿਜ਼ਮ ਐਕਟੀਵਿਟੀਜ਼ ਅਲੋਂਗ ਵਿਦ ਐਕਸਟੈਂਡਿੰਗ ਨਿਊ ਅਪੋਰਚੁਨਿਟੀ ਫੋਰ ਰਿਸਰਚਰ। ਦੋ ਲੌਗ ਹਰਟਸ, ਇੱਕ ਵਾਟਰ ਹਾਰਵੈਸਟਿੰਗ ਸਟਰਕਚਰ, ਇੱਕ ਇੰਟਰਨਲ ਟੈਂਕ 5 ਕਿਲੋਵਾਟ ਪਾਰ ਦਾ
जनरेशन प्रोजेक्ट होगा, बर्ड नेस्ट, एक सेल सेंटर होंगे, ये सारिया चीज़ा भी इस पार्क के सैटअप कीतिया जाएगियां। बाकी इस पार्क की जिहड़ी हर्बल नर्सरी है उत्थे 1200 प्लांट्स अलग अलग स्पीसीज के अवेलेबल ने। एम्फी थिएटर्स हैव बीन बिल्ट इन द पार्क, सो एम्फी थिएटर्स भी तैयार किए गए ने इस पार्क के अंदर, सो दैट टूरिस्ट के लिए स्पेशली एक मेन ये अट्रैक्शन की जगह बन सके। सो हुण आपां देख लैने आ बायोडाइवर्सिटी पार्क हुंदे की ने, क्योंकि ये कंसैप्ट बार बार इनवायरमेंट निकल के आंदा है। बायोडाइवर्सिटी का मतलब है भिन्न भिन्न तरह के अलग अलग किस्म के अलग अलग वैरायटी के प्लांट्स ते एनिमल लाइफ जो पूरे वर्ल्ड पाए जाते हैं या किसी पर्टिकुलर हैबिटेट विच पाए जाते हैं। बायोडाइवर्सिटी इज मेजर्ड बाय टू मेजर कंपोनेंट्स, स्पीसीज की रिचनेस किन्नी है किसी जगह के उत्ते, किन्नी मात्रा च ने, ईवननेस किन्नी है। बायोडाइवर्सिटी इज अ प्रीशियस रिसोर्स इंटेंडेड फॉर द कंटिन्यूड एग्जिस्टेंस ऑफ मैनकाइंड। Conserving biodiversity is concerned with restoring equilibrium between humans and atmosphere. ਜੇ ਵਾਤਾਵਰਣ ਤੇ human life ਇਹਨਾਂ ਨੂੰ ਬਚਾ ਕੇ ਰੱਖਣਾ ਤਾਂ biodiversity ਨੂੰ conserve ਕਰਨਾ ਬਹੁਤ ਜ਼ਰੂਰੀ ਹੈ, ਚਾਹੇ ਕੋਈ plant ਹੈ, ਕੋਈ animal ਹੈ। ਹਰ ਚੀਜ਼ ਦੀ ਆਪਣੀ ਇੱਕ ਖੁਦ ਦੀ ਜ਼ਰੂਰਤ ਹੈ ਇਸ environment ਦੇ ਵਿੱਚ, ਇਸ atmosphere ਦੇ ਵਿੱਚ। Important role ਕੀ play ਕਰਦੇ ਨੇ biodiversity park? ਇੱਕ ਇਹ nature reserve ਬਣ ਜਾਂਦੇ ਨੇ conservation ਦਾ। ਦੈਨ ਅਰਬਨ ਇਨਵਾਇਰਮੈਂਟ ਦੀ ਕੁਆਲਿਟੀ ਨੂੰ ਹੋਰ ਇਨਹਾਂਸ ਕਰਦੇ ਨੇ। ਇੱਕ ਹੱਬ ਬਣਦੇ ਨੇ, ਕਿਸੇ ਨੇ ਰਿਸਰਚ ਕਰਨੀ ਹੈ, ਕੋਈ ਕਲਚਰਲ ਐਜੂਕੇਸ਼ਨ ਕੰਜ਼ਰਵੇਸ਼ਨ ਐਕਟੀਵਿਟੀ ਕਰਨੀ ਹੈ, ਉਹ ਸਾਰੀਆਂ ਚੀਜ਼ਾਂ ਬਾਇਓਡਾਇਵਰਸਿਟੀ ਪਾਰਕ 'ਚ ਕਰਵਾਈਆਂ ਜਾਂਦੀਆਂ ਨੇ। ਸਿਟੀ ਨੂੰ ਅਤੇ ਲੋਕਾਂ ਨੂੰ ਆਪਸ ਵਿੱਚ ਜੋੜਦੇ ਨੇ, ਈਕੋ ਟੂਰਿਜ਼ਮ ਨੂੰ ਪ੍ਰਮੋਟ ਕਰਦੇ ਨੇ, ਲੋਕਾਂ ਨੂੰ ਵਾਤਾਵਰਣ ਦੇ ਨਾਲ ਹੋਰ ਜ਼ਿਆਦਾ ਜੋੜਦੇ ਨੇ, ਲੋਕਲ ਕਮਿਊਨਿਟੀਜ਼ ਦੇ ਲਈ ਲਾਈਵਲੀਹੁੱਡ ਕ੍ਰੀਏਟ ਕਰਦੇ ਨੇ। ਕੋਈ ਰੇਅਰ ਐਂਡੈਮਿਕ ਤੇ ਥ੍ਰੈਟਨ ਪਲਾਂਟ ਤੇ ਐਨੀਮਲ ਸਪੀਸੀਸ ਹੁੰਦੀਆਂ ਨੇ ਜਿਹੜੀਆਂ ਕਿਸੇ ਵੀ ਏਰੀਆ ਦੀਆਂ, ਉਹਨਾਂ ਨੂੰ ਪ੍ਰੀਜ਼ਰਵ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਜਗ੍ਹਾ ਤੇ ਬਾਇਓਡਾਇਵਰਸਿਟੀ ਪਾਰਕ ਹੋਵੇ। ਨੈਕਸਟ ਹੈ ਮਰੀਨ ਬਾਇਓਲੋਜਿਸਟ ਨੇ ਤਮਿਲਨਾਡੂ ਸਟੇਟ ਦਾ ਇੱਕ ਰੀਸੈਂਟ ਡਿਸੀਜਨ ਵੈਲਕਮ ਕੀਤਾ ਹੈ, ਜਿਹਦੇ ਅੰਦਰ ਇਹ ਕਿਹਾ ਗਿਆ ਕਿ ਕੰਜ਼ਰਵੇਸ਼ਨ ਰਿਜ਼ਰਵ ਤਿਆਰ ਕੀਤਾ ਜਾਊਗਾ ਇਲਿਊਜੀਵ ਡੂਗੋਂਗ ਦੇ ਲਈ। ਸੋ ਤੁਸੀਂ ਇਹ ਚੀਜ਼ ਨੂੰ ਯਾਦ ਰੱਖਣਾ ਹੈ ਕਿ ਕਿਹੜੀ ਸਰਕਾਰ ਨੇ ਇੱਕ ਕੰਜ਼ਰਵੇਸ਼ਨ ਰਿਜ਼ਰਵ ਲੈ ਕੇ ਆਉਣ ਦੀ ਗੱਲ ਕੀਤੀ ਹੈ। ਸੋ ਉਹ ਹੈ ਤਮਿਲਨਾਡੂ, ਤੇ ਕਿਸ ਚੀਜ਼ ਦੇ ਲਈ? ਸੋ ਫੋਰ ਇਲਿਊਜੀਵ ਡੂਗੋਂਗ। ਇਲਿਊਜੀਵ ਡੂਗੋਂਗ ਹੈ ਕੀ? ਇਸ ਸਪੀਸੀਜ਼ ਦੇ ਬਾਰੇ ਆਪਾਂ ਕੁਝ ਇੰਪੋਰਟੈਂਟ ਫੈਕਟਸ ਦੇਖ ਲੈਂਦੇ ਹਾਂ। ਡੂਗੋਂਗ ਇੱਕ ਸਿਰੀਨੀਅਨ ਸਪੀਸੀਜ਼ ਹੈ ਜਿਹੜੀ ਇੰਡੀਅਨ ਲਿਟਰਲ ਦੇ ਪਾਰਟਸ ਦੇ ਵਿੱਚ ਹੀ ਪਾਈ ਜਾਂਦੀ ਹੈ, ਨੇਟਿਵ ਸਪੀਸੀਜ਼ ਹੈ ਇਹ। ਡੂਗੋਂਗ ਮਨਾਟਿਸ ਦੇ ਕਜ਼ਨ ਹੁੰਦੇ ਨੇ ਤੇ ਇਹਨਾਂ ਦੀ ਇੱਕ ਸਿਮਿਲਰ ਪਲੰਪ ਅਪੀਅਰੈਂਸ ਹੁੰਦੀ ਹੈ, ਬਟ ਹੈਵ ਅ ਡੋਲਫਿਨ ਫਲੂਕ ਲਾਈਕ ਟੇਲ, ਜਿਹੜੀ ਇਹਨਾਂ ਦੀ ਟੇਲ ਹੁੰਦੀ ਹੈ ਉਹ ਡੋਲਫਿਨ ਫਲੂਕ ਦੀ ਤਰ੍ਹਾਂ ਹੁੰਦੀ ਹੈ। ਉਸ ਤੋਂ ਬਾਅਦ ਕਾਮਨਲੀ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ। ਇਹ ਇੱਕ ਐਗਜ਼ਾਮ ਵਿੱਚ ਪੁੱਛਿਆ ਵੀ ਗਿਆ ਸੀ ਕਿ ਵਾਟ ਇਜ਼ ਦ ਅਨਦਰ ਨੇਮ ਆਫ ਡੂਗੋਂਗ ਸਪੀਸੀਸ। ਸੋ ਇਹਨਾਂ ਨੂੰ ਕਾਮਨਲੀ ਕਿਹਾ ਜਾਂਦਾ ਹੈ ਸੀ ਕਾਊਸ। ਡੂਗੋਂਗ ਦੀ ਜੇ ਆਪਾਂ ਗੱਲ ਕਰੀਏ ਕੰਜ਼ਰਵੇਸ਼ਨ ਦੀ, ਤਾਂ ਸ਼ਡਿਊਲ 1 ਵਿੱਚ ਆਉਂਦੇ ਨੇ ਅੰਡਰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972। ਇਹਨਾਂ ਦੀ ਪਾਪੂਲੇਸ਼ਨ ਐਕਸਟਿੰਕਟ ਹੋਣ ਦੀ ਤਦਾਦ ਤੇ ਹੈ, ਔਨ ਦ ਵਰਜ ਆਫ ਐਕਸਟਿੰਕਟਨ ਤੇ ਹੈ, ਆਲਮੋਸਟ ਖਤਮ ਹੋਣ ਜਾ ਰਹੇ ਨੇ। ਜੇ ਅੰਡੇਮਾਨ ਨਿਕੋਬਾਰ ਆਈਲੈਂਡ ਦੀ ਗੱਲ ਕਰੀਏ ਤਾਂ ਉੱਥੇ ਇਹਨਾਂ ਦੀ ਪਾਪੂਲੇਸ਼ਨ 100 ਤੋਂ ਵੀ ਘੱਟ ਰਹਿ ਗਈ। ਗਲਫ ਆਫ ਮਨਾਰ ਵਿੱਚ ਵੀ ਬਹੁਤ ਥੋੜੇ ਜਿਹੇ ਨੇ, ਦੈਨ ਗਲਫ ਆਫ ਕੱਚ ਤੇ ਲਕਸ਼ਦੀਪ ਵਿੱਚ ਜਿੱਥੇ ਪਹਿਲਾਂ ਪ੍ਰੈਜੈਂਟ ਸੀ ਹੁਣ ਉੱਥੇ ਲੋਕਲੀ ਬਿਲਕੁਲ ਖਤਮ ਹੋ ਗਏ ਨੇ। ਸੋ ਇਹ ਵੀ ਤੁਸੀਂ ਐਗਜ਼ਾਮ ਦੇ ਲਈ ਤਿਆਰ ਕਰਨਾ ਕਿ ਕਿਹੜੀ ਜਗ੍ਹਾ ਵਿੱਚ ਡੂਗੋਂਗ ਪਹਿਲਾਂ ਪਾਏ ਜਾਂਦੇ ਸੀ ਪਰ ਹੁਣ ਲੋਕਲੀ ਐਕਸਟਿੰਕਟ ਹੋ ਗਏ। ਨੈਕਸਟ ਇਜ਼ ਹਾਲੀ ਵਿੱਚ ਸੈਂਟਰ ਫਾਰ ਸੋਸ਼ਲ ਤੇ ਇਨਵਾਇਰਮੈਂਟ ਇਨੋਵੇਸ਼ਨ ਨੇ ਇੱਕ ਗੈਸੀਫਿਕੇਸ਼ਨ ਲਾਂਚ ਕੀਤੀ ਹੈ ਇੱਕ ਲੈਂਟਨਾ ਫੋਕਸਡ ਇਨੀਸ਼ੀਏਟਿਵ ਦੇ ਤਹਿਤ। ਲੈਂਟਨਾ ਕਮਾਰਾ ਕੀ ਹੈ? ਲੈਂਟਾ ਕਮਾਰਾ ਇੱਕ ਵੀਡ ਹੈ, ਵਰਲਡ ਦੀ ਸਭ ਤੋਂ ਇਨਵੇਸਿਵ ਵੀਡ ਇਹਨੂੰ ਮੰਨਿਆ ਜਾਂਦਾ ਹੈ। ਸੋ ਸਭ ਤੋਂ ਪਹਿਲਾਂ 1807 ਵਿੱਚ ਇੰਟਰੋਡਿਊਸ ਕੀਤੀ ਗਈ ਸੀ। ਸੋ ਲੈਂਟਨਾ ਕਮਾਰਾ ਇਹ ਨੇਟਿਵ ਪਲਾਂਟਸ ਨੇ ਜਿਹੜੇ ਕਿਸੇ ਵੀ ਸਪੇਸ ਤੇ ਰਿਸੋਰਸ ਤੇ ਉਹਨਾਂ ਨਾਲ ਕੰਪੀਟ ਕਰਦੀ ਹੈ ਤੇ ਮਿੱਟੀ ਦਾ ਵੀ ਜਿਹੜਾ ਨਿਊਟ੍ਰੈਂਟ ਸਾਈਕਲ ਹੈ ਨੈਚੁਰਲ ਵਾਲਾ ਉਹਨੂੰ ਬਦਲ ਦਿੰਦੀ ਹੈ, ਉਹਨੂੰ ਆਲਟਰ ਕਰ ਦਿੰਦੀ ਹੈ। ਤੇ ਇਹਦੀ ਇਨਵੇਜ਼ਨ ਕਰਕੇ ਬਹੁਤ ਸਾਰੀਆਂ ਜਿਹੜੇ ਨੇਟਿਵ ਫੋਰੇਸਟ ਪਲਾਂਟਸ ਨੇ ਵਾਈਲਡ ਹਰਬੀਵੋਰਸ ਦੇ ਲਈ ਉਹਨਾਂ ਦੀ ਕਮੀ ਹੋ ਰਹੀ ਹੈ, ਸਕੈਰਸਿਟੀ ਹੋ ਰਹੀ ਹੈ। ਲੈਂਟਿਨਾ ਆਕੂਪਾਈ ਕਰਦੇ ਹੈ 1,54,000 ਸਕੁਆਇਰ ਕਿਲੋਮੀਟਰ ਫੋਰੈਸਟ,
more than 40% by area in India's Tiger Range, among forest, Shivalik Hills in north, fragmented deciduous forest of central India, southern Westergard are worst hit by its invasion. So exam de vich tonu aa sakda hai ki lantana camara ki hai, so tonu pata hona chahida hai ki a ek weed hai. Recently Meghalaya de vich ik navi gecko di species pai gayi hai te jida naam Indian army de naam de piche rakhya gaya hai. ਜਿਹੜੀ ਨਿਊ ਸਪੀਸੀਜ਼ ਹੈ ਇਹਨੂੰ ਰਿਕਾਰਡ ਕੀਤਾ ਗਿਆ ਉਮਰੋਈ ਮਿਲਟਰੀ ਸਟੇਸ਼ਨ ਇਨ ਰੀਭੋਈ ਡਿਸਟ੍ਰਿਕਟ ਤੋਂ ਇਟਸ ਸਾਇੰਟਿਫਿਕ ਨੇਮ ਵਾਸ ਗਿਵਨ ਐਸ ਸਿਟੋ ਡੈਕਟਾਈਲਸ ਐਕਸਰਟੀਡਸ ਇਨ ਲੇਟਿਨ ਐਕਸਰਟੀਡਸ ਦਾ ਮਤਲਬ ਹੁੰਦਾ ਹੈ ਆਰਮੀ ਜਿਹੜਾ ਨੇਮ ਹੈ ਦਿੱਤਾ ਗਿਆ ਆਨਰ ਕਰਨ ਦੇ ਲਈ ਇੰਡੀਅਨ ਆਰਮੀ ਨੂੰ ਦੇਸ਼ ਦੇ ਲਈ ਜਿਹੜੀ ਉਹ ਸੇਵਾ ਕਰ ਰਹੇ ਨੇ ਇੰਗਲਿਸ਼ ਨੇਮ ਇਸ ਸਪੀਸੀਜ਼ ਦਾ ਦਿੱਤਾ ਗਿਆ ਐਸ ਇੰਡੀਅਨ ਆਰਮੀਜ਼ ਬੈਂਟ ਟੋਡ ਗੈਕੋ ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਜਗ੍ਹਾ ਤੇ ਪਾਈ ਗਈ ਹੈ ਨਾਮ ਕੀ ਰੱਖਿਆ ਗਿਆ ਕਿਹਦੇ ਪਿੱਛੇ ਨੇਮ ਕੀਤਾ ਗਿਆ ਵਰਲਡ ਪੈਂਗੋਲਿਨ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਹਰ ਸਾਲ ਤੀਜੇ ਸ਼ਨੀਵਾਰ ਫਰਵਰੀ ਦੇ ਇਸ ਸਾਲ 11ਵਾਂ ਐਡੀਸ਼ਨ ਰਿਹਾ ਇਸ ਈਵੈਂਟ ਦਾ ਹਰ ਸਾਲ ਵਰਲਡ ਪੈਂਗੋਲਿਨ ਡੇ ਅਬਜ਼ਰਵ ਕੀਤਾ ਜਾਂਦਾ ਹੈ ਪੈਂਗੋਲਿਨਸ ਦੇ ਲਈ ਇੱਕ ਜਾਗਰੂਕਤਾ ਪੈਦਾ ਕਰਨ ਦੇ ਲਈ So to raise awareness and recommit international organization to fight against global harvesting of pangolin. Pangolin pure world de vich kalla scaly mammal hai. So eh vi important fact hai jo tuhanu pata hona chahida hai. So eh kalle mammal ne jehde scales de naal cover kite jande ne apne aap nu bachaun de layi protect karan de layi eh ball di shape vich apne aap nu curl kar lende ne hedgehogs di tarah. Te je aapan ਇਹਨਾਂ ਦੀ ਪ੍ਰੋਟੈਕਸ਼ਨ ਸਟੇਟਸ ਦੀ ਗੱਲ ਕਰੀਏ ਤਾਂ ਇੰਡੀਅਨ ਪੈਂਗੋਲਿਨ ਐਂਡੇਂਜਰਡ ਕੈਟੇਗਰੀ ਵਿੱਚ ਹੈ ਚਾਈਨੀਜ਼ ਪੈਂਗੋਲਿਨ ਕ੍ਰਿਟੀਕਲੀ ਐਂਡੇਂਜਰਡ ਇੰਡੀਅਨ ਰਾਈਨੋ ਵਿਜ਼ਨ 2020 ਪ੍ਰੋਗਰਾਮ ਹੈਜ਼ ਕਮ ਟੂ ਅ ਕਲੋਜ਼ ਵਿਦ ਰੀਸੈਂਟ ਟ੍ਰਾਂਸਲੋਕੇਸ਼ਨ ਆਫ ਟੂ ਰਾਈਨੋਜ਼ ਸੋ ਰੀਸੈਂਟਲੀ ਦੋ ਰਾਈਨੋਜ਼ ਨੂੰ ਟ੍ਰਾਂਸਲੋਕੇਟ ਕੀਤਾ ਗਿਆ ਮਾਨਸ ਨੈਸ਼ਨਲ ਪਾਰਕ ਅਸਮ ਦੇ ਵਿੱਚ ਤੇ ਇਹ ਟ੍ਰਾਂਸਲੋਕੇਸ਼ਨ ਦਾ ਇਸ ਪ੍ਰੋਗਰਾਮ ਦੇ ਅੰਦਰ 8ਵਾਂ ਰਾਉਂਡ ਸੀ ਤੇ ਇਹਦੇ ਨਾਲ ਹੀ ਇਹ ਜਿਹੜਾ ਟ੍ਰਾਂਸਲੋਕੇਸ਼ਨ ਦਾ ਪੂਰਾ ਕੰਮ ਸੀ ਇਹ ਖਤਮ ਹੋ ਗਿਆ ਇਹ ਵਿਜ਼ਨ 2005 ਵਿੱਚ ਲਾਂਚ ਕੀਤੀ ਗਈ ਸੀ ਤੇ ਜਿਹੜਾ ਇਹ ਇਨੀਸ਼ੀਏਟਿਵ ਹੈ ਇੰਡੀਅਨ ਰਾਈਨੋ ਵਿਜ਼ਨ ਦਾ ਇਟ ਵਾਸ ਲੈਡ ਬਾਈ ਫੋਰੈਸਟ ਡਿਪਾਰਟਮੈਂਟ ਗਵਰਨਮੈਂਟ ਆਫ ਅਸਮ ਤੇ ਨਾਲ ਪਾਰਟਨਰਸ਼ਿਪ ਕੀਤੀ ਸੀ WWF ਇੰਡੀਆ ਇੰਟਰਨੈਸ਼ਨਲ ਰਾਈਨੋ ਫਾਊਂਡੇਸ਼ਨ ਐਂਡ ਸੈਵਰਲ ਅਦਰ ਆਰਗੇਨਾਈਜੇਸ਼ਨ ਮੇਨ ਮਕਸਦ ਸੀ ਇਸ IRV 2020 ਦਾ ਅਸਮ ਦੇ ਵਿੱਚ ਰਾਈਨੋ ਪਾਪੂਲੇਸ਼ਨ ਨੂੰ ਇਨਕਰੀਜ਼ ਕਰਨਾ 3000 ਤੱਕ ਸੋ ਨਵੀਂ ਜਗ੍ਹਾ ਤੇ ਨਵੀਂ ਪਾਪੂਲੇਸ਼ਨ ਇਸਟੈਬਲਿਸ਼ ਕਰਕੇ ਜਿਹੜੀ ਟੋਟਲ ਰਾਈਨੋ ਪਾਪੂਲੇਸ਼ਨ ਹੈ ਉਹਦਾ ਟਾਰਗੇਟ 3000 ਰੱਖਿਆ ਗਿਆ ਸੀ ਕਿ ਇੰਨਾ ਅਚੀਵ ਕਰਨਾ ਰਾਈਨੋਸ ਆਰ ਨਾਓ ਫਾਊਂਡ ਇਨ 4 ਪ੍ਰੋਟੈਕਟਡ ਏਰੀਆਜ਼ ਕਿੱਥੇ-ਕਿੱਥੇ ਅਸਮ ਦੇ ਵਿੱਚ ਰਾਈਨੋਸ ਪਾਏ ਜਾਂਦੇ ਨੇ ਪਵਿੱਤਰੋ ਵਾਈਲਡਲਾਈਫ ਰਿਜ਼ਰਵ ਰਾਜੀਵ ਗਾਂਧੀ ਔਰਾਂਗ ਨੈਸ਼ਨਲ ਪਾਰਕ ਕਾਜ਼ੀਰੰਗਾ ਤੇ ਮਾਨਸ ਤਿੰਨ ਸਪੀਸੀਜ਼ ਨੇ ਰਾਈਨੋ ਦੀਆਂ ਏਸ਼ੀਆ ਦੇ ਵਿੱਚ ਗ੍ਰੇਟਰ ਵਨ ਹੌਰਨ ਜਾਵਨ ਐਂਡ ਸੁਮਾਤਰਨ ਜਿਹੜੀਆਂ 5 ਰਾਈਨੋ ਰੇਂਜ ਨੇਸ਼ਨਸ ਨੇ ਉਹਨਾਂ ਵਿੱਚ ਇੰਡੀਆ ਵੀ ਇੱਕ ਨੇਸ਼ਨ ਹੈ ਸੋ 5 ਕਿਹੜੇ-ਕਿਹੜੇ ਨੇ ਇੰਡੀਆ ਭੂਟਾਨ ਨੇਪਾਲ ਇੰਡੋਨੇਸ਼ੀਆ ਮਲੇਸ਼ੀਆ ਇਹਨਾਂ 5 ਨੇ 2019 ਵਿੱਚ ਰਾਈਨੋਸ ਦੀ ਕੰਜ਼ਰਵੇਸ਼ਨ ਤੇ ਪ੍ਰੋਟੈਕਸ਼ਨ ਲਈ ਇੱਕ ਇੰਪੋਰਟੈਂਟ ਡੈਕਲੇਰੇਸ਼ਨ ਸਾਈਨ ਕੀਤੀ ਸੀ ਜਿਹਦਾ ਨਾਮ ਸੀ The New Delhi Declaration on Asian Rhinos 2019. So, ਇਹ ਦੋ ਤਿੰਨ important facts ਵੀ rhinos ਦੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ. Next ਹੈ Nagoya Protocol on Access and Benefit Sharing. ਇੱਕ international agreement ਹੈ ਜਿਹਦਾ main ਮਕਸਦ ਹੈ share ਕਰਨੇ benefits ਜਿਹੜੇ genetic resources ਨੂੰ utilize ਕਰਕੇ ਇੱਕ ਸਹੀ ਤਰੀਕੇ ਦੇ ਵਿੱਚ ਪਾਏ ਜਾਂਦੇ ਨੇ. ਇਹ ਐਂਟਰ ਕੀਤੀ ਗਈ ਸੀ ਪ੍ਰੋਟੋਕੋਲ 12 ਅਕਤੂਬਰ 2014 ਨੂੰ ਇੱਕ ਹੋਰ ਇੰਪੋਰਟੈਂਟ ਕਨਵੈਨਸ਼ਨ ਹੈ ਕਨਵੈਨਸ਼ਨ ਔਨ ਬਾਇਓਲੋਜੀਕਲ ਡਾਇਵਰਸਿਟੀ ਇਹ ਲੀਗਲੀ ਬਾਈਂਡਿੰਗ ਇੰਟਰਨੈਸ਼ਨਲ ਕਨਵੈਨਸ਼ਨ ਹੈ ਜਿਹੜੀ 1993 ਵਿੱਚ ਐਨਫੋਰਸ ਕੀਤੀ ਗਈ ਪਹਿਲੀ ਵਾਰੀ ਰੈਕੋਗਨਾਈਜ਼ ਕੀਤੀ ਗਈ ਸੀ ਇਨ ਆਰਡਰ ਟੂ ਕੰਜ਼ਰਵ ਬਾਇਓਲੋਜੀਕਲ ਡਾਇਵਰਸਿਟੀ ਫਾਰ ਦ ਵੈਲਫੇਅਰ ਆਫ ਹਿਊਮਨ ਕਾਈਂਡ ਸੋ ਬੇਸਿਕਲੀ ਜਿਹੜਾ ਅਗਰੀਮੈਂਟ ਹੈ ਹਰ ਤਰ੍ਹਾਂ ਦੀ ਸਪੀਸੀਜ਼ ਦੀ ਜੈਨੇਟਿਕ ਰਿਸੋਰਸਿਸ ਉਹਨਾਂ ਦੀ ਕੰਜ਼ਰਵੇਸ਼ਨ ਪ੍ਰੋਟੈਕਸ਼ਨ ਨਾਲ ਹੀ ਉਹਨਾਂ ਦੇ ਈਕੋਸਿਸਟਮ ਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਦਾ ਸੋ ਪੂਰੀ ਦੀ ਪੂਰੀ ਬਾਇਓਲੋਜੀਕਲ ਡਾਇਵਰਸਿਟੀ ਨੂੰ ਕਿਵੇਂ ਪ੍ਰੋਟੈਕਟ ਕਰਨਾ ਹੈ ਆਲਸੋ ਜਿਹੜੀ ਨਗੋਆ ਪ੍ਰੋਟੋਕੋਲ ਹੈ ਇਹ ਵੀ ਜੈਨੇਟਿਕ ਰਿਸੋਰਸਿਸ ਨੂੰ
ਸਹੀ ਤਰੀਕੇ ਨਾਲ ਆਪਾਂ ਨੇ ਕਿਵੇਂ ਵਰਤਣਾ ਹੈ, ਫੇਅਰ ਇਕੁਇਟੇਬਲ ਸ਼ੇਅਰਿੰਗ ਕਿਵੇਂ ਕਰਨੀ ਹੈ, ਬੈਨੀਫਿਟਸ ਦੀ ਉਹਦੇ ਨਾਲ ਡੀਲ ਕਰਦੀ ਹੈ, ਤੇ ਜਿਹੜਾ ਨਗੋਆ ਪ੍ਰੋਟੋਕਾਲ ਹੈ ਇਹ ਕਨਵੈਨਸ਼ਨ ਔਨ ਬਾਇਓਲੋਜੀਕਲ ਡਾਇਵਰਸਿਟੀ ਜਿਹੜੀ 1993 ਵਿੱਚ ਆਈ ਸੀ ਉਹਦੇ ਵਿੱਚੋਂ ਹੀ ਨਿਕਲਦੀ ਹੈ। ਨਗੋਆ ਪ੍ਰੋਟੋਕਾਲ ਨੂੰ ਇੰਡੀਆ ਨੇ ਸਾਈਨ ਕੀਤਾ ਸੀ 2011 ਵਿੱਚ। ਜਦੋਂ ਵੀ ਕੋਈ ਕਨਵੈਨਸ਼ਨ ਇੰਡੀਆ ਰੈਟੀਫਾਈ ਕਰਦੀ ਹੈ, ਸਾਈਨ ਕਰਦੀ ਹੈ, ਉਹ ਈਅਰ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਹੋ ਜਾਂਦਾ ਹੈ ਤੇ ਰੈਟੀਫਾਈ ਹੋਈ ਸੀ ਅਕਤੂਬਰ 2012। ਇੰਡੀਆ ਨੇ ਰੈਟੀਫਾਈ ਕੀਤੀ ਸੀ 11ਵੀਂ ਕਾਨਫਰੰਸ ਆਫ ਪਾਰਟੀ ਟੂ ਦਾ ਸੀਬੀਡੀ ਵਿੱਚ ਕਨਵੈਨਸ਼ਨ ਔਨ ਬਾਇਓਡਾਇਵਰਸਿਟੀ ਜਿਹੜੀ ਹਾਈਦਰਾਬਾਦ ਵਿੱਚ ਹੋਈ ਸੀ। ਡੋਮੈਸਟਿਕ ਲੈਜਿਸਲੇਸ਼ਨ ਇਨ ਇੰਡੀਆ, ਇੰਡੀਆ ਦੇ ਵਿੱਚ ਕਨਜ਼ਰਵੇਸ਼ਨ ਔਨ ਬਾਇਓਡਾਇਵਰਸਿਟੀ ਨੂੰ ਇੰਪਲੀਮੈਂਟ ਕਰਨ ਦੇ ਲਈ, ਲਾਗੂ ਕਰਵਾਉਣ ਦੇ ਲਈ ਜਿਹੜਾ ਲਾਅ ਲਿਆਂਦਾ ਗਿਆ ਸੀ ਉਹਦਾ ਨਾਮ ਹੈ ਬਾਇਓਲੋਜੀਕਲ ਡਾਇਵਰਸਿਟੀ ਐਕਟ 2002। ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਹੈ ਇੱਕ ਇੰਪੋਰਟੈਂਟ ਰਿਪੋਰਟ, ਨੈਸ਼ਨਲ ਕਲਾਈਮੇਟ ਵਲਨਰੇਬਿਲਿਟੀ ਅਸੈਸਮੈਂਟ ਰਿਪੋਰਟ। ਇਸ ਰਿਪੋਰਟ ਨੇ ਅਸੈਸ ਕੀਤਾ ਕਿ ਸਭ ਤੋਂ ਜ਼ਿਆਦਾ ਕਲਾਈਮੇਟ ਚੇਂਜ ਦਾ ਖਤਰਾ ਕਿਹੜੀਆਂ ਕਿਹੜੀਆਂ ਸਟੇਟਸ ਨੂੰ ਹੈ। ਸੋ ਉਹ ਹੈ ਝਾਰਖੰਡ, ਮਿਜ਼ੋਰਮ, ਓਡੀਸ਼ਾ, ਛੱਤੀਸਗੜ੍ਹ, ਅਸਮ, ਬਿਹਾਰ, ਅਰੁਣਾਚਲ ਤੇ ਵੈਸਟ ਬੰਗਾਲ। ਲੋਅਰ ਮਿਡਲ ਵਲਨਰੇਬਲ ਸਟੇਟ ਜਿਨ੍ਹਾਂ ਨੂੰ ਘੱਟ ਖਤਰਾ ਹੈ ਕਲਾਈਮੇਟ ਚੇਂਜ ਦਾ, ਉਹਨੇ ਹਿਮਾਚਲ, ਤੇਲੰਗਾਨਾ, ਸਿੱਕਿਮ ਤੇ ਪੰਜਾਬ। ਸੋ ਇੰਪੋਰਟੈਂਟ ਨਾਮ ਨੇ ਤੁਸੀਂ ਯਾਦ ਰੱਖਣੇ ਆ। ਮੇਨ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖੀਆਂ ਗਈਆਂ ਸੀ, ਕਿਹੜੇ ਕੀ ਇੰਡੀਕੇਟਰ ਸੀ ਇਸ ਰਿਪੋਰਟ ਨੂੰ ਤਿਆਰ ਕਰਨ ਦੇ ਲਈ। ਸੋ ਉਹਦੇ ਵਿੱਚ ਨੰਬਰ 1 ਸੀ ਬਾਇਓਫਿਜ਼ੀਕਲ ਆਸਪੈਕਟ, ਨੰਬਰ 2 ਇੰਸਟੀਟਿਊਸ਼ਨ ਤੇ ਇਨਫਰਾਸਟ੍ਰਕਚਰ, ਨੰਬਰ 3 ਸੋਸ਼ੀਓ ਇਕਨੋਮਿਕ ਫੀਚਰ ਤੇ ਲਾਈਵਲੀਹੁੱਡ ਸਟੇਟਸ। ਨੈਕਸਟ ਹੈ ਐਨ ਕੇਵਸ, ਵੈਰੀ ਵੈਰੀ ਇੰਪੋਰਟੈਂਟ। ਇਹਦੀ ਫੁੱਲ ਫਾਰਮ ਵੀ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਹੈ। ਐਨ ਕੇਵ ਪ੍ਰੋਜੈਕਟ ਫੁੱਲ ਫਾਰਮ ਨੈਚੁਰਲ ਕੈਪੀਟਲ ਅਕਾਊਂਟਿੰਗ ਐਂਡ ਵੈਲਿਊਏਸ਼ਨ ਆਫ ਈਕੋਸਿਸਟਮ ਸਰਵਿਸਿਜ਼, ਇਹਨੂੰ ਇੰਪਲੀਮੈਂਟ ਕਰਵਾ ਰਹੀ ਹੈ, ਆਰਗੇਨਾਈਜ਼ ਕਰਵਾ ਰਹੀ ਹੈ ਮਿਨਿਸਟਰੀ ਆਫ ਸਟੈਟਿਸਟਿਕ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਇੰਡੀਆ ਦੇ ਅੰਦਰ ਕਿਹਦੇ ਨਾਲ ਕੋਲੈਬੋਰੇਟ ਕਰਕੇ। ਸੋ ਇਹਦੇ ਵਿੱਚ ਨਾਲ ਮਿਲੀ ਹੋਈ ਸੰਸਥਾ ਹੈ, ਆਰਗੇਨਾਈਜੇਸ਼ਨ ਹੈ, ਯੂਨਾਈਟਿਡ ਨੇਸ਼ਨ ਸਟੈਟਿਸਟਿਕ ਡਿਵੀਜ਼ਨ, ਯੂਰੋਪੀਅਨ ਯੂਨੀਅਨ ਤੇ ਯੂ ਐਨ ਇਨਵਾਇਰਮੈਂਟ। ਐਨ ਕੇਵ ਇੰਡੀਆ ਫੋਰਮ 2021 ਵਰਚੁਅਲ ਆਨਲਾਈਨ ਫਾਰਮੈਟ ਦੇ ਵਿੱਚ ਆਰਗੇਨਾਈਜ਼ ਕਰਵਾਇਆ ਗਿਆ ਕੋਵਿਡ-19 ਪੈਂਡੈਮਿਕ ਦੇ ਕਰਕੇ। ਯੂਰੋਪੀਅਨ ਯੂਨੀਅਨ ਨੇ ਇੱਕ ਪ੍ਰੋਜੈਕਟ ਇਨੀਸ਼ੀਏਟ ਕੀਤਾ ਸੀ ਨੈਚੁਰਲ ਕੈਪੀਟਲ ਅਕਾਊਂਟਿੰਗ ਐਂਡ ਵੈਲਿਊਏਸ਼ਨ ਆਫ ਈਕੋਸਿਸਟਮ ਸਰਵਿਸ 2017 ਵਿੱਚ। ਸੋ ਐਨ ਕੇਵ ਦੀ ਸ਼ੁਰੂਆਤ ਕੀਤੀ ਸੀ ਯੂਰੋਪੀਅਨ ਯੂਨੀਅਨ ਨੇ 2017 ਵਿੱਚ। ਐਨ ਕੇਵ ਪ੍ਰੋਜੈਕਟ ਹੈ ਜਿਹੜਾ 5 ਕੰਟਰੀਜ਼ ਇਸ ਟਾਈਮ ਇੰਪਲੀਮੈਂਟ ਹੋ ਰਿਹਾ ਹੈ, ਇੰਡੀਆ, ਬ੍ਰਾਜ਼ੀਲ, ਚਾਈਨਾ, ਮੈਕਸੀਕੋ, ਸਾਊਥ ਅਫਰੀਕਾ, ਤੇ ਇਹਨੂੰ ਲਾਗੂ ਕਰਵਾ ਰਹੀ ਹੈ UNSD, UNEP ਤੇ ਨਾਲ CBD ਦਾ ਸੈਕਰਟੇਰੀਏਟ। ਸੋ ਇਹ ਤਿੰਨੋਂ ਨਾਮ ਜੋ ਇੰਪਲੀਮੈਂਟਿੰਗ ਅਥਾਰਟੀਜ਼ ਨੇ ਇਹ ਵੀ ਪਤਾ ਹੋਣੇ ਚਾਹੀਦੇ ਹਨ। ਨੈਕਸਟ ਹੈ ਨੈਸ਼ਨਲ ਮਰੀਨ ਟਰਟਲ ਐਕਸ਼ਨ ਪਲਾਨ। ਕੰਸੀਡਰਿੰਗ ਦ ਰਿਕੁਆਇਰਮੈਂਟ ਟੂ ਪੋਜੈਸ ਅ ਕੰਜ਼ਰਵੇਸ਼ਨ ਪੈਰਾਡਾਈਮ ਫਾਰ ਮਰੀਨ ਮੇਗਾ ਫੌਨਾ ਐਂਡ ਮਰੀਨ ਟਰਟਲ, ਮਿਨਿਸਟਰੀ ਆਫ ਸਰਾਊਂਡਿੰਗ ਫੋਰੈਸਟ ਐਂਡ ਗਲੋਬਲ ਕਲਾਈਮੇਟ ਚੇਂਜ ਹੈਜ਼ ਫਰੀ ਦ ਨੈਸ਼ਨਲ ਟਰਟਲ ਐਕਸ਼ਨ ਪਲਾਨ ਥਰੂ ਆਊਟ ਜਨਵਰੀ 2021। 5 ਸਪੀਸੀਜ਼ ਇੰਡੀਅਨ ਟਰਟਲ ਦੀਆਂ ਜਿਹੜੀਆਂ IUCN ਸਟੈਂਡਿੰਗ ਏਰੀਆ ਯੂਨਿਟ ਵਿੱਚ ਨੇ। ਸੋ ਇੱਕ ਹੈ ਲੈਪੀਡੋਕੇਲਿਸ, ਇਹ ਵਲਨਰੇਬਲ ਕੈਟੇਗਰੀ ਵਿੱਚ ਹੈ। ਸੀ ਟਰਟਲ ਵਲਨਰੇਬਲ, ਸੀ ਟਰਟਲ ਐਗਜ਼ਾਮ ਦੇ ਲਈ ਤੁਹਾਨੂੰ ਇੰਪੋਰਟੈਂਟ ਹੈ। ਦੈਨ ਨੈਕਸਟ ਹੈ ਇੰਪੋਰਟੈਂਟ ਲੋਜਰ ਹੈਡ, ਇਹ ਵੀ ਵਲਨਰੇਬਲ ਕੈਟੇਗਰੀ 'ਚ ਹੈ। ਐਨੀਮਲ ਸਕਿਨ ਬੈਕ ਵਲਨਰੇਬਲ, ਦੈਨ ਸ਼ਡਿਊਲ 1 ਵਿੱਚ ਆਉਂਦੇ ਨੇ, ਪ੍ਰੋਟੈਕਸ਼ਨ ਐਕਟ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਅੰਦਰ। ਨਾਲ ਹੀ ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਟਰਟਲਸ ਨੂੰ ਬਿਲੋ ਦ ਮਲਟੀ ਫੈਰੀਸ਼ੀਅਸਨੈਸ ਕੰਜ਼ਰਵੇਸ਼ਨ ਐਂਡ ਗੰਗਾ ਰੀਜੂਵੀਨੇਸ਼ਨ ਪ੍ਰੋਗਰਾਮ। ਸੋ ਬਿਫੋਰ ਬਿਗਨਿੰਗ ਵਿਦ ਅ ਲੈਕਚਰ ਆਈ ਵਾਂਟ ਟੂ ਸ਼ੇਅਰ ਸਮਥਿੰਗ ਇੰਪੋਰਟੈਂਟ ਵਿਦ ਯੂ ਗਾਇਸ। ਸੋ ਆਈ ਹੈਵ ਲਾਂਚਡ ਅ ਸਪੈਸ਼ਲ ਕਰੈਸ਼ ਕੋਰਸ ਫੋਰ ਨਾਇਬ ਤਹਿਸੀਲਦਾਰ ਐਗਜ਼ਾਮ। ਸੋ ਇਫ ਯੂ ਨੀਡ ਐਨੀ ਡੀਟੇਲਸ ਔਰ ਯੂ ਹੈਵ ਐਨੀ ਕੁਇਰੀ ਰਿਗਾਰਡਿੰਗ ਦ ਕੰਟੈਂਟਸ, ਦ ਇਨਕਲੂਜਨਸ ਆਫ ਦਿਸ ਕੋਰਸ, ਯੂ ਕੈਨ ਸੈਂਡ ਮੀ ਈਮੇਲ ਔਨ ਦਿਸ ਬਿਲੋ ਮੈਂਸ਼ਨ ਈਮੇਲ ਐਡਰੈਸ, ਦ ਪ੍ਰਾਈਸ ਇਜ਼ ਮੈਂਸ਼ਨਡ ਹੇਅਰ। ਇਫ ਯੂ ਡੋਂਟ ਵਾਂਟ ਟੂ ਬਾਏ ਕੰਪਲੀਟ ਕੋਰਸ, ਯੂ ਕੈਨ ਅਵੇਲ ਓਨਲੀ ਵੀਡੀਓ ਲੈਕਚਰਸ ਔਰ ਓਨਲੀ GS ਨੋਟਸ, ਔਰ ਫੋਰ ਦੈਟ ਮੈਟਰ ਯੂ ਕੈਨ ਈਵਨ ਬਾਏ ਓਨਲੀ ਮੌਕ ਟੈਸਟ ਔਰ MCQs ਫੋਰ ਪ੍ਰੈਕਟਿਸ, ਦੈਟਸ ਕੰਪਲੀਟਲੀ ਅਪ ਟੂ ਯੂ ਐਸ ਪਰ ਯੋਰ ਰੈਲੇਵੈਂਸ। ਸੋ ਨੈਕਸਟ ਇੰਪੋਰਟੈਂਟ ਕਰੰਟ ਅਫੇਅਰ ਫਰੋਮ ਇਨਵਾਇਰਮੈਂਟ ਇਜ਼ ਰਿਲੇਟਿਡ ਟੂ ਕਾਜ਼ੀਰੰਗਾ ਨੈਸ਼ਨਲ ਪਾਰਕ ਜੋ ਅਸਮ ਵਿੱਚ ਹੈ।
ਸੋ ਉਰੇ ਬਹੁਤ ਸਾਰੇ ਵਨ ਹੋਰਨ ਰਾਈਨੋਸੀਰੀਸ ਵਰਲਡ ਦੇ ਰਹਿੰਦੇ ਨੇ ਐਂਡ ਇਟ ਇਜ਼ ਰਿਲੀਜ਼ਿੰਗ ਮੋਰ ਕਾਰਬਨ ਦੈਨ ਇਟ ਇਜ਼ ਐਬਜ਼ੋਰਬਿੰਗ ਸੋ ਕਾਰਬਨ ਰਿਲੀਜ਼ ਇੱਕ ਮੇਨ ਕੰਸਰਨ ਬਣਿਆ ਹੋਇਆ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਹੋਰ ਇੰਪੋਰਟੈਂਟ ਆਪਾਂ ਕੁਝ ਫੈਕਟਸ ਦੇਖ ਲੈਂਦੇ ਹਾਂ ਜੋ ਐਗਜ਼ਾਮ ਦੇ ਲਈ ਵੀ ਇੰਪੋਰਟੈਂਟ ਨੇ ਰਿਲੇਟਿਡ ਟੂ ਕਾਜ਼ੀਰੰਗਾ ਨੈਸ਼ਨਲ ਪਾਰਕ ਫਸਟਲੀ ਇਹਦੀ ਲੋਕੇਸ਼ਨ ਦੋ ਡਿਸਟ੍ਰਿਕਟਸ ਦੇ ਵਿੱਚ ਸਪਰੈਡ ਹੋਇਆ ਹੋਇਆ ਗੋਲਾਘਾਟ ਤੇ ਨਗਾਓਂ ਆਫ ਅਸਮ ਕਾਜ਼ੀਰੰਗਾ ਨੈਸ਼ਨਲ ਪਾਰਕ ਜਿਹੜੇ ਈਸਟਰਨ ਹਿਮਾਲਿਆਜ਼ ਨੇ ਉਹਨਾਂ ਦੇ ਬਿਲਕੁਲ ਐਜ ਉੱਤੇ ਲਾਇ ਕਰਦਾ ਹੈ ਤੇ ਜੇ ਆਪਾਂ ਇਹਦੇ ਓਰੀਜਨ ਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਐਗਜ਼ਿਸਟੈਂਸ ਹੈ ਉਹ ਹੋਈ ਸੀ ਮੈਰੀ ਕਰਜ਼ਨ ਤੇ ਨਾਲ ਉਹਨਾਂ ਦੇ ਹਸਬੈਂਡ ਲਾਰਡ ਕਰਜ਼ਨ ਜੋ ਉਸ ਸਮੇਂ ਦੇ ਵਾਇਸ ਰਾਏ ਸੀ ਇੰਡੀਆ ਦੇ ਦੋਨਾਂ ਦੇ ਕੰਜ਼ਰਵੇਸ਼ਨ ਐਫਰਟਸ ਦਾ ਹੀ ਰਿਜ਼ਲਟ ਸੀ ਇਸ ਪਾਰਕ ਦਾ ਐਗਜ਼ਿਸਟ ਹੋਣਾ ਇਟ ਬਿਕੇਮ ਅ ਰਿਜ਼ਰਵ ਫੋਰੈਸਟ ਕਾਜ਼ੀਰੰਗਾ ਨੈਸ਼ਨਲ ਪਾਰਕ 1904 ਵਿੱਚ ਰਿਜ਼ਰਵ ਫੋਰੈਸਟ ਬਣਿਆ ਉਸ ਤੋਂ ਬਾਅਦ ਅਸਮ ਨੈਸ਼ਨਲ ਪਾਰਕ ਐਕਟ ਅਸਮ ਗਵਰਨਮੈਂਟ ਨੇ 1968 ਵਿੱਚ ਪਾਸ ਕੀਤਾ ਤੇ ਇਹਦੇ ਨਾਲ ਹੀ ਕਾਜ਼ੀਰੰਗਾ ਨੂੰ ਨੈਸ਼ਨਲ ਪਾਰਕ ਦਾ ਸਟੇਟਸ ਦਿੱਤਾ ਗਿਆ ਉਸ ਸਮੇਂ 430 ਸਕੁਐਰ ਕਿਲੋਮੀਟਰ ਏਰੀਆ ਸੀਗਾ ਬਾਅਦ ਵਿੱਚ ਸਭ ਤੋਂ ਪਹਿਲਾਂ ਤਾਂ ਇਹਨੂੰ ਸਿਰਫ ਸਟੇਟ ਦੀ ਸਰਕਾਰ ਨੇ ਨੈਸ਼ਨਲ ਪਾਰਕ ਦੇ ਤੌਰ ਤੇ ਰੈਕੋਗਨਾਈਜ਼ ਕੀਤਾ ਫਿਰ ਭਾਰਤ ਸਰਕਾਰ ਨੇ ਵੀ 1974 ਦੇ ਵਿੱਚ ਇਹਨੂੰ ਨੈਸ਼ਨਲ ਪਾਰਕ ਦੇ ਤੌਰ ਤੇ ਰੈਕੋਗਨਾਈਜ਼ ਕਰ ਲਿਆ ਦੈਨ 2006 ਵਿੱਚ ਇਹਨੂੰ ਟਾਈਗਰ ਰਿਜ਼ਰਵ ਦਾ ਸਟੇਟਸ ਦਿੱਤਾ ਗਿਆ ਦੈਨ ਕਮਸ ਮੋਸਟ ਇੰਪੋਰਟੈਂਟ ਫੈਕਟ ਕਾਜ਼ੀਰੰਗਾ ਨੈਸ਼ਨਲ ਪਾਰਕ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵੀ ਹੈ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਤੇ ਜੇ ਆਪਾਂ ਗੱਲ ਕਰੀਏ ਵਨ ਹੋਰਨ ਰਾਈਨੋ ਦੀ ਜਿਹੜੀ ਥ੍ਰੈਟਨ ਸਪੀਸੀ ਹੈ ਉਹਦਾ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਲਾਰਜੈਸਟ ਪਾਪੂਲੇਸ਼ਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਹੀ ਪਾਈ ਜਾਂਦੀ ਹੈ ਆਲਸੋ ਉਰੇ ਹੋਰ ਬਹੁਤ ਸਾਰੀਆਂ ਸਪੀਸੀਜ਼ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਕਿੰਗ ਕੋਬਰਾ ਹੋ ਗਿਆ ਜਿਹੜਾ ਸਭ ਤੋਂ ਲੰਬਾ ਵੈਨਮਸ ਸਨੇਕ ਹੈ ਵਰਲਡ ਦਾ ਬਾਕੀ ਰੈਟੀਕੁਲੇਟਡ ਪਾਇਥਨ ਰੌਕ ਪਾਇਥਨ ਦੋ ਵਰਲਡ ਦੇ ਲਾਰਜੈਸਟ ਸਨੇਕਸ ਇਹ ਸਾਰੀਆਂ ਇੰਪੋਰਟੈਂਟ ਸਪੀਸੀਜ਼ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਪਾਈਆਂ ਜਾਂਦੀਆਂ ਸੋ ਇਹ ਤੁਸੀਂ ਦੇਖ ਸਕਦੇ ਹੋ ਪਿਕਟੋਰੀਅਲ ਰੈਪ੍ਰਜੈਂਟੇਸ਼ਨ ਇਹ ਸਾਰੀ ਇਹਦੀ ਜੋਗ੍ਰਾਫੀ ਇਹਦੀ ਲੋਕੇਸ਼ਨ ਨੂੰ ਡਿਪਿਕਟ ਕਰ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਨਗਾਓਂ ਡਿਸਟ੍ਰਿਕਟ ਹੈ ਦੈਨ ਦਿਸ ਇਜ਼ ਗੋਲਾਘਾਟ ਦੋ ਡਿਸਟ੍ਰਿਕਟ ਤੱਕ ਇਹ ਪੂਰਾ ਫੈਲਿਆ ਹੋਇਆ ਅਰੁਣਾਚਲ ਪ੍ਰਦੇਸ਼ ਇਹਦੇ ਇੱਧਰ ਬਾਰਡਰ ਤੇ ਆ ਜਾਂਦਾ ਹੈ ਸੋ ਕਾਜ਼ੀਰੰਗਾ ਇਜ਼ ਲੋਕਲੀ ਨੋਨ ਐਸ ਲੋਕਲੀ ਇਹਨੂੰ ਸਟੇਟ ਵਿੱਚ ਕਿਹਾ ਜਾਂਦਾ ਹੈ ਲੈਂਡ ਆਫ ਰੈੱਡ ਗੋਟਸ ਡੀਅਰ ਦਿਸ ਇਜ਼ ਬਿਕਾਜ਼ ਇਟਸ ਡਿਰਾਈਵ ਇਟਸ ਨੇਮ ਫਰੋਮ ਵਰਡ ਕਾਜ਼ੀ ਤਿਰੰਗਾ ਕਾਜ਼ੀ ਤਿਰੰਗਾ ਦੋ ਨਾਮਾਂ ਨੂੰ ਜੋੜ ਕੇ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਨਾਮ ਪਿਆ ਕਾਜ਼ੀ ਦਾ ਮਤਲਬ ਹੁੰਦਾ ਹੈ ਕਰਬੀ ਲੈਂਗੁਏਜ ਅਸਮ ਦੀ ਇੱਕ ਲੋਕਲ ਡਾਇਲੈਕਟ ਹੈ ਸੋ ਕਾਜ਼ੀ ਦਾ ਕਰਬੀ ਲੈਂਗੁਏਜ ਦੇ ਵਿੱਚ ਮਤਲਬ ਹੈ ਗੋਟ ਤੇ ਰੰਗਾ ਦਾ ਮਤਲਬ ਹੈ ਰੈੱਡ ਸੋ ਟੁਗੈਦਰ ਇਟ ਮੇਕਸ ਰੈੱਡ ਗੋਟ ਡੀਅਰ ਲੈਂਡ ਓਡੀਸ਼ਾ 5 ਫਰਵਰੀ 2022 ਨੂੰ ਬਸੰਤ ਪੰਚਮੀ ਦਾ ਦਿਨ ਸੈਲੀਬ੍ਰੇਟ ਕਰ ਰਿਹਾ ਉਸ ਦਿਨ ਕੀ ਹੁੰਦਾ ਹੈ ਲਾਰਡ ਜਗਨਨਾਥ ਦੀ ਇੱਕ ਰਥ ਯਾਤਰਾ ਨਿਕਲਦੀ ਹੈ ਇੱਕ ਚੈਰੀਅਟ ਹੁੰਦਾ ਹੈ ਵਿਦ ਅ ਪ੍ਰੇਅਰ ਸੈਰੇਮਨੀ ਸੋ ਬਸੰਤ ਪੰਚਮੀ ਦੇ ਦਿਨ ਨੂੰ ਉੜੀਸਾ ਵਿੱਚ ਮਨਾਇਆ ਜਾਂਦਾ ਹੈ ਇੱਕ ਪ੍ਰੇਅਰ ਸੈਰੇਮਨੀ ਕਰਕੇ ਟੂ ਕੰਸੀਕ੍ਰੇਟ ਦ ਲੌਗਸ ਯੂਜ਼ਡ ਇਨ ਦ ਚੈਰੀਅਟ ਆਫ ਦਾਇਤੀ ਜਗਨਨਾਥ ਪਰ ਇਸ ਸਾਲ ਜਿਹੜੀਆਂ ਵੁੱਡਸ ਯੂਜ਼ ਕੀਤੀਆਂ ਜਾਂਦੀਆਂ ਜਿਹਦਾ ਨਾਮ ਹੈ ਫਾਸੀ ਵੁੱਡ ਜਿਹੜੀ ਚੈਰੀਅਟ ਵਿੱਚ ਯੂਜ਼ ਕੀਤੀ ਜਾਂਦੀ ਹੈ ਉਹ ਸਰਕਾਰ ਦਾ ਜਿਹੜਾ ਫੋਰੈਸਟ ਡਿਪਾਰਟਮੈਂਟ ਹੈ ਉਹਦੇ ਤੋਂ ਨਹੀਂ ਆਈ ਪ੍ਰਾਈਵੇਟ ਲੈਂਡ ਤੋਂ ਆਈ ਹੈ ਤੇ ਇਹ ਮੇਨ ਇੱਕ ਨਿਊਜ਼ ਦਾ ਇਸ਼ੂ ਬਣਿਆ ਕਰੰਟ ਇਸ਼ੂ ਬਣਿਆ ਫਾਸੀ ਵੁੱਡ ਸੋ ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣਾ ਹੈ ਕਿ ਫਾਸੀ ਵੁੱਡ ਕਿਹੜੇ ਮੇਨ ਇੰਪੋਰਟੈਂਟ ਸਟੇਟ ਦੀ ਰਥ ਯਾਤਰਾ ਦੇ ਵਿੱਚ ਜਾਂ ਕਿਹੜੇ ਦਾਇਤੀ ਦੀ ਰਥ ਯਾਤਰਾ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਉਹਦੇ ਚੈਰੀਅਟ ਦੇ ਵਿੱਚ ਸੋ ਜਿਹੜਾ ਫਾਸੀ ਵੁੱਡ ਹੈ ਇਹ ਚੈਰੀਅਟ ਆਫ ਦਾਇਤੀ ਜਗਨਨਾਥ ਆਫ ਪੁਰੀ 3 ਨਿਊ ਵੁਡਨ ਚੈਰੀਅਟਸ ਟੂ ਕੈਰੀ ਦ ਪ੍ਰਿਸਾਈਡਿੰਗ ਦਾਇਤੇਸ ਆਫ ਸ਼੍ਰੀ ਮੰਦਿਰ ਟੈਂਪਲ ਐਟ ਉੜੀਸਾ ਪੁਰੀ ਆਰ ਕੰਸਟਰਕਟਡ ਹਰ ਸਾਲ ਇਸ ਲੱਕੜ ਦੇ ਨਾਲ ਤਿਆਰ ਕੀਤੇ ਜਾਂਦੇ ਆ ਇਹ ਵੁਡਨ ਚੈਰੀਅਟ ਜਿਹਦੇ ਵਿੱਚ ਇਹ ਰਥ ਯਾਤਰਾ ਨਿਕਲਦੀ ਹੈ ਜਿਹੜੇ ਫਾਸੀ ਟ੍ਰੀ ਨੇ ਇਹ ਮੋਸਟਲੀ ਐਲੂਵੀਅਲ ਫਲੱਡ ਪੇਨ ਹੈ ਜਿਹੜਾ ਮਹਾਨਦੀ ਦਾ ਉੱਥੇ ਪਾਏ ਜਾਂਦੇ ਨੇ ਤੇ ਮੈਚਿਓਰ ਹੋਣ ਲਈ ਪੂਰੀ ਤਰ੍ਹਾਂ ਇਹਨਾਂ ਟ੍ਰੀਜ਼ ਨੂੰ 50 ਤੋਂ 60 ਸਾਲ ਲੱਗ ਜਾਂਦੇ ਨੇ ਨੈਕਸਟ ਐਗਜ਼ਾਮ ਦੇ ਲਈ ਆਪਾਂ ਇੱਕ ਹੋਰ ਇੰਪੋਰਟੈਂਟ ਕੁਐਸਚਨ ਤਿਆਰ ਕਰਦੇ ਹਾਂ ਰਿਲੇਟਡ ਟੂ ਜਗਨਨਾਥ ਯਾਤਰਾ ਆਫ ਪੁਰੀ ਇਹ ਵੀ ਬਾਰ ਬਾਰ ਕੁਐਸਚਨ ਕਿਸੇ ਵੀ ਫੋਰਮ 'ਚ ਇਹਦੇ ਨਾਲ ਰਿਲੇਟਡ ਪੁੱਛਿਆ ਜਾਂਦਾ ਹੈ ਉੜੀਸਾ ਬਾਰੇ ਪੁਰੀ ਬਾਰੇ ਯਾਤਰਾ ਕਿਹੜੇ ਲਾਰਡ ਨੂੰ ਵਰਸ਼ਿਪ ਕੀਤਾ ਜਾਂਦਾ ਹੈ ਸੋ ਜਗਨਨਾਥ ਰਥ ਯਾਤਰਾ ਹਰ ਸਾਲ ਸੈਲੀਬ੍ਰੇਟ ਕੀਤੀ ਜਾਂਦੀ ਹੈ ਇਹਦੇ ਵਿੱਚ ਲਾਰਡ ਜਗਨਨਾਥ ਜਿਨ੍ਹਾਂ ਨੂੰ ਪੂਰੇ ਦੁਨੀਆ ਦੇ ਰੂਲਰ ਮੰਨਿਆ ਜਾਂਦਾ ਹੈ ਉਹਨਾਂ ਦੀ ਪੂਜਾ ਹੁੰਦੀ ਹੈ ਨਾਲ ਉਹਨਾਂ ਦੇ ਐਲਡਰ ਬ੍ਰਦਰ ਅਤੇ ਉਹਨਾਂ ਦੀ ਸਿਸਟਰ ਸੁਭਦਰਾ ਦੀ ਪੂਜਾ ਹੁੰਦੀ ਹੈ
रथ यात्रा द फेस्टिवल ऑफ चैरियट्स ऑफ लॉर्ड जगन्नाथ इज सेलिब्रेटेड एवरी ईयर किथे? लोकेशन इज वेरी इंपॉर्टेंट. फॉर एग्जाम्पल पुरी, द टेम्पल टाउन इन ओरिसा, ऑन द ईस्ट कोस्ट ऑफ इंडिया. एक और इंपॉर्टेंट क्वेश्चन है रिलेटेड टू इंडियन आर्ट एंड कल्चर. जिहड़ा गुंदीचा टेम्पल है एक कलिंगा स्टाइल ऑफ आर्कीटेक्चर का तैयार किया होया है. सो आर्कीटेक्चर का तैयार करने वाला जिहड़ा स्टाइल है वह भी कई बार डायरैक्टली एग्जाम च आ जाता है कि कहड़ा टेम्पल किस स्टाइल न तैयार किया होया है. सो इस पिक्चर में तुसी इस टेम्पल का स्ट्रक्चर देख सकते हो, एक कलिंगा स्टाइल का टेम्पल है. नेक्स्ट इज रिलेटेड टू इको सेंसिटिव जोन और इकोलॉजिकली फ्रेजाइल एरियाज. ये वह एरियाज ने जिन्हों मिनिस्ट्री ऑफ एनवायरमेंट फॉरेस्ट एंड क्लाइमेट चेंज गवर्नमेंट ऑफ इंडिया इन्हों नोटिफाई करती है प्रोटेक्टिड एरियाज के आले दुआले, नैशनल पार्क ते वाइल्डलाइफ सेंचुरीज. परपस है इको सेंसिटिव जोन डिकलेयर करन दा एक लोगों के अंदर शॉक एबजॉर्बर के तौर पर काम करते हैं कि जिहड़े नैशनल पार्क वाइल्डलाइफ सेंचुरीज ने उत्थे तुसी हर तरह की एक्टिविटी नहीं परफॉर्म कर सकते. कुछ एक्टिविटीज उत्थे तुसी कर सकते हो, कुछ एक्टिविटीज बैड ने. सो हुण तुहानूं मैं दसूंगी कि कहड़ियां-कहड़ियां एक्टिविटीज इन्हां जोनस दे विच प्रोहिबिटेड ने, जिन्हां दे उत्ते पूरी तरह मनाही है, दैन कहड़ियां रेगुलेटेड ने, दैन कहड़ियां परमिटेड ने, जिन्हां बारे कोई भी रेगुलेशन, कोई लॉ, कोई परमिशन की प्रायर जरूरत नहीं है. सो प्रोहिबिटेड एक्टिविटीज विच आउंदे ने कमर्शियल माइनिंग, सैटिंग ऑफ सॉ मिल, सैटिंग ऑफ इंडस्ट्रीज कॉजिंग पोल्यूशन, इस्टैबलिशमेंट ऑफ मेजर हाइड्रो इलैक्ट्रिक प्रोजेक्ट, रेगुलेटेड फैलिंग ऑफ ट्री, इस्टैबलिशमेंट ऑफ होटल रिजॉर्ट, इरेक्शन ऑफ इलैक्ट्रिकल केबल्स, ड्रास्टिक चेंज ऑफ एग्रीकल्चर सिस्टम. परमिटेड ऑन गोइंग एग्रीकल्चर हॉर्टीकल्चर बाय लोकल कम्युनिटीज. किसी भी जगह पर जो कोई नैशनल पार्क है, सेंचुरी है, जो उत्थे पहला तो उत्थों की लोकल कम्युनिटी कोई काफ़ी समय तो एग्रीकल्चर या हॉर्टीकल्चर प्रैक्टिस कर रही है, तो वह उस तरह चलती रहो. रेन वाटर हारवेस्टिंग, ऑरगैनिक फार्मिंग. सो हुणे इको सेंसिटिव जोन की कॉन्ट्रोवर्सी क्यों उठी सी? जिहड़ा वायनाड वाइल्डलाइफ सेंचुरी केरला दे अराउंड उहदे आले दुआले इको सेंसिटिव जोन है, ਉਹਨੂੰ ਲੈ ਕੇ ਕੰਟਰੋਵਰਸੀ ਆਈ. ਇੱਕ ਡਰਾਫਟ ਇਸ਼ੂ ਕੀਤਾ ਸੀ ਮਿਨਿਸਟਰੀ ਆਫ ਇਨਵਾਇਰਮੈਂਟ ਨੇ, ਜਿਹਦੇ ਅੰਦਰ ਨੋਟੀਫਾਈ ਕੀਤਾ ਗਿਆ ਸੀ ਕਿ ਜਿਹੜੀ ਇਹ ਵਾਇਨਾਇਡ ਵਾਈਲਡਲਾਈਫ ਸੈਂਚਰੀ ਹੈ ਉਹਦਾ 118.59 ਸਕੁਆਇਰ ਕਿਲੋਮੀਟਰ ਨੂੰ ਈਕੋ ਸੈਂਸਿਟਿਵ ਜ਼ੋਨ ਡਿਕਲੇਅਰ ਕੀਤਾ ਜਾਊਗਾ. ਕੇਰਲਾ ਚਾਹੁੰਦੀ ਹੈ ਕਿ ਜਿਹੜਾ ਈਕੋ ਸੈਂਸਿਟਿਵ ਜ਼ੋਨ ਹੈ ਉਹ 88.2 ਸਕੁਆਇਰ ਕਿਲੋਮੀਟਰ ਦਾ ਹੋਵੇ. ਸੋ ਇਹ ਮੇਨ ਕੰਟਰੋਵਰਸੀ ਚੱਲ ਰਹੀ ਹੈ ਰਿਲੇਟਡ ਟੂ ਦ ਸਾਈਜ਼ ਆਫ ਈਕੋ ਸੈਂਸਿਟਿਵ ਜ਼ੋਨ ਅਰਾਊਂਡ ਵਾਇਨਾਡ ਵਾਈਲਡਲਾਈਫ ਸੈਂਚੁਰੀ ਇਨ ਕੇਰਲਾ. ਤੇ ਐਗਜ਼ਾਮ ਦੇ ਲਈ ਤੁਹਾਨੂੰ ਉੱਥੇ ਡਾਇਰੈਕਟਲੀ MCQ ਆ ਸਕਦੇ ਨੇ, ਵਿਚ ਆਫ ਦ ਫੋਲੋਇੰਗ ਐਕਟੀਵਿਟੀਜ਼ ਆਰ ਪ੍ਰੋਹਿਬਿਟਡ ਔਰ ਰੈਗੂਲੇਟਡ ਔਰ ਪਰਮਿਟਡ ਇਨ ਈਕੋ ਸੈਂਸਿਟਿਵ ਜ਼ੋਨ ਇਨ ਨੈਸ਼ਨਲ ਪਾਰਕ ਵਾਈਲਡਲਾਈਫ ਸੈਂਚੁਰੀਜ਼. ਸੋ ਇਹ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ. ਨੈਕਸਟ ਹੈ ਪੈਟ ਕੋਕ ਦੇ ਨਾਲ ਰਿਲੇਟਡ ਕੁਐਸਚਨ. ਡਾਇਰੈਕਟਲੀ ਐਗਜ਼ਾਮ 'ਚ ਆ ਜਾਂਦਾ ਪੈਟ ਕੋਕ ਕੀ ਹੈ, ਇਹਦੀ ਕਿਸ ਤਰੀਕੇ ਦੇ ਨਾਲ ਆਪਾਂ ਯੂਜ਼ ਕਰਦੇ ਹਾਂ, ਇਹ ਕਿਸ ਤਰੀਕੇ ਨਾਲ ਇਹਦਾ ਕੰਮ ਲੈ ਕੇ ਆਉਂਦੇ ਹਾਂ ਆਪਾਂ, ਕਿਹੜੀ ਕਿਹੜੀਆਂ ਇੰਡਸਟਰੀਜ਼ ਵਿੱਚ ਇਹਦੀ ਵਰਤੋਂ ਹੁੰਦੀ ਹੈ. ਸੋ ਡਾਇਰੈਕਟੋਰੇਟ ਜਨਰਲ ਆਫ ਫੋਰਨ ਟ੍ਰੇਡ ਨੇ ਪੂਰੀ ਤਰ੍ਹਾਂ ਬੈਨ ਕਰਤਾ ਕਿ ਇੰਪੋਰਟਡ ਪੈਟ ਕੋਕ ਨੂੰ ਐਸ ਫਿਊਲ ਯੂਜ਼ ਨਹੀਂ ਕਰ ਸਕਦੇ. ਜਿਹੜਾ ਪੈਟ ਕੋਕ ਦਾ ਯੂਜ਼ ਹੈ ਇਹ ਸਿਰਫ ਸੀਮੈਂਟ ਦੇ ਲਈ, ਲਾਈਮਕਿਨ ਲਈ, ਕੈਲਸ਼ੀਅਮ ਕਾਰਬਾਈਡ ਤੇ ਗੈਸੀਫਿਕੇਸ਼ਨ ਇੰਡਸਟਰੀਜ਼ ਦੇ ਲਈ ਹੀ ਅਲਾਊਡ ਹੈ, ਬਾਕੀ ਚੀਜ਼ਾਂ ਦੇ ਲਈ ਪੂਰੀ ਤਰ੍ਹਾਂ ਮਨਾਹੀ ਹੈ. ਕਿਉਂਕਿ ਜਿਹੜਾ ਪੈਟ ਕੋਕ ਹੈ ਇਹਦੇ ਵਿੱਚੋਂ ਬਹੁਤ ਹੀ ਜ਼ਿਆਦਾ ਹਾਈ ਲੈਵਲ ਦਾ ਕਾਰਬਨ ਰਿਲੀਜ਼ ਹੁੰਦਾ ਹੈ, ਜਿਹੜਾ ਕਾਫ਼ੀ ਜ਼ਿਆਦਾ ਟੌਕਸਿਕ ਹੈ, ਹਾਰਮਫੁਲ ਹੈ, ਜ਼ਹਿਰੀਲਾ ਹੈ, ਡੇਂਜਰਸ ਹੈ. ਅਤੇ ਇਹਦੇ ਨਾਲ ਏਅਰ ਪੋਲਿਊਸ਼ਨ, ਵਾਟਰ ਪੋਲਿਊਸ਼ਨ, ਹੋਰ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਨੇ ਜਿਹੜੀਆਂ ਡਾਇਰੈਕਟਲੀ ਖੜੀਆਂ ਹੋ ਜਾਂਦੀਆਂ ਨੇ. ਇਸੇ ਲਈ ਪੈਟ ਕੋਕ ਦਾ ਜਿਹੜਾ ਯੂਜ਼ ਹੈ ਉਹ ਕਾਫ਼ੀ ਲਿਮਿਟਿਡ ਹੈ. ਪੈਟ ਕੋਕ, ਜਿਹਨੂੰ ਪੈਟਰੋਲੀਅਮ ਕੋਕ ਵੀ ਕਿਹਾ ਜਾਂਦਾ ਹੈ, ਇਹ ਫਾਈਨਲ ਕਾਰਬਨ ਰਿਚ ਸੋਲਿਡ ਮਟੀਰੀਅਲ ਹੈ ਜਿਹੜਾ ਆਇਲ ਰਿਫਾਈਨਿੰਗ ਤੋਂ ਬਾਅਦ ਨਿਕਲਦਾ ਹੈ, ਤਿਆਰ ਹੁੰਦਾ ਹੈ. ਇਟ ਇਜ਼ ਕੈਟੇਗਰਾਈਜ਼ਡ ਐਜ਼ ਅ ਬੋਟਮ ਆਫ ਦ ਬੈਰਲ ਫਿਊਲ ਐਜ਼ ਇਟ ਇਜ਼ ਇਸੈਂਸ਼ੀਅਲੀ ਰੈਜ਼ੀਡੂਅਲ ਵੇਸਟ ਮਟੀਰੀਅਲ, ਜਿਹੜਾ ਕੋਲ ਨੂੰ ਰਿਫਾਈਨ ਕਰਨ ਤੋਂ ਬਾਅਦ ਉਹਦੇ ਵਿੱਚੋਂ ਜਦੋਂ ਬਾਕੀ ਪੈਟਰੋਲ ਹੋਰ ਆਪਾਂ ਹਲਕੇ ਜਿਹੜੇ ਫਿਊਲਸ ਨੇ ਉਹ ਕੱਢ ਲੈਂਦੇ ਹਾਂ, ਅਲੱਗ ਕਰ ਲੈਂਦੇ ਹਾਂ, ਉਸ ਤੋਂ ਬਾਅਦ ਜਿਹੜਾ ਨੀਚੇ ਵੇਸਟ ਰਹਿੰਦਾ ਹੈ, ਰੈਜ਼ੀਡੂਅਲ ਵੇਸਟ ਹੈ, ਉਹਨੂੰ ਨਾਮ ਦਿੱਤਾ ਗਿਆ ਪੈਟ ਕੋਕ ਦਾ. ਪੈਟ ਕੋਕ ਇਸ ਓਵਰ 90% ਕਾਰਬਨ ਤੇ ਇਹਦੇ ਨਾਲ 5-10% ਤੋਂ ਵੀ ਜ਼ਿਆਦਾ ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦੀ ਹੈ ਜਦੋਂ ਇਹਨੂੰ ਆਪਾਂ ਬਰਨ ਕਰਦੇ ਹਾਂ.
ਸੋ ਜਿਹੜਾ ਪੈਟਕੋਕ ਹੈ ਜਿਹਦੇ ਸਲਫਰ ਕੰਟੈਂਟ ਦੀ ਗੱਲ ਕਰੀਏ ਤਾਂ 74,000 ppm ਤੁਸੀਂ ਦੇਖ ਸਕਦੇ ਹੋ ਕਿ ਜੇ ਇਹ ਇਨਵਾਇਰਨਮੈਂਟ ਦੇ ਵਿੱਚ ਰਿਲੀਜ਼ ਹੋ ਜੇ ਤਾਂ ਇਹਦਾ ਕਿੰਨਾ ਭਾਰੀ ਨੁਕਸਾਨ ਹੋ ਸਕਦਾ ਹੈ। ਸੋ ਇਸੇ ਲਈ ਇਹਦੇ ਉੱਤੇ ਬੈਨ ਲਗਾਇਆ ਹੋਇਆ, ਸਿਰਫ ਕੁਝ ਲਿਮਿਟਿਡ ਪਰਪਸ ਲਈ ਹੀ ਪੈਟਕੋਕ ਦੀ ਯੂਜ਼ ਹੁੰਦਾ ਹੈ। ਨੈਕਸਟ ਕੁਐਸਚਨ ਹੈ, ਐਨ ਆਬਜ਼ਰਵੇਟਰੀ ਵੁੱਡ ਸੂਨ ਬੀ ਡਿਵੈਲਪਡ ਟੂ ਅਲਾਓ ਵਿਜ਼ਟਰ ਟੂ ਸੀ ਗੈਂਗਟੇਕ ਡੋਲਫਿਨ, ਕਿੱਥੇ? ਵਿਕਰਮਸ਼ੀਲ ਗੈਂਗਟੇਕ ਡੋਲਫਿਨ ਸੈਂਚਰੀ ਦੇ ਵਿੱਚ। ਡੋਲਫਿਨ, ਜੇ ਆਪਾਂ ਗੈਂਗਟੇਕ ਡੋਲਫਿਨ ਦੀ ਗੱਲ ਕਰੀਏ ਤਾਂ ਇਹਦੇ ਪ੍ਰੋਟੈਕਸ਼ਨ ਸਟੇਟਸ ਕਾਫੀ ਵਾਰ ਐਗਜ਼ਾਮ 'ਚ ਆ ਜਾਂਦਾ ਹੈ। ਸੋ IUCN ਰੈੱਡ ਲਿਸਟ ਦੇ ਅਕੋਰਡਿੰਗ ਇਹ ਐਂਡੇਂਜਰਡ ਸਪੀਸ ਹੈ। ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅਕੋਰਡਿੰਗ ਸ਼ਡਿਊਲ 1 'ਚ ਆਉਂਦੀ ਹੈ, ਸਾਈਟਸ ਦੇ ਅੰਦਰ ਅਪੈਂਡਿਕਸ 1 'ਚ ਆਉਂਦੀ ਹੈ। ਵਨ ਮੋਰ ਇੰਪੋਰਟੈਂਟ ਥਿੰਗ ਕਿ ਜਿਹੜਾ ਇਹ ਇੰਪੋਰਟੈਂਟ ਆਬਜ਼ਰਵੇਟਰੀ ਦੀ ਗੱਲ ਕਰ ਰਿਹਾ, ਇਹ ਕਿੱਥੇ ਆ ਰਹੀ ਹੈ? ਸੋ ਇਹ ਆ ਰਹੀ ਹੈ ਟੂ ਬੀ ਬਿਲਟ ਐਜ਼ ਅ ਪਾਰਟ ਆਫ ਸੁਲਤਾਨਗੰਜ ਆਗੂਵਾਨੀ ਘਾਟ ਬ੍ਰਿਜ ਇਨ ਭਾਗਲਪੁਰ ਬਿਹਾਰ, ਇੰਪੋਰਟੈਂਟ, ਤੇ ਇਸ ਸੈਂਚਰੀ ਦਾ ਨਾਮ ਵੀ ਤੁਸੀਂ ਐਗਜ਼ਾਮ ਦੇ ਲਈ ਜ਼ਰੂਰ ਯਾਦ ਰੱਖਣਾ। ਨੈਕਸਟ ਇੱਕ ਵੈਸੇ ਹੀ ਕੁਐਸਚਨ ਹੈ, ਕਈ ਵਾਰੀ ਐਗਜ਼ਾਮ 'ਚ ਇਹ ਕੁਐਸਚਨ ਦੇਖਣ ਨੂੰ ਮਿਲਿਆ ਹੈ, ਨੈਚੁਰਲ ਫਾਰਮਿੰਗ, ਜ਼ੀਰੋ ਬਜਟ ਫਾਰਮਿੰਗ, ਇਹ ਕੁਝ ਇਹੋ ਜਿਹੇ ਕਨਸੈਪਟ ਨੇ ਜਿਹੜੇ ਬਾਰ ਬਾਰ ਜਦੋਂ ਆਪਾਂ ਥਿਊਰੀ ਤਿਆਰ ਕਰਦੇ ਹਾਂ ਇਨਵਾਇਰਮੈਂਟ ਦੀ ਜਾਂ ਕੋਈ ਨਿਊਜ਼ ਪੜ੍ਹਦੇ ਹਾਂ ਇਨਵਾਇਰਮੈਂਟ ਨਾਲ ਰਿਲੇਟਿਡ, ਤਾਂ ਇਹ ਟਰਮਸ ਆਪਣੇ ਸਾਹਮਣੇ ਆਉਂਦੀਆਂ ਨੇ। ਸੋ ਕੁਝ ਕੰਪੋਨੈਂਟਸ ਨੇ ਨੈਚੁਰਲ ਫਾਰਮਿੰਗ ਦੇ, ਨੰਬਰ 1 ਹੈ ਬੀਜ ਅੰਮ੍ਰਿਤ। ਇਹ ਜਿਹੜੇ ਬੀਜ ਅੰਮ੍ਰਿਤ ਹੋ ਗਿਆ, ਜੀਵ ਅੰਮ੍ਰਿਤ ਕੀ ਹੈ, ਮਲਚਿੰਗ ਕੀ ਹੈ, ਇਹ ਐਸ ਸੱਚ ਤੁਹਾਨੂੰ ਸਿਰਫ ਡਾਇਰੈਕਟਲੀ ਇਹਨਾਂ ਦਾ ਮੀਨਿੰਗ ਹੀ ਐਗਜ਼ਾਮ ਦੇ ਲਈ ਤਿਆਰ ਕਰਕੇ ਜਾਣਾ, ਮੀਨਿੰਗ ਹੀ ਪਤਾ ਹੋਣਾ ਚਾਹੀਦਾ। ਸੋ ਨੈਚੁਰਲ ਫਾਰਮਿੰਗ ਦੇ ਅੰਦਰ ਬੀਜ ਅੰਮ੍ਰਿਤ ਹੈ, ਪ੍ਰੋਸੈਸ ਇਨਕਲੂਡਸ ਟ੍ਰੀਟਮੈਂਟ ਆਫ ਸੀਡ ਯੂਜ਼ਿੰਗ ਕਾਉਡੰਗ ਯੂਰਿਨ ਟਾਈਮ ਬੇਸਡ ਫਾਰਮੂਲੇਸ਼ਨ। ਜਿਹੜੇ ਸੀਡਸ ਨੇ ਉਹਨਾਂ ਜਿਹੜਾ ਤੁਸੀਂ ਟ੍ਰੀਟਮੈਂਟ ਕਰਨਾ ਹੈ, ਉਹਨੂੰ ਤੁਸੀਂ ਨੈਚੁਰਲ ਔਰਗੈਨਿਕ ਚੀਜ਼ਾਂ ਦੇ ਨਾਲ ਤਿਆਰ ਕਰਨੇ ਆ ਜਿਹੜੇ ਸੀਡਸ ਨੇ। ਦੈਨ ਜੀਵ ਅੰਮ੍ਰਿਤ ਦਾ ਮਤਲਬ ਹੈ ਸੋਇਲ ਦੀ ਫਰਟੀਲਿਟੀ ਨੂੰ ਇਨਕਰੀਜ਼ ਕਰਨ ਦੇ ਲਈ, ਜ਼ਿਆਦਾ ਉਪਜਾਊ ਬਣਾਉਣ ਦੇ ਲਈ ਤੁਸੀਂ ਕਾਉ ਯੂਰਿਨ ਯੂਜ਼ ਕਰੋ, ਦੈਨ ਡੰਗ ਯੂਜ਼ ਕਰੋ, ਪਲਸਿਸ ਦਾ ਆਟਾ ਯੂਜ਼ ਕਰੋ, ਜੈਗਰੀ ਯੂਜ਼ ਕਰੋ। ਦੈਨ ਵਪਾਸ, ਇਹਦੇ ਵਿੱਚ ਉਹ ਸਾਰੀਆਂ ਐਕਟੀਵਿਟੀਜ਼ ਨੇ ਜਿਹਦੇ ਵਿੱਚ ਆਪਾਂ ਅਰਥ ਵਾਰਮ ਨੂੰ ਮਿੱਟੀ ਦੇ ਵਿੱਚ ਮਿਲਾਉਂਦੇ ਹਾਂ ਸੋ ਦੈਟ ਇੱਕ ਵਾਟਰ ਵੇਪਰ ਕੰਡਨਸੇਸ਼ਨ ਤਿਆਰ ਹੋ ਸਕੇ। ਸੋ ਇਹ ਸਾਰੇ ਮੈਥਡ ਨੇ ਔਰਗੈਨਿਕ ਨੈਚੁਰਲ ਫਾਰਮਿੰਗ ਦੇ, ਅਤੇ ਐਸ ਸੱਚ ਤੁਹਾਨੂੰ ਇਹ ਮੈਂ ਬਾਰ ਬਾਰ ਰਿਪੀਟ ਕਰ ਰਹੀ ਹਾਂ, ਸਿਰਫ ਟਰਮਸ ਦਾ ਸਿਗਨੀਫਿਕੈਂਸ ਕੀ ਹੈ, ਰੈਲੇਵੈਂਸ ਕੀ ਹੈ, ਇਹਨਾਂ ਦਾ ਬੇਸਿਕ ਮਤਲਬ ਕੀ ਹੈ ਉਹ ਪਤਾ ਹੋਣਾ ਚਾਹੀਦਾ। ਮਲਚਿੰਗ, ਮਲਚਿੰਗ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਹੈ? ਇੱਕ ਮਾਈਕਰੋ ਕਲਾਈਮੇਟ ਤਿਆਰ ਕੀਤਾ ਜਾਂਦਾ ਹੈ ਡਿਫਰੈਂਟ ਮਲਚਿਸ ਦੇ ਨਾਲ, ਟ੍ਰੀਜ਼ ਹੋ ਗਏ, ਕ੍ਰੋਪ ਬਾਇਓਮਾਸ ਹੋ ਗਏ, ਸੋ ਦੈਟ ਜਿਹੜੀ ਸੋਇਲ ਦੇ ਅੰਦਰ ਇੱਕ ਨਮੀ ਹੈ, ਮੋਇਸਚਰ ਹੈ, ਉਹਦਾ ਕੰਟੈਂਟ ਪ੍ਰਿਜ਼ਰਵ ਰਹੇ, ਕੰਜ਼ਰਵ ਰਹੇ। ਦੈਨ ਪਲਾਂਟ ਪ੍ਰੋਟੈਕਸ਼ਨ, ਜਦੋਂ ਆਪਾਂ ਨੇ ਪਲਾਂਟ ਨੂੰ ਪ੍ਰੋਟੈਕਟ ਕਰਨਾ ਹੈ ਤਾਂ ਉਹਦੇ ਲਈ ਆਪਾਂ ਨੇ ਕੋਈ ਵੀ ਜ਼ਹਿਰੀਲੀਆਂ ਦਵਾਈਆਂ ਨਹੀਂ ਛਿੜਕਣੀਆਂ ਪੈਸਟ ਨੂੰ ਦੂਰ ਕਰਨ ਦੇ ਲਈ। ਸਾਰੀਆਂ ਚੀਜ਼ਾਂ ਬਾਇਓਲੋਜੀਕਲ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਪੈਸਟ ਨੂੰ ਦੂਰ ਕਰਨਗੀਆਂ, ਡਿਸੀਜ਼ ਨੂੰ, ਵੀਡ ਪ੍ਰੋਬਲਮ। ਨੈਕਸਟ ਕਮ ਵੈਰੀ ਵੈਰੀ ਇੰਪੋਰਟੈਂਟ ਡੇ ਵੈਨ ਇਟ ਕਮਸ ਟੂ ਇਨਵਾਇਰਮੈਂਟ। ਇਹ ਜਿਹੜਾ ਇੱਕ ਕੁਐਸਚਨ ਹੈ ਇੰਪੋਰਟੈਂਟ ਡੇ ਦਾ, ਇਹਦਾ ਥੀਮ ਹਰ ਬਾਰ ਐਗਜ਼ਾਮ 'ਚ ਰਿਪੀਟ ਹੁੰਦਾ ਹੈ, ਐਂਡ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ, ਵਰਲਡ ਵੈਟਲੈਂਡ ਡੇ। ਹਰ ਸਾਲ 2 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਓਬਜ਼ਰਵ ਕੀਤਾ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਵੈਟਲੈਂਡ ਦਾ, ਆਪਣੀ ਧਰਤੀ, ਲੋਕਾਂ ਦੇ ਲਈ ਕੀ ਮਹੱਤਵ ਹੈ, ਉਹਦੇ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ। ਸਾਲ 2022 51st ਐਨੀਵਰਸਰੀ ਮਨਾ ਰਹੀ ਹੈ ਰਾਮਸਰ ਕਨਵੈਨਸ਼ਨ ਔਨ ਵੈਟਲੈਂਡ ਦੀ, 2 ਫਰਵਰੀ 1971 ਨੂੰ ਜੋ ਸਟਾਰਟ ਹੋਈ ਸੀ ਰਾਮਸਰ ਇਰਾਨ ਵਿੱਚ, ਇਹ ਕਨਵੈਨਸ਼ਨ ਸਾਈਨ ਕੀਤੀ ਗਈ ਸੀ। ਉਸ ਤੋਂ ਬਾਅਦ ਹਰ ਸਾਲ 2 ਫਰਵਰੀ ਨੂੰ ਵਰਲਡ ਵੈਟਲੈਂਡ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸ ਕਨਵੈਨਸ਼ਨ ਦੇ ਕਰਕੇ। ਸੋ ਸਾਲ 2022 51st ਐਨੀਵਰਸਰੀ ਕਮੈਮੋਰੇਟ ਕਰ ਰਿਹਾ। ਵੈਟਲੈਂਡ ਕੀ ਨੇ? ਵੈਟਲੈਂਡ ਉਹ ਲੈਂਡ ਏਰੀਆ ਜਿਹੜਾ ਸੈਚੂਰੇਟਡ ਹੈ ਜਾਂ ਫਿਰ ਫਲੱਡਡ ਹੈ ਪਾਣੀ ਦੇ ਨਾਲ, ਚਾਹੇ ਉੱਥੇ ਪਾਣੀ ਪਰਮਾਨੈਂਟ ਹੈ, ਚਾਹੇ ਉੱਥੇ ਪਾਣੀ ਸੀਜ਼ਨਲ ਆਉਂਦਾ। ਜਿਵੇਂ ਇਨਲੈਂਡ ਵੈਟਲੈਂਡਸ ਵਿੱਚ ਹੁੰਦੇ ਨੇ ਮਾਰਸ਼ਿਸ, ਪੌਂਡ, ਲੇਕ, ਫੈਨ, ਰਿਵਰ, ਇਹ ਸਾਰੀਆਂ ਚੀਜ਼ਾਂ। ਕੋਸਟਲ ਵੈਟਲੈਂਡ ਵਿੱਚ ਆਉਂਦੇ ਨੇ ਸਾਲਟ ਵਾਟਰ, ਐਸਚੂਰੀਜ਼, ਲਗੂਨ, ਕੋਰਲ ਰੀਫ, ਦੈਨ ਫਿਸ਼ ਪੌਂਡ ਹੋ ਗਏ, ਸਾਲਟ ਪੈਨ ਹੋ ਗਏ। ਇਹ ਕੁਝ ਹਿਊਮਨ ਮੇਡ, ਮੈਨ ਮੇਡ ਵੈਟਲੈਂਡਸ ਨੇ। ਇਹ ਵੀ ਕਾਫੀ ਵਾਰ ਐਗਜ਼ਾਮ 'ਚ ਆ ਜਾਂਦਾ ਵਿਚ ਆਫ ਦ ਫੋਲੋਇੰਗ ਆਰ ਮੈਨ ਮੇਡ ਜਾਂ ਵਿਚ ਆਫ ਦ ਫੋਲੋਇੰਗ ਆਰ ਨੈਚੁਰਲ ਵੈਟਲੈਂਡ। ਸੋ ਇਹ ਅਲੱਗ ਅਲੱਗ ਕੈਟੇਗਰੀਜ਼ ਵੀ ਤੁਹਾਨੂੰ ਵੈਟਲੈਂਡ ਦੀ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਨਾਓ ਕਮਸ ਵੈਰੀ ਇੰਪੋਰਟੈਂਟ ਕਨਵੈਨਸ਼ਨ, ਰਾਮਸਰ ਕਨਵੈਨਸ਼ਨ, ਵੈਟਲੈਂਡਸ ਨੂੰ ਕੰਜ਼ਰਵ ਕਰਨ ਦੇ ਲਈ, ਪ੍ਰਮੋਟ ਕਰਨ ਦੇ ਲਈ ਇੱਕ ਇੰਟਰਨੈਸ਼ਨਲ ਅਗਰੀਮੈਂਟ ਸਾਈਨ ਕੀਤਾ ਗਿਆ ਸੀ 1971 ਵਿੱਚ ਇਰਾਨ ਵਿੱਚ, ਰਾਮਸਰ ਜਗ੍ਹਾ ਦਾ ਨਾਮ ਹੈ। ਸੋ ਉੱਥੇ ਇਸ ਕਨਵੈਨਸ਼ਨ ਨੂੰ ਅਡੋਪਟ ਕੀਤਾ ਗਿਆ।
ਇਹ ਲਾਗੂ ਹੋਈ 1975 ਤੋਂ ਆਲਮੋਸਟ 90% ਯੂਨਾਈਟਿਡ ਨੇਸ਼ਨ ਦੀਆਂ ਮੈਂਬਰ ਸਟੇਟਸ ਨੇ ਜਿਹੜੀਆਂ ਇਸ ਕਨਵੈਨਸ਼ਨ ਦਾ ਹਿੱਸਾ ਨੇ। ਹੁਣ ਆਪਣੇ ਲਈ ਐਗਜ਼ਾਮ ਲਈ 2021 ਦੇ ਵੀ ਥੀਮ ਜ਼ਰੂਰੀ ਨੇ, 2022 ਦੇ ਵੀ, ਕਿਉਂਕਿ ਜਨਵਰੀ 2021 ਤੋਂ ਲੈ ਕੇ ਜਦੋਂ ਤੱਕ ਤੁਹਾਡਾ ਕੋਈ ਪੇਪਰ ਨਹੀਂ ਹੁੰਦਾ ਤੁਸੀਂ ਉਦੋਂ ਤੱਕ ਦੇ ਸਾਰੇ ਕਰੰਟ ਅਫੇਅਰ ਤਿਆਰ ਕਰਨੇ ਨੇ ਜੇ ਤੁਸੀਂ ਐਗਜ਼ਾਮ ਦੇ ਵਿੱਚ ਆਪਣਾ 100% ਪਰਫਾਰਮ ਕਰਨਾ ਚਾਹੁੰਦੇ ਹੋ। ਸੋ ਉਰੇ ਹੁਣ ਆਪਾਂ ਥੀਮ ਦੋਨੋਂ ਦੇਖਾਂਗੇ, 2021 ਦਾ ਵੀ 22 ਦਾ ਵੀ। ਸਾਲ 2021 ਦਾ ਥੀਮ ਸੀ ਵੈਟਲੈਂਡ ਐਂਡ ਵਾਟਰ, ਵੈਰੀ ਸਿੰਪਲ ਥੀਮ। 2022 ਦਾ ਵੈਟਲੈਂਡ ਐਕਸ਼ਨ ਫਾਰ ਪੀਪਲ ਐਂਡ ਨੇਚਰ। ਨੈਕਸਟ, ਇੱਕ ਨਵਾਂ ਜੀਨਸ ਪੈਰਾਸਿਟਿਕ ਫਲਾਵਰਿੰਗ ਪਲਾਂਟ ਦਾ ਡਿਸਕਵਰ ਹੋਇਆ ਨੀਕੋਬਾਰ ਗਰੁੱਪ ਆਫ ਆਈਲੈਂਡਸ ਤੋਂ। ਸੋ ਇਹਦਾ ਨਾਮ ਹੈ ਸੈਪਟੀ ਮੈਰੈਂਥਸ। ਸੋ ਇਹ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਪੈਰਾਸਿਟਿਕ ਪਲਾਂਟ ਕੀ ਹੁੰਦਾ? ਪੈਰਾਸਿਟਿਕ ਪਲਾਂਟ ਬੇਸਿਕਲੀ ਰੂਟ ਲਾਈਕ ਸਟਰਕਚਰ ਪ੍ਰੋਡਿਊਸ ਕਰਦਾ ਜਿਨ੍ਹਾਂ ਨੂੰ ਹੋਸਟੋਰੀਆ ਕਿਹਾ ਜਾਂਦਾ, ਜਿਹੜੇ ਹੋਸਟ ਦੇ ਵਿੱਚ ਪੈਨੀਟ੍ਰੇਟ ਹੋ ਜਾਂਦੇ ਨੇ, ਉਹਦੇ ਵਿੱਚ ਚਲੇ ਜਾਂਦੇ ਨੇ, ਨਾਲ ਹੀ ਇਹ ਕਨੈਕਟ ਕਰਦੇ ਨੇ ਉਹਦੇ ਵੈਸਕੂਲੇਚਰ ਨੂੰ। ਬਾਅਦ ਵਿੱਚ ਜਿਹੜੇ ਕੋਈ ਵੀ ਇਸ ਪੈਰਾਸਿਟਿਕ ਪਲਾਂਟ ਨੇ ਹੋਸਟ ਤੋਂ ਪਾਣੀ ਲੈਣਾ ਹੁੰਦਾ, ਨਿਊਟ੍ਰੈਂਟ ਲੈਣੇ ਹੁੰਦੇ ਨੇ ਜਾਂ ਕੋਈ ਹੋਰ ਪੈਥੋਜਿਨ ਲੈਣੇ ਹੁੰਦੇ ਨੇ, ਸੋ ਇਸ ਤਰ੍ਹਾਂ ਦੀਆਂ ਐਕਸਚੇਂਜ ਕਰ ਲੈਂਦੇ ਨੇ ਮਟੀਰੀਅਲਸ ਦਾ। ਨੈਕਸਟ ਇਸ ਜੂਲੋਜੀਕਲ ਸਰਵੇ ਆਫ ਇੰਡੀਆ ਨੇ ਅਪਰੂਵ ਕੀਤਾ ਦੇਸ਼ ਦਾ ਪਹਿਲਾ ਜੀਓ ਪਾਰਕ ਬਣਨ ਜਾ ਰਿਹਾ ਲਮਹੇਤਾ ਵਿਲੇਜ ਔਨ ਦ ਬੈਂਕਸ ਆਫ ਨਰਮਦਾ ਰਿਵਰ, ਕਿੱਥੇ? ਜਬਲਪੁਰ ਜ਼ਿਲ੍ਹਾ, ਮੱਧ ਪ੍ਰਦੇਸ਼ ਸਟੇਟ। ਵੈਰੀ ਵੈਰੀ ਇੰਪੋਰਟੈਂਟ ਫਾਰ ਐਗਜ਼ਾਮ। ਪਹਿਲਾ ਜੀਓ ਪਾਰਕ ਅਪਰੂਵਲ ਦਿੱਤਾ ਹੈ ਜੂਲੋਜੀਕਲ ਸਰਵੇ ਆਫ ਇੰਡੀਆ ਨੇ, ਜਿਹੜੀ ਮਾਈਨਿੰਗ ਮਿਨਿਸਟਰੀ ਦੇ ਅੰਦਰ ਕੰਮ ਕਰਦੀ ਹੈ। ਜਿਹੜਾ ਪਾਰਕ ਹੈ ਟੋਟਲ 35 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਜਾਊਗਾ। ਇਹਦਾ ਏਰੀਆ ਹੈ 5 ਏਕੜ ਤੋਂ ਜ਼ਿਆਦਾ। ਇਹ ਪਲੇਸ ਇਸ ਲਈ ਚੁਣੀ ਗਈ ਹੈ ਕਿਉਂਕਿ ਜੂਲੋਜੀਕਲ ਪੁਆਇੰਟ ਆਫ ਵਿਊ ਤੋਂ ਲਮਹਾਤਾ ਵਿਲੇਜ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। 1928 ਵਿੱਚ ਵਿਲੀਅਮ ਹੈਨਰੀ ਸਲੀਮੈਨ ਨੇ ਡਾਇਨਾਸੌਰ ਦੇ ਫੋਸਿਲਸ ਇਸੇ ਜਗ੍ਹਾ ਤੋਂ ਡਿਸਕਵਰ ਕੀਤੇ ਸੀ। ਵੈਰੀ ਵੈਰੀ ਇੰਪੋਰਟੈਂਟ। ਆਲਸੋ ਜਿਹੜੀ ਯੂਨੈਸਕੋ ਹੈ ਉਹ ਵੀ ਲਮਹੇਤਾ ਨੂੰ ਇੱਕ ਜੀਓ ਹੈਰੀਟੇਜ ਸਾਈਟ ਦੇ ਤੌਰ ਤੇ ਰੈਕੋਗਨਾਈਜ਼ ਕਰਦੀ ਹੈ। ਸੋ ਇਹ ਦੋ ਇੰਪੋਰਟੈਂਟ ਫੈਕਟਸ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਨੇ। ਨੈਕਸਟ, ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਇਸ ਸਾਲ ਦੇ ਬਜਟ ਦੇ ਅੰਦਰ ਇੱਕ ਪ੍ਰਪੋਜ਼ਲ ਰੱਖਿਆ ਟੂ ਇਸ਼ੂ ਸੋਵਰਨ ਗ੍ਰੀਨ ਬੌਂਡਸ ਟੂ ਮੋਬਿਲਾਈਜ਼ ਰਿਸੋਰਸ ਇਨ ਬਜਟ। ਸੋ ਸੋਵਰਨ ਗ੍ਰੀਨ ਬੌਂਡਸ ਇਸ਼ੂ ਕੀਤੇ ਜਾਣਗੇ ਗ੍ਰੀਨ ਇਨਫਰਾਸਟ੍ਰਕਚਰ ਨੂੰ ਪ੍ਰਮੋਟ ਕਰਨ ਦੇ ਲਈ ਦੇਸ਼ ਦੇ ਅੰਦਰ, ਇਹ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਬਜਟ ਸਪੀਚ ਦੇ ਵਿੱਚ ਕਿਹਾ ਸੀ। ਸੋ ਬਾਰ ਬਾਰ ਇਹ ਕੁਐਸਚਨ ਰਿਪੀਟ ਹੁੰਦਾ ਤੇ ਕਾਫੀ ਸਟੂਡੈਂਟ ਇਸ ਕਨਸੈਪਟ ਨੂੰ ਫੇਰ ਵੀ ਇਗਨੋਰ ਕਰਕੇ ਚਲੇ ਜਾਂਦੇ ਨੇ, ਇਹ ਪਤਾ ਹੁੰਦੇ ਕਿ ਕੁਐਸਚਨ ਰਿਪੀਟ ਹੁੰਦੇ ਨੇ। ਸੋ ਕੋਈ ਵੀ ਜਦੋਂ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਤੁਸੀਂ ਟੌਪਿਕ ਦੇਖਦੇ ਹੋ, ਜ਼ਰੂਰੀ ਨਹੀਂ ਉਹ ਸਿਰਫ ਉਸੇ ਸਾਲ ਦੇ ਕਰੰਟ ਅਫੇਅਰ 'ਚੋਂ ਲਿਆ ਗਿਆ ਹੋਵੇ। ਕਾਫੀ ਵਾਰੀ ਸਟੂਡੈਂਟਸ ਇਹ ਮਿਸਅੰਡਰਸਟੂਡ ਕਰ ਲੈਂਦੇ ਨੇ ਕਿ ਸ਼ਾਇਦ ਇਹ ਤਾਂ ਇਸੇ ਸਾਲ ਦੇ ਕਰੰਟ ਅਫੇਅਰ 'ਚ ਹੈ, ਅਗਲੇ ਪੇਪਰਾਂ 'ਚ ਨਾ ਆਵੇ। ਪਰ ਬਹੁਤ ਵਾਰੀ ਕਰੰਟ ਇਸ਼ੂਜ਼ ਦੇ ਵਿੱਚੋਂ ਕਨਸੈਪਟ ਦੇ ਕੁਐਸਚਨ ਆਉਂਦੇ ਨੇ ਤੇ ਉਹ ਕਨਸੈਪਟ ਕਾਫੀ ਸਾਲਾਂ ਤੱਕ ਨਿਊਜ਼ ਵਿੱਚ ਰਹਿੰਦੇ ਨੇ ਤੇ ਇਸੇ ਲਈ ਬਾਰ ਬਾਰ ਐਗਜ਼ਾਮ ਵਿੱਚ ਰਿਪੀਟ ਵੀ ਹੋ ਜਾਂਦੇ ਨੇ। ਸੋ ਗ੍ਰੀਨ ਬੌਂਡਸ ਕੀ ਨੇ? ਇਹ ਡੈਟ ਇੰਸਟਰੂਮੈਂਟ ਨੇ। ਸਿੰਪਲੀ ਜੇ ਗੱਲ ਕਰੀਏ ਤਾਂ ਇੱਕ ਇਹੋ ਜਿਹੇ ਫਾਈਨੈਂਸ਼ੀਅਲ ਇੰਸਟਰੂਮੈਂਟ ਨੇ ਜਿਨ੍ਹਾਂ ਨੂੰ ਆਪਾਂ ਖਰੀਦ ਸਕਦੇ ਹਾਂ ਜੇ ਕਿਸੇ ਨੇ ਇਨਵਾਇਰਮੈਂਟ ਫਰੈਂਡਲੀ ਗ੍ਰੀਨ ਪ੍ਰੋਜੈਕਟ ਦੇ ਵਿੱਚ ਪੈਸਾ ਲਗਾਉਣਾ। ਪਹਿਲਾ ਗ੍ਰੀਨ ਬੌਂਡ ਇਸ਼ੂ ਹੋਇਆ ਸੀ 2007 ਵਿੱਚ ਬਾਈ ਯੂਰੋਪੀਅਨ ਇਨਵੈਸਟਮੈਂਟ ਬੈਂਕ। ਗ੍ਰੀਨ ਬੌਂਡਸ ਆਰ ਬੌਂਡਸ ਇਸ਼ੂਡ ਬਾਈ ਐਨੀ ਸੋਵਰਨ ਐਂਟੀਟੀ ਇੰਟਰਗਵਰਨਮੈਂਟਲ ਗਰੁੱਪ ਔਰ ਅਲਾਇੰਸ ਐਂਡ ਕਾਰਪੋਰੇਟ। ਪ੍ਰੋਸੀਡਸ ਆਫ ਬੌਂਡ ਆਰ ਯੂਟੀਲਾਈਜ਼ਡ। ਜਿਹੜੇ ਨਾਲ ਜੋ ਪੈਸਾ ਹੁੰਦਾ ਉਹ ਸਿਰਫ ਉਹਨਾਂ ਪ੍ਰੋਜੈਕਟਸ ਦੇ ਉੱਤੇ ਆਪਾਂ ਲਗਾ ਸਕਦੇ ਹਾਂ ਜਿਨ੍ਹਾਂ ਨੂੰ ਇਨਵਾਇਰਮੈਂਟਲੀ ਸਸਟੇਨੇਬਲ ਪ੍ਰੋਜੈਕਟ ਕੈਟੇਗਰੀ ਦੇ ਵਿੱਚ ਰੱਖਿਆ ਗਿਆ ਹੈ। ਵੈਰੀ ਸਿੰਪਲ। ਨੈਕਸਟ, 4 ਇੰਪੋਰਟੈਂਟ ਪ੍ਰੋਗਰਾਮਸ ਨੇ ਜਿਹੜੇ ਮਿਥੇਨ ਐਮਿਸ਼ਨ ਨੂੰ ਕੰਟਰੋਲ ਕਰਨ ਦੇ ਲਈ, ਕਾਰਬਨ ਐਮਿਸ਼ਨ ਨੂੰ, ਏਅਰ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਦੇ ਦੁਆਰਾ ਇੰਟਰਨੈਸ਼ਨਲ ਤੇ ਨੈਸ਼ਨਲ ਲੈਵਲ ਦੇ ਉੱਤੇ ਅਡੋਪਟ ਕੀਤੇ ਗਏ ਨੇ ਕੁਝ ਨੋਰਮਸ ਨੇ, ਪ੍ਰੋਗਰਾਮਸ ਨੇ, ਕੁਝ ਇਨੀਸ਼ੀਏਟਿਵਸ ਨੇ, ਐਕਸ਼ਨ ਪਲਾਨ ਨੇ ਜੋ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਹੈ ਸੀਵੀਡ ਬੇਸਡ ਐਨੀਮਲ ਫੀਡ। ਇਨ ਕੋਲੈਬੋਰੇਸ਼ਨ ਵਿਦ ਕੰਟਰੀਜ਼ 3 ਲੀਡਿੰਗ ਇੰਸਟੀਚਿਊਟ CSMCRI ਡਿਵੈਲਪਡ ਅ ਸੀਵੀਡ ਬੇਸਡ ਐਨੀਮਲ ਫੀਡ ਐਡਿਕਟਿਵ ਫਾਰਮੂਲੇਸ਼ਨ ਦੈਟ ਏਮਸ ਟੂ ਰਿਡਿਊਸ। ਸੋ ਜਿਹੜੀ ਇਹ ਫੀਡ ਹੈ ਇਹਦਾ ਮੇਨ ਮਕਸਦ ਆ ਕਿ ਕੈਟਲ ਤੋਂ ਜਿਹੜੀ ਮਿਥੇਨ ਐਮੀਸ਼ਨ ਹੈ ਉਹਨੂੰ ਰਿਡਿਊਸ ਕੀਤਾ ਜਾ ਸਕੇ, ਨਾਲ ਹੀ ਕੈਟਲ ਤੇ ਪੋਲਟਰੀ ਦਾ ਜਿਹੜੀ ਇਮਿਊਨਿਟੀ ਹੈ ਉਹਨੂੰ ਹੋਰ ਬੂਸਟ ਕੀਤਾ ਜਾਵੇ। ਸੋ ਸੀਵੀਡ ਬੇਸਡ ਇੱਕ ਐਨੀਮਲ ਫੀਡ ਤਿਆਰ ਕੀਤੀ ਹੈ
ਤੇ ਨਾਲ ਇਹਦੇ ਵਿੱਚ CSMCRI ਇੰਸਟੀਚਿਊਟ ਦਾ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ। ਆਲਸੋ ਕੀ ਪਰਪਸ ਹੈ, ਸੋ ਪਰਪਸ ਹੈ ਕੈਟਲ ਦੇ ਲਈ। ਇੰਡੀਆ ਗ੍ਰੀਨ ਹਾਊਸ ਗੈਸ ਪ੍ਰੋਗਰਾਮ, ਦ ਇੰਡੀਆ GHG ਪ੍ਰੋਗਰਾਮ ਬਿਲਡਸ ਕੰਪ੍ਰੀਹੈਂਸਿਵ ਮੈਜਰਮੈਂਟ ਐਂਡ ਮੈਨੇਜਮੈਂਟ ਸਟ੍ਰੈਟਜੀ। ਸੋ ਇਹ ਪ੍ਰੋਗਰਾਮ ਦੇ ਅੰਦਰ ਕੁਝ ਸਟ੍ਰੈਟਜੀਆਂ ਤਿਆਰ ਕੀਤੀਆਂ ਗਈਆਂ ਨੇ ਜਿਹਦੇ ਨਾਲ ਐਮਿਸ਼ਨਸ ਰਿਡਿਊਸ ਹੋ ਸਕਣ, ਜ਼ਿਆਦਾ ਪ੍ਰੋਫਿਟ ਹੋਣ ਆਰਗੇਨਾਈਜੇਸ਼ਨਸ ਨੂੰ, ਬਿਜ਼ਨਸ ਨੂੰ। ਜਿਹੜਾ ਪ੍ਰੋਗਰਾਮ ਹੈ ਇਹਨੂੰ WRI ਇੰਡੀਆ, ਜੋ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਨਾਲ CII ਟੈਰੀ, ਇਹ ਤਿੰਨ ਇੰਪੋਰਟੈਂਟ ਆਰਗੇਨਾਈਜੇਸ਼ਨ ਮਿਲ ਕੇ ਚਲਾ ਰਹੀਆਂ ਨੇ। ਇਹਦੇ ਅੰਦਰ ਵੋਲੰਟਰੀ ਫਰੇਮਵਰਕ ਤਿਆਰ ਕੀਤਾ ਗਿਆ ਗ੍ਰੀਨ ਹਾਊਸ ਗੈਸ ਐਮਿਸ਼ਨ ਦੇ ਲਈ ਕਿ ਵੱਖ ਵੱਖ ਇੰਡਸਟਰੀਜ਼ ਦਾ ਕੀ ਟਾਰਗੇਟ ਰਹਿਣਾ ਚਾਹੀਦਾ, ਕਿਸ ਲਿਮਿਟ ਤੱਕ ਉਹਨਾਂ ਨੇ ਐਮਿਸ਼ਨਸ ਕਰਨੀਆਂ ਨੇ, ਸੋ ਦੈਟ ਇਨਵਾਇਰਮੈਂਟ ਨੂੰ ਨੁਕਸਾਨ ਨਾ ਪਹੁੰਚੇ। ਨੈਸ਼ਨਲ ਐਕਸ਼ਨ ਪਲਾਨ ਔਨ ਕਲਾਈਮੇਟ ਚੇਂਜ, ਸੋ 2008 ਵਿੱਚ NAPCC ਅਡੋਪਟ ਕੀਤਾ ਗਿਆ। ਇਹਦੇ ਅੰਦਰ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਕਿ ਕਲਾਈਮੇਟ ਚੇਂਜ ਦੇ ਨਾਲ ਆਪਾਂ ਨੂੰ ਕੀ ਕੀ ਖਤਰਾ ਹੋ ਸਕਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੀਆਂ ਪ੍ਰੋਬਲਮਸ ਨੇ। ਕੋਈ ਗਲੋਬਲ ਵਾਰਮਿੰਗ ਤਾਂ ਚੱਲ ਹੀ ਰਹੀ ਹੈ, ਨਾਲ ਇੰਨਾ ਹਾਈ ਟੈਂਪਰੇਚਰ ਹੋ ਗਿਆ, ਬਹੁਤ ਹੀ ਰੈਂਡਮ ਵੈਦਰ ਹੋ ਗਏ, ਮੌਨਸੂਨ ਦੇ ਇਫੈਕਟ ਹੁੰਦਾ ਹੈ ਫਸਲਾਂ ਉੱਤੇ, ਇੰਨੀਆਂ ਸਪੀਸੀਜ਼ ਖਰਾਬ ਹੋ ਰਹੀਆਂ ਨੇ, ਪਲਾਂਟ ਐਨੀਮਲ ਐਂਡੇਂਜਰਡ ਸਪੀਸੀਜ਼ ਵਿੱਚ ਜਾ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਇਸ ਪਲਾਨ ਦੇ ਅੰਦਰ। ਡਿਫਰੈਂਟ ਏਜੰਸੀਜ਼ ਨੇ ਜਿਹੜੀਆਂ ਦੇ ਵਿੱਚ ਕੰਮ ਕਰਦੀਆਂ ਨੇ ਅਲੱਗ ਅਲੱਗ ਲੈਵਲ ਉੱਤੇ, ਸਰਕਾਰਾਂ ਹੋ ਗਈਆਂ, ਸਾਇੰਟਿਸਟ, ਇੰਡਸਟਰੀ ਤੇ ਅਲੱਗ ਅਲੱਗ ਕਮਿਊਨਿਟੀਜ਼। ਲਾਸਟ ਵਿੱਚ ਹੈ ਭਾਰਤ ਸਟੇਜ 6 ਨੋਮ, ਇੰਡੀਆ ਸ਼ਿਫਟ ਕਰ ਲਿਆ ਆਪਣੇ ਆਪ ਨੂੰ 4 ਤੋਂ 6 ਐਮਿਸ਼ਨ ਨੋਮਸ ਦੇ ਵਿੱਚ। ਜਿਹੜੇ ਨਵੇਂ ਨੋਮਸ ਨੇ ਇਹਨਾਂ ਦੇ ਵਿੱਚ ਨਵੇਂ ਪੋਲਿਊਸ਼ਨ ਲੈਵਲ ਸੈੱਟ ਕੀਤੇ ਗਏ ਨੇ ਕਿ ਤੁਸੀਂ ਕਿੰਨਾ ਪਰਟੀਕੂਲਰ ਮੈਟਰ ਹੈ ਜਿਹੜਾ ਉਹਨੂੰ ਡਿਕਰੀਜ਼ ਕਰਨਾ ਇਨਵਾਇਰਮੈਂਟ ਵਿੱਚ ਰਿਲੀਜ਼ ਕਰਨ ਤੋਂ। ਸਪੈਸ਼ਲੀ ਇਹ ਦਿੱਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਸਹੀ ਤਰੀਕੇ ਦੇ ਨਾਲ ਇਹਨੂੰ ਲਾਗੂ ਕਰਵਾਇਆ ਜਾ ਰਿਹਾ ਹੈ। ਪੋਲਿਊਸ਼ਨ ਲੈਵਲ ਆਰ ਐਕਸਪੈਕਟਿਡ ਟੂ ਰਿਡਿਊਸ ਟੂ ਅ ਲਾਰਜ ਐਕਸਟੈਂਟ, ਕਿਉਂਕਿ ਇਹਦੇ ਵਿੱਚ ਸਟ੍ਰਿਕਟ ਮੈਜਰਸ ਹੋਣ ਕਰਕੇ BS6 ਦੇ ਅੰਦਰ ਜਿਹੜੀਆਂ ਐਮਿਸ਼ਨ ਨੋਮਸ ਨੇ, ਐਮਿਸ਼ਨ ਦੇ ਰੂਲਸ ਨੇ, ਲੈਵਲ ਨੇ, ਪਾਰਟੀਕੂਲੇਟ ਮੈਟਰ ਕਿੰਨਾ ਏਅਰ ਦੇ ਵਿੱਚ ਰਿਲੀਜ਼ ਹੋਣਾ ਚਾਹੀਦਾ ਹੈ, ਉਹਦੀ ਕੰਸੈਂਟ੍ਰੇਸ਼ਨ ਕਿੰਨੀ ਹੋਣੀ ਚਾਹੀਦੀ ਹੈ, ਉਹਨੂੰ ਘਟਾਉਣਾ ਹੈ, ਡਿਕਰੀਜ਼ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਬਹੁਤ ਸਟ੍ਰਿਕਟਲੀ ਮੈਂਸ਼ਨ ਕੀਤੀਆਂ ਨੇ। ਰੀਸੈਂਟਲੀ ਹਿਮਾਚਲ ਦੇ ਵਿੱਚ 3 ਸਨੋ ਲੈਪਰਡ ਦੇਖੇ ਗਏ ਸੀ ਸੜਕ ਦੇ ਉੱਤੇ, ਤੇ ਕਿਹੜੀ ਸੜਕ ਉੱਤੇ? ਉਹ ਰੋਡ ਜਿਹੜੀ ਕਨੈਕਟ ਕਰਦੀ ਹੈ ਲਾਂਗਚਾ ਵਿਲੇਜ ਨੂੰ ਕਾਜ਼ਾ ਤੱਕ। ਸਨੋ ਲੈਪਰਡ ਮਾਊਂਟੇਨੀਅਸ ਏਰੀਆ 'ਚ ਰਹਿੰਦੇ ਨੇ, ਇੱਕ ਵਾਸਟ ਰੇਂਜ ਆਫ ਏਸ਼ੀਆ ਦੇ ਵਿੱਚ ਇਹ ਪਾਏ ਜਾਂਦੇ ਨੇ ਮਾਊਂਟੇਨਸ ਦੇ ਵਿੱਚ। ਦੇ ਆਰ ਇਨਸੂਲੇਟਡ ਬਾਏ, ਇੱਕ ਗਰਮ ਰਹਿੰਦੇ ਨੇ, ਇਹਨਾਂ ਥਿੱਕ ਹੇਅਰ ਹੁੰਦੇ ਨੇ, ਸ਼ੇਡਸ ਆਫ ਗ੍ਰੇ ਐਂਡ ਕ੍ਰੀਮੀ ਯੈਲੋ ਕਵਰਡ ਵਿਦ ਗ੍ਰੇਸ਼ ਬਲੈਕ ਸਪੋਟ, ਫਰ ਹੁੰਦੀ ਹੈ। ਦੈਨ ਉਸ ਤੋਂ ਬਾਅਦ ਇਹ ਬਹੁਤ ਹੀ ਜ਼ਿਆਦਾ ਸ਼ਾਈ ਅਤੇ ਰੈਕਲੂਸਿਵ ਨੇਚਰ ਦੇ ਹੁੰਦੇ ਨੇ, ਬਹੁਤ ਰੇਅਰਲੀ ਹੀ ਇਹ ਆਪਾਂ ਨੂੰ ਦਿਖਦੇ ਨੇ, ਇਸੇ ਲਈ ਨਿਊਜ਼ ਵਿੱਚ ਆਏ। ਇਹਨਾਂ ਦਾ ਰੋਡ ਦੇ ਉੱਤੇ ਦਿਖਣਾ ਬਹੁਤ ਹੀ ਜ਼ਿਆਦਾ ਇੱਕ ਰੇਅਰ ਇੰਸੀਡੈਂਟ ਸੀਗਾ। ਤੇ ਜੇ ਹੁਣ ਆਪਾਂ ਇਹਨਾਂ ਦੀ ਕੰਜ਼ਰਵੇਸ਼ਨ ਦੀ ਗੱਲ ਕਰੀਏ, ਪ੍ਰੋਟੈਕਸ਼ਨ ਦੀ ਗੱਲ ਕਰੀਏ, ਤਾਂ ਇੰਟਰਨੈਸ਼ਨਲ ਇੱਕ ਡੇ ਐਲੋਕੇਟ ਕੀਤਾ ਹੋਇਆ ਹੈ, ਇੰਟਰਨੈਸ਼ਨਲ ਸਨੋ ਲੈਪਰਡ ਡੇ, ਜਿਹੜਾ ਓਬਜ਼ਰਵ ਕੀਤਾ ਜਾਂਦਾ ਹੈ 23 ਅਕਤੂਬਰ ਨੂੰ। ਇਸ ਦਿਨ ਦਾ ਮੇਨ ਏਮ ਹੈ ਕਿ ਲੋਕਾਂ ਦੇ ਅੰਦਰ ਸਨੋ ਲੈਪਰਡ ਦੀ ਪ੍ਰੋਟੈਕਸ਼ਨ, ਕੰਜ਼ਰਵੇਸ਼ਨ ਦੀ ਇੱਕ ਜਾਗਰੂਕਤਾ ਪੈਦਾ ਕੀਤੀ ਜਾਵੇ, ਇੱਕ ਰੇਅਰ ਇੱਕ ਇਹਨਾਂ ਦੀ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ। ਜਿਹੜਾ ਇਹ ਦਿਨ ਹੈ 23 ਅਕਤੂਬਰ ਦਾ, ਇਸ ਦਿਨ ਬਿਸ਼ਕੇਸ਼ ਡੈਕਲਰੇਸ਼ਨ ਦੀ ਐਨੀਵਰਸਰੀ ਹੁੰਦੀ ਹੈ, ਸੋ ਜਿਹਦੇ ਕਰਕੇ ਇਸ ਦਿਨ ਨੂੰ ਸਨੋ ਲੈਪਰਡ ਦੀ ਪ੍ਰੋਟੈਕਸ਼ਨ ਕੰਜ਼ਰਵੇਸ਼ਨ ਦੇ ਲਈ ਡੈਡੀਕੇਟ ਕੀਤਾ। ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ ਵਰਲਡ ਲੈਵਲ 'ਤੇ, ਰਸ਼ੀਆ ਵਗੈਰਾ ਵਿੱਚ ਵੀ ਪਾਏ ਜਾਂਦੇ ਨੇ। ਇੰਡੀਆ 'ਚ ਜੇ ਆਪਾਂ ਜੋਗ੍ਰਾਫਿਕਲ ਰੇਂਜ ਦੀ ਗੱਲ ਕਰੀਏ ਤਾਂ ਵੈਸਟਰਨ ਹਿਮਾਲਿਆ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਈਸਟਰਨ ਹਿਮਾਲਿਆ, ਉੱਤਰਾਖੰਡ, ਸਿੱਕਿਮ, ਅਰੁਣਾਚਲ ਪ੍ਰਦੇਸ਼ ਵਿੱਚ ਪਾਏ ਜਾਂਦੇ ਨੇ। ਨੈਕਸਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਦਾ ਐਗਜ਼ਾਮ ਦੇ ਲਈ ਪੂਰੀ ਦੁਨੀਆ ਦੀ, ਵਰਲਡ ਦੀ, ਸਨੋ ਲੈਪਰਡ ਕੈਪੀਟਲ ਕਿਹਨੂੰ ਕਿਹਾ ਜਾਂਦਾ ਹੈ? ਸੋ ਉਹ ਇੰਡੀਆ ਦੀ ਇੱਕ ਜਗ੍ਹਾ ਹੈ ਹੈਮਿਸ ਲਦਾਖ, ਵਿਚ ਇਜ਼ ਨੋਨ ਐਜ ਸਨੋ ਲੈਪਰਡ ਕੈਪੀਟਲ ਆਫ ਦਾ ਵਰਲਡ। ਜੇ ਹੁਣ ਆਪਾਂ ਕੰਜ਼ਰਵੇਸ਼ਨ ਦੀ ਗੱਲ ਕਰੀਏ ਪ੍ਰੋਟੈਕਸ਼ਨ ਸਟੇਟਸ ਦੀ, ਤਾਂ ਇਹ ਰਿਸਕ ਦੀ ਲਿਸਟ ਵਿੱਚ ਆਉਂਦੇ ਨੇ, ਵਲਨਰੇਬਲ ਕੈਟੇਗਰੀ ਵਿੱਚ ਨੇ, ਦੈਨ ਅਪੈਂਡਿਕਸ 1 ਸ਼ਡਿਊਲ 1। ਸਨੋ ਲੈਪਰਡ ਦੀ ਕੰਜ਼ਰਵੇਸ਼ਨ ਦੇ ਲਈ ਕੁਝ ਇੰਪੋਰਟੈਂਟ ਟਾਈਮ ਟੂ ਟਾਈਮ ਪ੍ਰੋਗਰਾਮਸ ਲਾਂਚ ਕੀਤੇ ਜਾਂਦੇ ਨੇ, ਜਿਹਦੇ ਵਿੱਚੋਂ 2 ਇੰਪੋਰਟੈਂਟ ਪ੍ਰੋਗਰਾਮਸ ਨੇ ਹਿਮਲ ਸੰਰਕਸ਼ਕ ਤੇ ਗਲੋਬਲ ਸਨੋ ਲੈਪਰਡ ਐਂਡ ਈਕੋਸਿਸਟਮ ਪ੍ਰੋਟੈਕਸ਼ਨ ਪ੍ਰੋਗਰਾਮ।
So this was all about today's important lecture on Environment Current Affair from the month of January and February. I hope you like this lecture also. Before summing up, I want to share something important for you guys. So any student who is preparing for NIAP Tehsildar exam, I have compiled special mock test. 5 complete mock test compilation is there with solution for 40 marks part, which include reasoning, data interpretation, etc. The price is very reasonable, only Rs. 250. You will get these 5 complete mock tests, which are prepared exactly as per exam pattern. In order to buy these tests, you can send me email on legalvictor02896@gmail.com. So this was all about today's lecture. I hope you liked the video. Keep supporting Victor's knowledge. Also, please do like, share and comment. Your support motivates us to do better.